कर खट भेदे सुरत सुन अनुरागी आवे ना जाए मरे ना जीवै तास खोज बैरागी मेरे मन मन ही उल्ट समाना गुर प्रसाद अकल पई अवरै ना तुर था बैगाना रहाओ निबरे दूर दूर फुन निबरे जिन जैसा कर मानिया अलौती का जैसे भया बरेडा जिन पिया तिन जानिया तेरी निर्गुण कथा काय सु कही है ऐसा कोई विवेकी कहो कबीर जिन दिया पलीता तिन तैसी झल देखी उल्टत पवन चकर खट भेदे सुरत सुन अनुरागी। असल दे विच गल जिहड़ी हैगी जोगियां नाल जोग मत वाले आत्मा नूं छुट के शरीर नाल जुड़ गए। जिवें पंडित ने आत्मा नूं छड के शरीर नाल जुड़ के मूर्ति बना ली शरीर दी, एवें जोगियां ने भी जिहड़ा अपना योग मत दा विचारधारा सी उह शरीर नाल जोड़ ली, माया नाल जोड़ ली। पवन मन नूं भी कहा है, पवन हवा नूं भी कहा है। हुण मन नूं उलटाउणा सी, हवा नूं उलटाउण लग गए। हवा शरीर च हुंदी है, साधा उलटाया नहीं जा सकदा, साधा बाहरों ही आउणा, बाहर नूं ही जाणा। इहनूं भी रोकण लग गए सी, रोक लैणा, काफ़ी देर रोक लैणा, ਇਹ ਵੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਪਵਨ ਦਾ ਭੁਲੇਖਾ ਪੈ ਗਿਆ, ਪਵਨ ਹਵਾ ਨੂੰ ਮੰਨ ਲਿਆ, ਵਾਯੂ ਨੂੰ ਮੰਨ ਲਿਆ, ਵਾਯੂ ਨੂੰ ਪ੍ਰਾਣ ਮੰਨ ਲਿਆ, ਪ੍ਰਾਣ ਵਾਯੂ ਮੰਨ ਲਿਆ। ਨਾ ਤਾਂ ਵਾਯੂ ਪ੍ਰਾਣ ਹੈ ਆਤਮਾ ਦੇ, ਆਤਮਾ ਨਾਲ ਸੰਬੰਧ ਕੋਈ ਨਹੀਂ, ਹਵਾ ਦਾ ਸਰੀਰ ਨਾਲ ਸੰਬੰਧ ਹੈ। ਆਕਸੀਜਨ ਚਾਹੀਦੀ ਹੈ ਖੂਨ ਸਾਫ਼ ਕਰਨ ਨੂੰ, ਸਰੀਰ ਨੂੰ ਇਹਦੀ ਲੋੜ ਹੈ, ਸਰੀਰ ਦੇ ਵਿੱਚ ਖੂਨ ਤਾਂ ਫਿਰ ਆਤਮਾ ਨੂੰ ਕੋਈ ਲੋੜ ਨਹੀਂ। ਆਤਮਾ ਨੂੰ ਜੇ ਲੋੜ ਹੁੰਦੀ ਗਰਭ ਦੇ ਵਿੱਚ ਸਾਹ ਨਹੀਂ ਆਉਂਦਾ, ਉੱਥੇ ਕਿਉਂ ਜਿਉਂਦਾ? ਪੇਟ 'ਚ ਤਾਂ ਸਾਹ ਆਉਂਦਾ ਨਹੀਂ ਇਹਨੂੰ, ਉੱਥੇ ਰੈਡੀਮੇਡ ਸਾਹ ਮਿਲਦਾ, ਸਭ ਕੁਛ ਅਲੱਗ ਹੈ ਸਿਸਟਮ, ਉੱਥੇ ਦਾ ਸਿਸਟਮ ਅਲੱਗ ਹੈ, ਖੁਰਾਕ ਦਾ ਵੀ ਸਿਸਟਮ ਅਲੱਗ ਹੈ। ਹੁਣ ਇੱਥੇ ਅਸੀਂ ਖਾਂਦੇ ਹਾਂ, ਸਾਡੇ ਅੰਦਰ ਹਜ਼ਮ ਹੁੰਦਾ, ਹਜ਼ਮ ਹੁੰਦਾ ਤਾਂ ਉੱਥੇ ਅੰਨ ਜਾ ਕੇ ਵਸਤੂ ਜਿਹੜੀ ਹੈ ਸੜਦੀ ਵੀ ਹੈ, ਸੜਦੀ ਉਹ ਤੋਂ ਗੈਸ ਵੀ ਪੈਦਾ ਹੁੰਦੀ ਹੈ, ਉਹ ਜਿਹੜੀ ਗੈਸ ਪੈਦਾ ਹੁੰਦੀ ਹੈ ਹਵਾ ਉਹ ਖਾਰਜ ਵੀ ਹੁੰਦੀ ਹੈ। ਉਹਨੂੰ ਉਲਟਾਉਣ ਲੱਗ ਗਏ ਜੋਗੀ, ਵੀ ਥੱਲੇ ਨੂੰ ਖਾਰਜ ਨਾ ਹੋਵੇ, ਵਾਯੂ ਗੈਸ ਉੱਤੇ ਨੂੰ ਚੜਾਉਣ ਲੱਗ ਗਏ, ਆਹ ਕਰ ਲਿਆ ਉੱਠਾ ਕੰਮ। ਇਹ ਤਾਂ ਸੈਂਟੀਫਿਕ ਗੱਲ ਨਹੀਂ ਹੈ, ਅਨਸੈਂਟੀਫਿਕ ਹੈ। ਉਹਦਾ ਜੇ ਕਿਸੇ 'ਤੇ ਹਵਾ ਖਾਰਜ ਨਾ ਹੋਵੇ ਤਾਂ ਬਿਮਾਰੀ ਹੈ, ਉਹ ਦਿਮਾਗ ਨੂੰ ਚੜ ਜਾਂਦੀ ਹੈ ਗੈਸ, ਦਿਮਾਗ ਨੂੰ ਸਾਰੇ ਸਰੀਰ 'ਚ ਫੈਲਣੀ ਹੈ ਉਹ। ਇਹ ਕਰਨ ਲੱਗ, ਇਹ ਕੁਛ ਕਰਨ ਲੱਗ। ਪਵਨ ਉਲਟਾਉਣਾ ਸੀ ਮਨ, ਮਨ ਕਿਵੇਂ ਉਲਟਾਈਦਾ ਹੁੰਦਾ? ਉਲਟਾਉਣੀ ਸੀ ਸੁਰਤ, ਧਿਆਨ, ਉਹ ਕਿਵੇਂ ਉਲਟਾਈਦਾ ਹੁੰਦਾ? ਸਾਡਾ ਜਾਗਦੀ ਸਾਰ ਸੁੱਤੇ ਪਏ ਦਾ ਧਿਆਨ ਕਿੱਥੇ ਹੁੰਦਾ ਕਿੱਥੇ ਨਹੀਂ ਹੁੰਦਾ, ਉਹ ਤਾਂ ਚਲੋ ਛੱਡੋ, ਆਪਣੇ ਮੂਲ ਨਾਲ ਸਮਾਇਆ ਹੁੰਦਾ। ਸੁੱਤੇ ਪਏ ਦਾ ਧਿਆਨ ਹਿਰਦੇ 'ਚ ਹੁੰਦਾ, ਉਹਨੂੰ ਹਿਰਦਾ ਕਹਿੰਦੇ ਨੇ, ਜਿੱਥੇ ਸਾਡਾ ਸੁੱਤੇ ਪਏ ਦਾ ਧਿਆਨ ਹੌਲੀ ਹੌਲੀ ਥੱਲੇ ਚਲਾ ਜਾਂਦਾ ਹਿਰਦੇ 'ਚ, ਤਿਰਕੁਟੀ ਛੱਡ ਜਾਂਦਾ, ਦਿਮਾਗ ਨਾਲ ਕਨੈਕਸ਼ਨ ਸੁਰਤ ਦਾ ਟੁੱਟ ਜਾਂਦਾ, ਨੀਂਦ ਆ ਜਾਂਦੀ ਹੈ। ਜਾਗਦੀ ਸਾਰ ਦਿਮਾਗ 'ਚ ਜਾਂਦਾ ਧਿਆਨ ਸਭ ਦਾ ਹੀ, ਪਰ ਦਿਮਾਗ 'ਚ ਧਿਆਨ ਨਹੀਂ ਜਾਣ ਦੇਣਾ, ਇਹ ਉਲਟਾ। ਇਹਨੂੰ ਕਿਹਾ ਪਵਨ ਉਲਟਾਉਣ, ਉਲਟਤ ਪਵਨ, ਪਵਨ ਨੇ ਉਲਟਣਾ ਕਿੱਧਰ ਨੂੰ? ਪਵਨ ਨੇ ਮਨ ਨੇ ਆਪਣੇ ਅੰਦਰ ਚੱਕਣਾ, ਆਪਣੇ ਗਰਬਾਨਵੇਂ ਸਰਨੀਵਾ ਕਰਦੇ। ਹੁਣ ਉੱਤੇ ਨੂੰ ਤਾਂ ਜਦ ਦੇਖੂਗਾ ਹਿਰਦੇ 'ਚੋਂ, ਦਿਲ 'ਚੋਂ ਉੱਤੇ ਨੂੰ ਦੇਖੂਗਾ, ਹਿਰਦਾ ਦਿਲ ਦੇ, ਦਿਲ ਹਿਰਦੇ ਦੇ ਵਿੱਚ ਹੈ ਅਸਲ, ਹਿਰਦੇ ਦੇ ਵਿੱਚੋਂ ਸ਼ਕਤੀ ਹੈ ਜਿਹੜੀ ਹਾਰਟ ਨੂੰ ਪੰਪਿੰਗ ਕਰਦੀ ਹੈ, ਹਿਰਦਾ ਉਹ ਸ਼ਕਤੀ ਦਾ ਦਾਇਰਾ ਹੈ ਜਿਹੜੀ ਹਾਰਟ ਨੂੰ ਪੰਪਿੰਗ ਕਰਦੀ ਹੈ, ਫੇਫੜੇ ਨੂੰ ਚਲਾਉਂਦੀ ਹੈ, ਸਾਹ ਲੈਂਦੀ ਹੈ, ਉਹਦੇ ਨਾਲ ਜਾ ਕੇ ਜੁੜੋ, ਮੇਨ ਸ਼ਕਤੀ ਉਹੀ ਹੈ, ਉਹ ਸ਼ਕਤੀ 'ਚੋਂ ਹੀ ਮਨ ਪੈਦਾ ਹੋਇਆ ਹੈ, ਸੌਂ ਜਾਂਦਾ ਉਹਦੇ ਨਾਲ ਜੁੜ ਜਾਂਦਾ ਜਾ ਕੇ,
ਪਰ ਹੱਕ ਜਦ ਸੰਗ ਤੋਂ ਥੱਲੇ ਜਾਂਦਾ ਅਗਿਆਨੀ ਹੋ ਜਾਂਦਾ ਹੈ, ਡੈਡ ਹੋ ਜਾਂਦਾ। ਅਗਿਆਨਤਾ ਮਤਲਬ ਸੌਂ ਜਾਂਦਾ, ਡੈਡ ਹੋ ਜਾਂਦਾ, ਇਹਨੂੰ ਨਹੀਂ ਪਤਾ ਫਿਰ ਕਿੱਥੇ ਜਾਂਦਾ। ਇੱਥੇ ਕੁ ਤੱਕ ਦਾ ਪਤਾ ਰਹਿੰਦਾ ਹੈ, ਉੱਪਰ ਤੱਕ, ਉੱਪਰੋਂ ਥੱਲੇ ਆਇਆ ਫਿਰ ਕੋਈ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਜਾਂਦਾ, ਹੋਸ਼ ਆਉਂਦੀ ਹੈ ਦਿਮਾਗ 'ਚ ਆ ਕੇ, ਇਹਨੂੰ ਦਿਮਾਗ 'ਚ ਵੀ ਸੁੱਤਾ ਪਿਆ ਆਦਮੀ ਉੱਪਰ ਪਾਇਆ ਉੱਠਿਆ ਹੋਇਆ, ਇੱਕ ਅੱਧਾ ਮਿੰਟ ਉਹਨੂੰ ਹੋਸ਼ ਹੀ ਨਹੀਂ ਆਉਂਦੀ, ਜੇ ਅਚਾਨਕ ਉੱਠ ਖੜੇ ਹੋਸ਼ ਆਉਂਦੀ ਹੈ ਫਿਰ ਬ੍ਰੇਨ 'ਚ ਆ ਕੇ ਇਹਨੂੰ, ਅਤੇ ਇਹਨੂੰ ਥੱਲੇ ਦਾ ਗਿਆਨ ਹੀ ਨਹੀਂ ਹੈ। ਜਾਗਰਤ ਅਵਸਥਾ ਅਸੀਂ ਉਹਨੂੰ ਕਹਿੰਦੇ ਹਾਂ ਕਿ ਤ੍ਰਿਕੁਟੀ 'ਚ ਹੋਵੇ ਨਾ, ਜਿੱਥੇ ਸੁੱਤਾ ਪਿਆ ਉੱਥੇ ਹੋਵੇ, ਔਰ ਉੱਥੇ ਹੋਵੇ ਜਾਗਦਾ, ਫਿਰ ਨਿੱਜ ਘਰ ਦਾ ਗਿਆਨ ਹੁੰਦਾ। ਉਹ ਨਿੱਜ ਘਰ ਹੈ ਜਿੱਥੇ ਰੋਜ਼ ਜਾਂਦਾ ਹੈ, ਪਰ ਉੱਥੇ ਸੁੱਤਾ ਪਿਆ ਜਾਂਦਾ, ਬੇਹੋਸ਼ ਜਾਂਦਾ, ਬੇਹੋਸ਼ ਆ ਜਾਂਦਾ ਉੱਥੋਂ, ਇਸ ਕਰਕੇ ਗਿਆਨ ਨਹੀਂ ਉੱਥੇ ਦਾ। ਜਿੱਥੇ ਦਾ ਗਿਆਨ ਉਹ ਤ੍ਰਿਕੁਟੀ ਹੈ, ਉਹਨੂੰ ਦਸੂ ਦੁਆਰ ਤਾਂ ਕਹਿਣ ਲੱਗ ਗਏ ਵਿਦਵਾਨ, ਇਹਨੂੰ ਗਿਆਨ ਹੈ ਦਿਮਾਗ ਦਾ, ਥੱਲੇ ਦਾ ਗਿਆਨ ਹੈ ਹੀ ਨਹੀਂ। ਵਿਦਵਾਨ ਉਹਨੂੰ ਮੰਨਣ ਲੱਗ ਗਏ ਦਸੂ ਦੁਆਰ। ਇਹ ਦਸੂ ਦੁਆਰ ਨਹੀਂ ਹੈ, ਇਹ ਕੀ ਹੈ, ਇਹ ਸਿੱਧੀ ਗੱਲ ਹੈ ਸਾਰੀ। ਇਹ ਜੋਗੀਆਂ ਨੇ ਗਲਤੀ ਕੀਤੀ ਸੀ, ਇਹ ਤਾਂ ਕਬੀਰ ਨੇ ਗੱਲ ਅਲੱਗ ਕਰਤੀ। ਜਿਸ ਵਕਤ ਮਨ ਉਲਟਾ ਤਾ ਆਪਣੇ ਗਰਬਾਨ 'ਚ ਦੇਖਣ ਲੱਗ ਗਿਆ, ਤਾਂ ਛੇ ਹੀ ਗਿਆਨ ਇੰਦਰਿਆ ਨਾ, ਪੰਜ ਗਿਆਨ ਇੰਦਰੇ, ਛੇਵਾਂ ਬ੍ਰੇਨ, ਦਿਮਾਗ, ਤ੍ਰਿਕੁਟੀ, ਸਾਰਿਆਂ ਨਾਲ ਕਨੈਕਸ਼ਨ ਟੁੱਟ ਗਿਆ। ਉਹ ਚੱਕਰ ਖੱਟ ਜਿਹੜਾ ਛੇ ਚੱਕਰ ਲਿਖਿਆ ਆਇਆ, ਦਿਮਾਗ ਚੱਕਰ 'ਚ ਪਾਉਂਦਾ ਇਹਨੂੰ, ਜਿਹਨੂੰ ਇਹ ਕਹਿੰਦੇ ਨੇ, ਇਹ ਦਿਮਾਗ ਨੇ ਚੱਕਰ 'ਚ ਪਾਇਆ ਨੇ ਸਾਰੇ ਵਿਦਵਾਨ, ਜਦ ਦਸੂ ਦੁਆਰ ਮੰਨ ਲਿਆ ਚੱਕਰ 'ਚ ਪੈ ਗਏ। ਗਿਆਨ ਇੰਦਰੇ ਵੀ ਚੱਕਰ 'ਚ ਪਾਉਂਦੇ ਨੇ, ਆਏ ਦਾ ਸੀ ਗਿਆਨ ਲੈਣ, ਅੱਖਾਂ ਅਲਜੀਆਂ ਰੂਪ 'ਚ, ਇਹ ਰੂਪ 'ਚ ਅਲਜ ਕੇ ਰਹਿ ਗਈਆਂ। ਜੋਤ ਜਾਣਨੀ ਸੀ, ਜਾਤ ਜਨ ਜਾਤ ਵਿੱਚ ਅਲਜ ਕੇ ਰਹਿ ਗਈਆਂ। ਮਾਇਆ ਤੇ ਅਟਕ ਗਈਆਂ ਅੱਖਾਂ ਜਾ ਕੇ, ਮਾਇਆ ਤੋਂ ਗਾਹਾਂ ਨਹੀਂ ਜਾਗਦੀਆਂ ਹੁਣ, ਇਹ ਬੁੱਧੀ ਗਾਹਾਂ ਲੈ ਕੇ ਨਹੀਂ ਜਾਂਦੀ ਮਾਇਆ ਤੋਂ, ਇਹਨਾਂ ਨੂੰ ਮਾਇਆ ਤੇ ਖੜ ਜਾਂਦੀ ਹੈ ਜਾ ਕੇ। ਕਬੀਰ ਕਹਿੰਦਾ ਵਾਰ ਵਾਰ ਮਾਇਆ ਪੇ ਅਟਕਾ, ਮਾਇਆ ਤੇ ਅਟਕ ਜਾਂਦੀ ਹੈ ਗੱਲ। ਇਸ ਕਰਕੇ ਜਿੰਨੇ ਵੀ ਗੁਰੂ ਪੀਰ ਹੋਏ ਨੇ, ਸਾਰਿਆਂ ਦੇ ਸਰੀਰ ਨਾ ਅਟਕ ਗਏ ਲੋਕ ਜਾ ਕੇ, ਆਤਮਾ ਨਹੀਂ ਦੇਖੀ ਉਹਨਾਂ ਦੀ, ਉਹਨਾਂ ਦਾ ਗਿਆਨ ਨਹੀਂ ਦੇਖਿਆ, ਆਤਮਾ ਤੇ ਅਟਕ, ਸਰੀਰ ਤੇ ਅਟਕ ਗਏ ਜਾ ਕੇ, ਸਰੀਰ ਨਾਲ ਜੁੜ ਗਏ, ਸਰੀਰ ਦੀਆਂ ਮੂਰਤੀਆਂ, ਸਰੀਰ ਦੀਆਂ ਫੋਟੋਆਂ, ਸਰੀਰ ਦੀ ਪੂਜਾ, ਸਰੀਰ ਹੈ ਧਿਆਨ 'ਚ ਇਹਨਾਂ ਦੇ। ਇਸ ਕਰਕੇ ਸਰੀਰ ਹੈ ਧਿਆਨ 'ਚ ਰਹਿੰਦਾ ਲੋਕਾਂ ਦੇ, ਮਾਇਆ ਤੇ ਅਟਕੇ ਹੋਏ ਨੇ ਨਾ, ਅੱਖਾਂ ਤਾਂ ਮਾਇਆ ਤੇ ਅਟਕਣਗੀਆਂ ਜਾ ਕੇ, ਅੱਖਾਂ ਮਾਇਆ ਤੋਂ ਗਾਹਾਂ ਕੱਢ ਜਾਂਦੀਆਂ ਨੇ। ਜਦ ਬੁੱਧ ਬਦਲ ਕੇ ਵਿਵੇਕ ਬੁੱਧੀ ਹੋ ਜਾਂਦੀ ਹੈ, ਫਿਰ ਅੱਖਾਂ ਅਸਲ 'ਚ ਮਾਇਆ ਨੂੰ ਦੇਖਦੀਆਂ ਹੀ ਨਹੀਂ। ਸੰਸਾਰੀ ਬੁੱਧੀ ਜਿੰਨਾ ਚਿਰ ਹੈ, ਉਹਨਾਂ ਜਿਹੜੇ ਚੱਕਰ 'ਚ ਪਾ ਦਿੰਦੇ ਨੇ, ਛੇ ਚੱਕਰ, ਅੱਖਾਂ ਵੀ, ਕੰਨ ਵੀ, ਨੱਕ ਵੀ, ਇਹ ਸਾਰੇ ਬ੍ਰੇਨ ਵੀ, ਇਹ ਚੱਕਰ 'ਚ ਪਾਉਂਦੇ ਨੇ ਇਹ ਉਲਟਾ। ਤਾਂ ਹੀ ਅੱਖਾਂ ਨੂੰ ਕਿਹਾ ਨਾ, ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋ ਧਰੀ, ਹਰ ਵਰਨਾ ਵਰਨਾ ਦੇਖੋ ਕੋਈ, ਕਿ ਚੱਕਰ 'ਚ ਪਾਉਂਦੇ ਤੇ ਤਾਂ ਕਿਹਾ ਇਹਨਾਂ ਨੂੰ। ਦੇਖਣਾ ਸੀ ਕੀ ਦੇਖਦੇ ਹੋ, ਕੀ ਕੰਨਾਂ ਨੇ ਸੁਣਨਾ, ਤਾਂ ਕੀ ਸੁਣਦੇ ਨੇ, ਕੀ ਇਹ ਤਾਂ ਹੋਰ ਹੀ ਕੰਮ ਲੱਗ ਗਏ ਤੁਸੀਂ ਤਾਂ, ਮਾਇਆ ਨਾਲ ਅੜ ਜਗੇ, ਇਹ ਸਾਰੇ ਮਾਇਆ ਨਾਲ ਜਗੇ ਰਹਿ ਗਏ, ਇਹ ਮਾਇਆ ਨਾਲ ਜਾਤਾ, ਮਨ ਮਾਇਆ ਨਾਲ ਜਗੇ, ਮਨ ਕੋਲ ਗਿਆ ਨਿੰਦਰ, ਮਨ ਮਾਇਆ 'ਚ ਫਸ ਗਏ, ਮਨ ਮਾਇਆ ਮੈਂ ਫਸ ਰਹੇ ਹੋ, ਇਹਨਾਂ ਨੇ ਫਸਾਇਆ, ਇਹਦੀ ਅਕਲ ਨੇ, ਇਹਦੇ ਦਿਮਾਗ ਨੇ, ਇਹਦੇ ਗਿਆਨ ਇੰਦਰਿਆ ਨੇ ਮਾਇਆ 'ਚ ਫਸਾਤਾ ਇਹਨੂੰ, ਇਹ ਚੱਕਰ 'ਚ ਪਾਤਾ। ਆਹ ਚੱਕਰ ਨੇ ਛੇ ਬਣਾ ਲਏ ਜੋਗੀਆਂ ਨੇ, ਹੋਰ ਜਗ੍ਹਾ ਚੱਕਰ, ਐਸੇ ਚੱਕਰਾਂ ਦੇ ਚੱਕਰ 'ਚ ਪਏ ਨੇ, ਹੁਣ ਸਹੀ ਨਹੀਂ ਨਿਕਲੇ, ਨਾ ਨਿਕਲ ਸਕਣ। ਜਿਹੜਾ ਕੋਈ ਕੰਮ ਮਤਲਬ ਹੁੰਦਾ ਨਾ, ਹਰ ਚੀਜ਼ ਦਾ ਜਿਹਦਾ ਫਾਇਦਾ ਉਹਦਾ ਨੁਕਸਾਨ ਵੀ ਹੁੰਦਾ, ਜਿਹੜੀ ਚੀਜ਼ ਦਾ ਫਾਇਦਾ ਉਹਦਾ ਨੁਕਸਾਨ ਵੀ ਹੋਊਗਾ ਜੀ। ਜੇ ਬਿਜਲੀ ਸਾਨੂੰ ਸੁੱਖ ਦਿੰਦੀ ਹੈ, ਬਿੱਲ ਵੀ ਸਾਨੂੰ ਭਰਨਾ ਪੈਂਦਾ, ਦੁੱਧ ਕਿਹੋ ਚਾਹੇ ਨਿਆਣੇ ਨੂੰ ਮਿਲੇ ਨਾ ਮਿਲੇ, ਬਿਜਲੀ ਚਾਹੀਦੀ ਹੈ, ਬਿਜਲੀ ਦਾ ਕੱਟ ਨਹੀਂ ਬਰਦਾਸ਼ਤ ਹੁੰਦਾ, ਮੱਛਰ ਨਹੀਂ ਸੌਣ ਦਿੰਦਾ, ਭਾਵੇਂ ਦੁੱਧ ਨਾ ਪੀਵਾਂਗੇ
ਨਿਆਣਿਆਂ ਨੂੰ ਨਾ ਦੇਵਾਂਗੇ, ਚਾਹੇ ਦੇ ਦੇਵਾਂਗੇ, ਚਾਹ ਵੀ ਇੱਕ ਟਾਈਮ ਨਾ ਦੇਵਾਂਗੇ, ਪਰ ਬਿਜਲੀ ਬਿੱਲ ਨਹੀਂ ਸਰਦਾ ਹੈ। ਉਹ ਬਿਜਲੀ ਨਾਲ ਢਿੱਡ ਭਰਦਾ, ਬਿਜਲੀ ਨਾਲ ਸਿਹਤ ਬਣਦੀ ਹੈ, ਕੁਛ ਵੀ ਨਹੀਂ ਬਣਦਾ ਚਾਹੇ, ਪਰ ਨਹੀਂ ਸਰਦਾ। ਦੁੱਧ ਬਿਨਾਂ ਸਰਜੂ ਸਰਦਾ, ਅਸਲ 'ਚ ਦੁੱਧ ਬਿਨਾਂ ਨਹੀਂ ਸਰਦਾ ਹੈ। ਅਸਲ ਤਾਂ ਗੱਲ ਹੈ ਦੁੱਧ ਚਾਹੀਦਾ, ਪਰ ਇਹਦੇ ਅਧੀਨ ਹੋ ਗਏ ਨਾ, ਐ ਅਧੀਨ ਹੋ ਗਿਆ ਆਦਮੀ, ਗਾਹਾਂ ਤੋਂ ਗਾਹਾਂ ਅਧੀਨ ਹੁੰਦਾ ਚਲਿਆ ਜਾਂਦਾ। ਜਿਹੜੀ ਚੀਜ਼ਾਂ ਬਿਨਾਂ ਸਰਦਾ ਸੀ ਸਾਰਨਾ ਚਾਹੀਦਾ, ਉਹਦਾ ਜ਼ਰੂਰੀ ਚੀਜ਼ਾਂ ਛੱਡਤੀਆਂ, ਗੈਰ ਜ਼ਰੂਰੀ ਚੀਜ਼ਾਂ ਅਪਣਾਉਂਦੀ, ਅਪਣਾਉਂਦਾ ਹੀ ਚਲਿਆ ਜਾਂਦਾ, ਅਪਣਾਉਂਦਾ ਹੀ ਚਲਿਆ ਜਾਂਦਾ, ਜਾ ਰਿਹਾ ਅਪਣਾਉਂਦੇ। ਇਸ ਕਰਕੇ ਸੰਸਾਰ ਬੁੱਧੀਹੀਨ, ਅੱਜ ਦਾ ਆਦਮੀ ਜ਼ਿਆਦਾ ਬੁੱਧੀਹੀਨ, ਜਿੰਨਾ ਆ ਜਿਹੜੀ ਪੜ੍ਹਾਈ ਹੈ ਤਾਂ ਬੁੱਧੀਹੀਨ ਬਣਾਉਂਦੀ ਹੈ, ਸਕੂਲਾਂ ਕਾਲਜਾਂ ਦੀ ਪੜ੍ਹਾਈ ਬੁੱਧੀਹੀਨ ਬਣਾਉਂਦੀ ਹੈ, ਮਾਇਆ ਦੀ ਪੜ੍ਹਾਈ ਸਾਰੀ ਉਹ ਬੁੱਧੀਹੀਨ ਬਣਾਉਂਦੀ ਹੈ, ਆਤਮਾ ਦੀ ਪੜ੍ਹਾਈ ਬੁੱਧਵਾਨ ਬਣਾਉਂਦੀ ਹੈ, ਬਾਕੀ ਸਭ ਬੁੱਧੀਹੀਨ ਬਣਾਉਂਦਾ, ਸਭ ਕੁਛ ਸਾਇੰਸਦਾਨ ਬੁੱਧੀਹੀਨ। ਅੱਜ ਮੰਨਦੇ ਨੇ ਗਲਤ ਕੰਮ ਕਰ ਲਏ, ਔਰ ਹੋਰ ਮੰਨਣਗੇ ਗਲਤ ਕਰ ਲਏ, ਗਾਹਾਂ ਗਾਹਾਂ ਹੋਰ ਮੰਨਣਗੇ ਗਲਤ ਕਰ ਲਏ। ਇਹ ਤੋਂ ਅੱਕ ਕੇ ਆਦਮੀ ਜੰਗਲ ਚਲਿਆ ਜਾਂਦਾ ਹੁੰਦਾ, ਫਿਰ ਇਹ ਸਾਰਾ ਉਲਟਾ ਰਸਤਾ, ਸਭ ਕੁਛ ਛੱਡ ਕੇ ਜੰਗਲ ਚਲਿਆ ਜਾਂਦਾ। ਹੁਣ ਤਾਂ ਹੜ ਹਲਕਿਆ ਹੋਇਆ, ਕਹਿੰਦੇ ਕਦੇ ਹੜ ਹਲਕੇ ਕਦੇ ਬਲ ਵਾਸਤੇ, ਜਾਂ ਹੜ ਹਲਕ ਜਾਂਦਾ ਜੰਗਲ ਕੱਟ ਦਿੰਦਾ ਆਦਮੀ, ਟਰੈਕਟਰ ਚਲਾ ਦਿੰਦਾ, ਪਲਾਓ ਚਲਾ ਦਿੰਦਾ, ਜਾਂ ਹੜ ਹਲਕ ਜਵੇ ਫਿਰ ਇਹ ਕੰਮ ਹੁੰਦਾ, ਫਿਰ ਕੀ ਹੁੰਦਾ, ਫਿਰ ਪੋਲਿਊਸ਼ਨ ਹੁੰਦਾ। ਉਹ ਜਿਹੜੀ ਆਕਸੀਜਨ ਦਿੰਦੇ ਨੇ ਦਰਖਤ, ਉਹ ਘੱਟ ਜਾਂਦੀ, ਆਦਮੀ ਦੀ ਮੌਤ ਹੈ ਉਹਦੇ ਮੂਹਰੇ, ਅੱਗੇ ਜਾ ਕੇ ਮੌਤ ਹੈ। ਜਾਂ ਕੁੱਤਾ ਹਲਕ ਜਾਂਦਾ ਕੀ ਕਰਦਾ, ਵੱਢਦਾ, ਜਾਂ ਹੜ ਹਲਕ ਜਾਂਦਾ, ਇਹ ਸਾਨੂੰ ਤਾਂ ਲੱਗਦਾ ਹੜ ਹਲਕਿਆ ਹੋਇਆ ਸਾਨੂੰ ਜੀਵਨ ਦੇ ਰਿਹਾ, ਖੁਰਾਕ ਦੇ ਰਿਹਾ, ਪਰ ਨਾਲ ਮੌਤ ਵੀ ਦੇ ਰਿਹਾ। ਇੱਕ ਪਾਸੇ ਤਾਂ ਅੰਨ ਦੇ ਰਿਹਾ, ਦੂਜੇ ਪਾਸੇ ਮੌਤ ਦੇ ਰਿਹਾ। ਕਦੇ ਕਦੇ ਹੜ ਹਲਕੇ, ਕਦੇ ਬਲ ਵਾਸਤੇ, ਕਦੇ ਬਲ ਵਾਸਤੇ ਜਾਂਦਾ, ਇਹ ਤਾਂ ਉਹਦੀ ਖੇਡ ਹੈ। ਹੁਣ ਹੜ ਹਲਕ ਰਿਹਾ, ਆਦਮੀ ਵੀ ਹਲਕ ਰਿਹਾ ਨਾ, ਅਸਲ 'ਚ ਆਦਮੀ ਹਲਕ ਰਿਹਾ, ਹਲਕਾ ਨੂੰ ਹਲਕ ਰਿਹਾ, ਆਦਮੀ ਹਲਕ ਗਿਆ। ਹਲਕਾ ਜਿਹਨੂੰ ਮਰਜ਼ੀ ਵੱਢ ਲੈਂਦਾ, ਹਲਕਿਆ ਹੋਇਆ ਕੁੱਤਾ ਪਾਗਲ ਹੋ ਜਾਂਦਾ, ਆਦਮੀ ਪਾਗਲ ਹੋ ਗਿਆ। ਹਲਕਣ ਦਾ ਮਤਲਬ ਪਾਗਲ ਹੋ ਜਾਣਾ, ਅਸੀਂ ਹਲਕਿਆ ਪੰਜਾਬੀ 'ਚ ਕਹਿੰਦੇ ਹਾਂ, ਉਹ ਕਹਿੰਦੇ ਨੇ ਕੁੱਤਾ ਪਾਗਲ ਹੋ ਗਿਆ, ਡਾਕਟਰ ਕਹਿੰਦੇ ਨੇ ਪਾਗਲ ਹੋ ਗਿਆ। ਡਾਕਟਰ ਦੀ ਭਾਸ਼ਾ 'ਚ ਪਾਗਲ ਹੈ, ਡਾਕਟਰੀ ਭਾਸ਼ਾ 'ਚ ਪਾਗਲ ਹੋ ਗਿਆ, ਸਾਡੇ ਪੰਜਾਬੀ ਭਾਸ਼ਾ 'ਚ ਹਲਕ ਗਿਆ, ਅਸੀਂ ਕਹਿੰਦੇ ਪਾਗਲ ਹੋ ਗਿਆ, ਆਦਮੀ ਪਾਗਲ ਹੋ ਗਿਆ, ਅੱਜ ਮਾਇਆ ਨੇ ਪਾਗਲ ਕਰਤਾ ਹੈ, ਬਿਲਕੁਲ ਪਤਾ ਹੀ ਨਹੀਂ ਇਹਨੂੰ ਮੇਰਾ ਫਿਊਚਰ ਕੀ ਹੈ, ਆਪਣਾ ਫਿਊਚਰ ਹੀ ਨਾਸ਼ ਕਰੀ ਜਾਂਦਾ ਹੈ, ਕੀ ਕਰੂਗਾ ਮਾਇਆ ਨੂੰ ਇਕੱਠੀ ਕਰਕੇ, ਕੁਛ ਨਹੀਂ ਹੈ ਫਿਊਚਰ, ਇਹਦਾ ਫਿਊਚਰ ਧੁੰਦਲਾ ਹੈ, ਫਿਊਚਰ ਦੇ ਵਿੱਚ ਮੌਤ ਦਿੰਦੀ ਹੈ ਸਭ ਨੂੰ, ਪਰ ਉਹਦਾ ਇਲਾਜ ਕੋਈ ਨਹੀਂ ਲੱਭ ਰਿਹਾ। ਹਾਂਜੀ, ਇਹ ਚੱਕਰਾਂ 'ਚ ਪੈ ਗਏ ਜਿਵੇਂ ਜੋਗੀ ਪੈ ਗਏ ਸੀ, ਜਿਹੜਾ ਮਾਇਆ ਨਾਲ ਜੁੜਿਆ ਹੋਇਆ ਚੱਕਰ 'ਚ ਪਊਗਾ ਹੀ ਪਊਗਾ, ਬੁੱਧੀਹੀਨ ਹੋ ਜਾਂਦਾ, ਚੱਕਰ 'ਚ ਪੈਣਾ ਬੁੱਧੀਹੀਨ ਹੋ ਜਾਣਾ, ਸਮਝ ਨਹੀਂ ਆ ਰਹੀ ਕੀ ਕਰਾਂ, ਸਮਝ ਨਹੀਂ ਆ ਰਹੀ ਕਿੱਥੇ ਨੂੰ ਜਾਵਾਂ, ਬਹੁਤ ਦੂਰ ਚਲਿਆ ਗਿਆ ਆਪਣਾ ਟਾਰਗੇਟ ਤੋਂ, ਅਲੱਗ ਚਲਿਆ ਗਿਆ, ਨਾ ਤਾਂ ਉੱਥੋਂ ਮੁੜ ਸਕਦੇ ਹਾਂ, ਨਾ ਤਾਂ ਡਿਵੈਲਪਮੈਂਟ ਤੋਂ ਅਸੀਂ ਪਿੱਛੇ ਮੁੜ ਸਕਦੇ ਹਾਂ, ਨਾ ਅੱਗੇ ਵੱਧ ਸਕਦੇ ਹਾਂ। ਇਵੇਂ ਜੋਗੀ ਫਸ ਗਏ ਸੀ, ਗੁਰੂ ਨਾਨਕ ਅੱਗੇ ਦੀ ਗੱਲ ਦੱਸਦਾ, ਨਾ ਤਾਂ ਉਹ ਫੜੀ ਨਾ ਆਪਣੀ ਛੱਡੀ, ਇਹ ਚੱਕਰ 'ਚ ਪੈ ਗਏ ਜੋਗੀ, ਚੱਕਰ 'ਚ ਪਏ ਹੋਏ ਨੇ। ਗਿਆਨ ਇੰਦਰੇ ਚੱਕਰ 'ਚ ਵੀ ਪਾ ਦਿੰਦੇ ਹੁੰਦੇ ਨੇ, ਅੱਖਾਂ ਚੱਕਰ 'ਚ ਪਾ ਦਿੰਦੀਆਂ ਨੇ, ਦੂਏ ਦੀ ਕੋਠੀ ਦੇਖ ਲਈ ਪੈ ਗਿਆ ਚੱਕਰ 'ਚ, ਚਾਹੇ ਲੋਨ ਲੈ ਲਵੇ, ਬਣਾਉਣੀ ਜ਼ਰੂਰ ਹੈ, ਪਾਤਾ ਨਹੀਂ ਚੱਕਰ 'ਚ। ਉਹ ਕਹਿੰਦੇ ਰੁੱਖੀ ਸੁੱਕੀ ਖਾ ਕੇ ਦੇਖ ਪਰਾਈ ਚੋਪੜੀ, ਨਾ ਤਾਂ ਦੇਖੋ ਅੱਖਾਂ ਦੇ ਵੈਰਨ ਹੋ ਗਈਆਂ ਨਾ, ਪਰਾਈ ਚੋਪੜੀ ਅੱਖਾਂ ਨੇ ਦੇਖੀ ਨਾ, ਪਾਤਾ ਨਹੀਂ ਚੱਕਰ 'ਚ। ਜੀ ਤਰਸ ਗਿਆ, ਇਹ ਮੈਂ ਰੁੱਖੀ ਕਰਨਾ, ਚੋਪੜੀ ਖਾਂਦਾ, ਕੁਛ ਵੀ ਕਰਾਂ, ਚਾਹੇ ਡਾਕਾ ਮਾਰਨਾ ਪਵੇ, ਚਾਹੇ ਲੁੱਟਣਾ ਪਵੇ, ਲੁਟੇਰਾ ਗਰੋਹ ਬਣਾਉਣਾ ਪਵੇ, ਚੋਪੜੀ ਖਾਣੀ, ਹੋ ਗਿਆ ਪਾਗਲ, ਪਾਗਲ ਹੋ ਗਿਆ।
ਬੇਈਮਾਨੀ ਕਰਾਂ, ਤਸਕਰੀ ਕਰਾਂ, ਕੁਛ ਵੀ ਕਰਾਂ, ਕੋਠੀ ਬਣਾਉਣੀ ਹੈ। ਹੋ ਗਿਆ ਪਾਗਲ, ਇਹ ਪਾਗਲ ਕਰਦੀ ਹੈ ਮਾਇਆ। ਪਾਗਲਪਣ ਦਾ ਫਿਰ ਇਲਾਜ ਹੈ ਦੂਏ ਪਾਸੇ ਸਰਕਾਰਾਂ, ਪਾਗਲਾਂ ਦਾ ਇਲਾਜ ਵੀ ਪਾਗਲੇ ਕਰਦੇ ਨੇ, ਪਾਗਲਪਣ ਦਾ ਇਲਾਜ ਅਗਲ ਵਾਲੇ ਨਹੀਂ ਕਰ ਰਹੇ। ਜੇ ਅਗਲ ਵਾਲੇ ਪਾਗਲਪਣ ਦਾ ਇਲਾਜ ਕਰ ਦਿੰਦੇ, ਪਾਗਲਪਣ ਦਾ ਇਲਾਜ ਹੋ ਜਾਂਦਾ। ਇਲਾਜ ਕਰਨ ਵਾਲੇ ਵੀ ਪਾਗਲ ਨੇ, ਉਦੋਂ ਜ਼ਿਆਦਾ ਉਹਨਾਂ 'ਚ ਵੀ ਬਹੁਤੇ ਪਾਗਲ ਨੇ। ਪਾਗਲ ਪਾਗਲ ਦਾ ਇਲਾਜ ਕਿਵੇਂ ਕਰ ਦੂਗਾ? ਪੁਲਿਸ ਵਾਲੇ ਵੀ ਪਾਗਲ ਹੋ ਜਾਂਦੇ ਨੇ, ਉਹ ਕੀ ਕਰਦੇ ਨੇ? ਬਹੁਤ ਕੁਛ ਕਰਦੇ ਨੇ ਐਸਾ। ਸਾਫ ਕਹਿੰਦੇ ਨੇ ਪੁਲਿਸ ਵਾਲੇ ਜ਼ਿੰਮੇਵਾਰ ਨੇ ਆਤੰਕਵਾਦ ਪੈਦਾ ਕਰਨ ਦਾ। ਦੇ ਠੀਕ ਹੈ ਗੱਲ, ਕਿਸੇ ਹੱਦ ਤੱਕ, ਬਹੁਤ ਹੱਦ ਤੱਕ ਠੀਕ ਹੈ, ਸਾਰੇ ਨਹੀਂ। ਪਰ ਹੋਇਆ ਸਭ ਪ੍ਰੈਕਟੀਕਲ ਦੇ ਵਿੱਚ ਸਭ ਕੁਛ ਪਿਆ। ਪਾਗਲੇ ਪਾਗਲਪਣ ਦਾ ਇਲਾਜ ਕਰਦੇ ਹੁਣ ਹੋ ਨਹੀਂ ਸਕਦਾ। ਹਾਂਜੀ, ਉਲਟਤ ਪਵਨ ਚੱਕਰ ਖੱਟ ਭੇਦੇ ਸੁਰ ਤੋਂ ਜੇ ਮਨ ਉਲਟ ਜਵੇ ਨਾ ਮਾਇਆ ਤੋਂ, ਬਾਹਰਮੁਖੀ ਤੋਂ ਅੰਤਰਮੁਖੀ ਹੋ ਜਾਏ ਸਾਡੀ ਸੋਚ, ਸਾਰੇ ਛਿਆਂ ਚੱਕਰਾਂ ਭੇਦੇ ਜਾਂਦੇ ਨੇ, ਛੇ ਚੱਕਰਾਂ ਚੋਂ ਬਾਹਰ ਨਿਕਲ ਜਾਂਦਾ। ਚੱਕਰ ਖੱਟ ਭੇਦੇ, ਛੇ ਹੀ ਚੱਕਰ ਭੇਜ ਦਿੱਤੇ, ਸੋਚ ਏ ਬਦਲ ਗਈ। ਅੱਖਾਂ ਦੇਖਦੀਆਂ ਹੀ ਨਹੀਂ ਬਾਹਰ, ਨਾ ਪਰਾਈ ਚੋਪੜੀ ਦੇਖੂਗਾ, ਨਾ ਜੀ ਤਰਸਾਊਗਾ, ਨਾ ਸੱਚ ਤੋਂ ਬਿਨਾਂ ਝੂਠ ਸੁਣੂਗਾ, ਨਾ ਉਹਦਾ ਅਸਰ ਹੋਊਗਾ। ਸੁਣੋ ਸੱਤ ਬਾਣੀ, ਹੇ ਸਰਵਣੋ ਮੇਰਿਓ, ਸੁਣੋ ਸੱਤ ਬਾਣੀ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸੱਤ ਬਾਣੀ, ਫਿਰ ਆਹੀ ਸੁਣੂਗਾ, ਉਹ ਡੀਜੇ ਨਹੀਂ ਸੁਣੂਗਾ, ਫਿਰ ਉਹ ਸੁਣੂਗਾ, ਉਹਦਾ ਅਸਰ ਹੋਊ, ਇਹ ਸੁਣੂ, ਇਹਦਾ ਅਸਰ ਹੋਊ। ਸਵਾਲ ਇਹ ਸੁਣਦਾ ਕੀ ਆਦਮੀ, ਉਹਦਾ ਅਸਰ ਹੋਊਗਾ। ਸੁਣਾਉਂਦੇ ਕੀ ਨੇ ਟੈਲੀਵਿਜ਼ਨ ਵਾਲੇ, ਕੀ ਸੁਣਾਉਂਦੇ ਨੇ ਟੈਲੀਵਿਜ਼ਨ ਵਾਲਿਆਂ ਦਾ? ਆਚਰਣਹੀਣ ਕਰਨ ਤੇ ਸਵਾ ਹੋਰ ਕੋਈ ਕਮੀ ਨਹੀਂ ਹੈ। ਐਸੇ ਐਸੇ ਚੀਜ਼ਾਂ ਦਿਖਾਉਂਦੇ ਨੇ, ਧਰਮ ਦੇ ਨਾਂ 'ਤੇ ਨਿਰਾ ਹੀ ਝੂਠ ਹੈ ਜਿਹੜਾ, ਨਿਰਾ ਹੀ ਸੰਡੇ ਵਿਖਾਈ ਨਹੀਂ ਜਿਹੜਾ, ਉਹਦਾ ਫਿਰ ਉਹੀ ਅਸਰ ਪਊਗਾ। ਕੀ ਲੋੜ ਹੈ ਉਹ ਚੀਜ਼ ਦਿਖਾਉਣ ਦੀ? ਉਹਨਾਂ ਨੇ ਆਪਣਾ ਸੌਦਾ ਵੇਚਣਾ, ਵਪਾਰੀ ਨੇ। ਜਦੋਂ ਪੈਸਾ ਆ ਜਾਵੇ ਨਾ, ਉਹਨਾਂ ਨੇ ਆਪਣੇ ਦੇਖਣਾ ਸਾਨੂੰ ਪ੍ਰੋਫਿਟ ਕਾਹਦੇ ਵਿੱਚ ਹੈ। ਦੁਨੀਆ ਮਰੇ ਖਪੇ ਕੁਛ ਹੋਵੇ, ਉਹਨਾਂ ਨੇ ਕੀ ਲੈਣਾ ਕਿਸੇ 'ਤੇ? ਸੌਦਾ ਵੇਚਣਾ ਆਪਣਾ, ਉਹਨਾਂ ਨੇ ਜਿਹੜੀ ਚੀਜ਼ ਵਿਕਦੀ ਆ ਉਹ ਵੇਚਣੀ ਹੈ। ਸਿਨਮੇ ਵਾਲਿਆਂ ਨੇ ਜਿਹੜੀ ਚੀਜ਼ ਵਿਕਦੀ ਹੈ, ਫਿਲਮ ਹਿੱਟ ਨਹੀਂ ਹੁੰਦੀ, ਅਸ਼ਲੀਲ ਤਾਂ ਪਹਿਲਾਂ ਕੀ ਕਰਨ ਨੂੰ, ਉਹ ਕਹਿੰਦੇ ਕੀ ਕਰੀਏ ਅਸੀਂ, ਪੈਸਾ ਖਰਚ ਕੀਤਾ ਵਸੂਲ ਕਿਵੇਂ ਕਰੀਏ? ਬੰਦੇ ਕਰ ਦਿਓ, ਨਾ ਕਰੋ, ਕੀ ਕਰ ਕੀ ਰਹੇ ਨੇ ਉਹ? ਫਿਰ ਗਾਹਾਂ ਸੁਣਨ ਵਾਲੇ ਦੇਖਣ ਵਾਲੇ ਪਾਗਲ, ਸੰਸਾਰ ਦਾ ਪਹਿਲਾਂ ਹੀ ਪਾਗਲ ਹੈ। ਲੁੱਟਣ ਵਾਲੇ ਸੰਸਾਰ ਕੀ ਹੈ? ਮੂਰਖੰਦ ਖੋਰ। ਗਾਈਡ ਕਰਨ ਵਾਲੇ ਕੌਣ ਨੇ? ਚੋਰ ਹਰਾਮ ਖੋਰ। ਪਹਿਲਾਂ ਉਹ ਸੰਤ ਸੀ, ਚਾਹੇ ਉਹ ਧਾਰਮਿਕ ਨੇ ਚਾਹੇ ਗੈਰ ਧਾਰਮਿਕ ਨੇ, ਸਿਨੇਮੇ ਇਹ ਵੀ ਕਹਿੰਦੇ ਟੈਲੀਵਿਜ਼ਨ ਵਾਲੇ ਅਸੀਂ ਗਾਈਡ ਕਰਦੇ ਹਾਂ ਸੰਸਾਰ ਨੂੰ, ਪਰ ਚੋਰ ਹਰਾਮ ਖੋਰ ਗਾਈਡ ਕਰਦੇ ਹੁੰਦੇ ਨੇ ਕਿਤੇ? ਤੇ ਚੋਰ ਹਰਾਮ ਖੋਰ ਨੇ ਸਾਰੇ, ਉਹਨਾਂ ਉਹ ਚੀਜ਼ ਵੇਚਣੀ ਹੈ ਜਿਹੜੀ ਵਿਕੇ। ਜੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੁੱਛੇ ਵੀ ਤੁਹਾਨੂੰ ਕੀ ਪੜ੍ਹਾਈਏ, ਫਿਰ ਤਾਂ ਹੋਲੀ ਪੜ੍ਹਾਈ। ਜੇ ਉਹਨਾਂ ਦੇ ਮਤਲਬ ਦੀ ਪੜ੍ਹਾਈਏ, ਪੜ੍ਹਾਈ ਕਰਾਈਏ, ਫਿਰ ਤਾਂ ਹੋਲੀ ਪੜ੍ਹਾਈ। ਗੁਰਦੁਆਰਿਆਂ ਦੇ ਵਿੱਚ ਜੇ ਪਬਲਿਕ ਦੇ ਮਤਲਬ ਦੀ ਅਸੀਂ ਅਰਥ ਕਰੀਏ, ਕਥਾ ਕਰੀਏ, ਤਾਂ ਹੋਲੀ ਫਿਰ ਪੜ੍ਹਾਈ। ਹੁਣ ਗੁਰਦੁਆਰਿਆਂ ਨੇ ਕੀ ਕਿਹਾ ਜਾਂਦਾ? ਜਿਹੜੀ ਗੱਲ ਨੂੰ ਪਬਲਿਕ ਬੁਰਾ ਮੰਨਦੀ ਉਹ ਗੱਲ ਨਾ ਕਹੋ, ਹੋਲੀ ਪੜ੍ਹਾਈ ਫਿਰ, ਗੁਰਮੰਦੀ ਪੜ੍ਹਾਈ ਤਾਂ ਫਿਰ ਹੋਲੀ। ਯਾਨੀ ਦੁਨੀਆਂ ਕੀ ਚਾਹੁੰਦੀ ਹੈ? ਵਪਾਰੀ ਦਾ ਕੰਮ ਹੈ ਇਹ, ਦੁਨੀਆਂ ਕੀ ਚਾਹੁੰਦੀ ਹੈ ਵਪਾਰੀ ਇਹ ਸੋਚੂਗਾ। ਗੁਰਦੁਆਰੇ ਵੀ ਵਪਾਰ ਨੇ, ਧਰਮ ਦਾ ਵਪਾਰ ਨਹੀਂ ਹੈ। ਜੇ ਸੰਗਤ ਨਹੀਂ ਆਊ, ਪੈਸੇ ਨਹੀਂ ਆਉਣੇ। ਧਰਮ ਨੂੰ ਬਦਲ ਲਓ, ਪਬਲਿਕ ਦੇ ਮਤਲਬ ਦੀ ਗੱਲ ਕਰੋ, ਕਿਉਂ ਵਪਾਰ ਹੈ ਇਹ, ਵਪਾਰ ਹੋ ਗਿਆ ਨਾ। ਗੁਰਦੁਆਰਾ ਨਹੀਂ ਚੱਲਣਾ, ਵਪਾਰ ਹੈ।
ਜਦ ਮਾਇਆ ਆ ਜੂਗੀ ਧਰਮ 'ਚ ਕਿਸੇ ਕੰਮ 'ਚ ਵੀ ਮਾਇਆ ਆ ਜਾਵੇ ਆਦਮੀ ਬੇਈਮਾਨ ਹੋ ਜੂਗਾ ਇਮਾਨ 'ਤੇ ਥੱਲੇ ਆ ਜੂਗਾ ਮਾਇਆ ਇਮਾਨ ਤੋਂ ਘੇਰਦੀ ਹੈ ਮਾਇਆ ਹੀ ਘੇਰਦੀ ਹੈ ਨਾ ਜੋ ਦਿਸੇ ਸੋ ਮਾਇਆ ਮਾਇਆ ਤਾਂ ਆਡੀ ਹੈ ਆਡੀ ਆਡੀ ਵਿਰੋਧ ਕਰਦੀ ਹੈ ਧਰਮ ਵੱਲ ਨੂੰ ਜਾਣ ਦਾ ਵਿਰੋਧ ਮਾਇਆ ਹੀ ਕਰਦੀ ਹੈ ਮਾਇਆ ਝੂਠ ਹੈ ਧਰਮ ਸੱਚ ਹੈ ਬਸ ਇਹ ਮਾਇਆ ਹੀ ਹੈ ਮੂਹਰੇ ਰੋਕਦੀ ਹੋਰ ਕੌਣ ਰੋਕਦਾ ਉਹ ਮਾਇਆ ਦੂਸਰੀ ਵਿਰੋਧੀ ਟੀਮ ਹੈ ਗੋਲ ਕਰਕੇ ਆਉਣਾ ਹਾਕੀ ਵਾਲੇ ਨੇ ਜਾਂ ਫੁੱਟਬਾਲ ਵਾਲੇ ਨੇ ਵਿਰੋਧੀ ਟੀਮ ਨੂੰ ਕੱਟ ਕੇ ਹੀ ਗੋਲ ਕਰਕੇ ਆਉਣਾ ਨਾ ਇਹ ਤਾਂ ਵਿਰੋਧੀ ਟੀਮ ਹੈ ਪਰ ਅਸੀਂ ਮਾਇਆ ਨੂੰ ਆਪਣੀ ਮੰਨ ਲਿਆ ਵੀ ਸਾਡੀ ਸਹਾਇਕ ਹੈ ਇਹਨੂੰ ਤਾਂ ਮੰਨ ਲਿਆ ਸਹਾਇਕ ਹੈ ਉਹ ਇਹ ਤਾਂ ਵਿਰੋਧੀ ਹੈ ਰਾਹ ਰੋਕਣ ਵਾਲੀ ਹੈ ਤੁਹਾਡਾ ਹਾਕੀ ਵਾਲਾ ਵਿਰੋਧੀ ਜਿਹੜਾ ਫੁੱਲ ਬੈਕ ਹੁੰਦਾ ਹੈ ਉਹਨਾਂ ਦਾ ਗਾਹ ਲੰਘਣ ਦਿੰਦਾ ਉਹ ਕਿਵੇਂ ਲੰਘਣ ਦੇ ਦੂਗਾ ਉਹ ਗੋਲ ਕਿਵੇਂ ਕਰਨ ਦੇ ਦੂ ਇਹ ਵਿਰੋਧ ਦੇ ਵਿੱਚ ਖੜੀ ਹੈ ਮਾਇਆ ਮਾਇਆ ਨੂੰ ਪਾਰ ਕਰਨਾ ਅਸੀਂ ਮਾਇਆ ਨੂੰ ਜਿੱਤਣਾ ਇਹ ਕਹਿੰਦੇ ਨੇ ਮਾਇਆ ਸਹਾਇਕ ਹੈ ਸਾਡੀ ਜਿੱਥੇ ਮਾਇਆ ਹੀ ਸਹਾਇਕ ਹੋ ਗਈ ਮਾਇਆ ਬਿਨਾਂ ਹੀ ਸਰਦਾ ਨਹੀਂ ਤਾਂ ਮਿਸ਼ਨ ਹੀ ਅਸੀਂ ਛੱਡ ਦਿੱਤਾ ਆਪਣਾ ਧਰਮ ਦਾ ਮਿਸ਼ਨ ਛੱਡ ਦਿੱਤਾ ਲੋਕਾਂ ਨੇ ਜੋਗੀ ਵੀ ਮਾਇਆ ਨਾਲ ਜੁੜੇ ਹੋਏ ਨੇ ਸਰੀਰ ਨਾਲ ਮਿਸ਼ਨ ਛੁੱਟ ਗਿਆ ਜਦੋਂ ਮਾਇਆ ਆਜੂ ਮਿਸ਼ਨ ਛੁੱਟ ਜੂਗਾ ਟਾਰਗੇਟ ਛੁੱਟ ਜੂਗਾ ਟਾਰਗੇਟ ਹੈ ਮਾਇਆ ਤੋਂ ਪਰੇ ਜਾਣਾ ਜਿਹੜੀ ਚੀਜ਼ ਤੋਂ ਪਰੇ ਜਾਣਾ ਉਹਦੇ ਜਫਾ ਬਾਰੇ ਨੇ ਉਹਨੂੰ ਤਾਂ ਇਕੱਠੀ ਕਰ ਰਹੇ ਨੇ ਉਹਦੇ ਬਾਰੇ ਤਾਂ 24 ਘੰਟੇ ਚਿੰਤਨ ਉਸੇ ਦਾ ਹੋ ਰਿਹਾ ਫਿਕਰ ਉਸੇ ਦਾ ਅਤੇ ਜਿਹੜਾ ਫਿਰ ਅਸਲੀ ਮਸਲਾ ਉਹ ਤਾਂ ਛੁੱਟਿਆ ਹੋਇਆ ਨਾ ਬਜਟ ਹੈ ਗੁਰਦੁਆਰੇ ਮਾਇਆ ਦਾ ਉਹ ਕਹਿੰਦਾ ਬਜਟ ਮਾਇਆ ਦਾ ਸਾਰਾ ਸਟਾਫ ਮਾਇਆ ਵਾਸਤੇ ਰੱਖਿਆ ਹੋਇਆ ਮਾਇਆ ਦਾ ਹਿਸਾਬ ਕਰਨ ਪਰਚੀਆਂ ਦੇਖਣ ਕੋਈ ਇਹੋ ਜਿਹਾ ਸਟਾਫ ਵੀ ਹੈ ਉੱਥੇ ਜਿਹੜਾ ਇਹ ਦੇਖੇ ਵੀ ਕਿੰਨੇ ਲੋਕਾਂ ਨੂੰ ਕਿੰਨਾ ਗਿਆਨ ਹੋਇਆ ਗੁਰਦੁਆਰੇ ਦਾ ਲਾਭ ਕੀ ਹੋਇਆ ਉਹ ਹੀ ਨਹੀਂ ਮਿਸ਼ਨ ਛੁੱਟਿਆ ਹੋਇਆ ਮਿਸ਼ਨ ਕੀ ਸੀ ਮਿਸ਼ਨ ਗਿਆਨ ਦੇਣ ਦਾ ਸੀ ਉਹ ਦਿੱਤਾ ਨਹੀਂ ਦਿੱਤਾ ਲਿਆ ਕਿਸੇ ਨੇ ਨਹੀਂ ਲਿਆ ਪਾਸ ਕੌਣ ਹੋਇਆ ਕੌਣ ਨਹੀਂ ਹੋਇਆ ਕਿੰਨੇ ਨੰਬਰ ਕਿਹਨੇ ਲਏ ਉਹ ਮਿਸ਼ਨ ਇਹ ਨਹੀਂ ਜੋ ਮਿਸ਼ਨ ਹੈ ਸਾਡਾ ਹੈ ਨਹੀਂ ਸਿੱਖੀ ਫਿਰ ਕਿੱਥੋਂ ਹੋਣੀ ਸੀ ਪੜ੍ਹਾਈ ਮਿਸ਼ਨ ਹੈ ਨਹੀਂ ਕਾਲਜ ਦਾ ਸਕੂਲ ਦਾ ਅਤੇ ਫਿਰ ਪੜ੍ਹਨਾ ਉੱਥੇ ਕਿਹਨੂੰ ਸੀ ਮਿਸ਼ਨ ਕੀ ਹੈ ਤਨਖਾਹ ਡਿਊਟੀ ਔਰ ਪੈਸਾ ਤਨਖਾਹ ਮੁਲਾਜ਼ਮ ਕੀ ਹੈ ਡਿਊਟੀ ਤਨਖਾਹ ਜੇ ਤਾਂ ਡਿਊਟੀ ਔਰ ਤਨਖਾਹ ਦਾ ਸਵਾਲ ਹੋਵੇ ਮਿਸ਼ਨ ਉੱਥੇ ਕਿੱਥੇ ਹੈ ਮਿਸ਼ਨ ਖਤਮ ਹਾਂਜੀ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਣ ਅਨਰਾਗੀ ਸੁਰਤ ਕੀ ਹੋ ਗਈ ਧਿਆਨ ਕੀ ਹੈ ਸੁਰਤ ਸੁਣ ਮਾਇਆ ਨਹੀਂ ਮਾਇਆ ਚ ਧਿਆਨ ਹੀ ਨਹੀਂ ਹੈ ਸੁਣ ਹੋ ਗਈ ਮਾਇਆ ਚੋਂ ਬੇਹੋਸ਼ ਹੋ ਜਾਂਦਾ ਆਦਮੀ ਸੁਣ ਹੋਇਆ ਆ ਜੇ ਦਿਮਾਗ ਨਾਲ ਨਹੀਂ ਸੁਰਤ ਜੁੜੀ ਹੋਈ ਤਾਂ ਸੁਣ ਜਦੋਂ ਬ੍ਰੇਨ ਨਾਲ ਸੁਰਤ ਜੁੜੀ ਹੁੰਦੀ ਨਾ ਰਹਿੰਦੀ ਸੁਣ ਹੋ ਜਾਂਦੀ ਉਹਨੂੰ ਸੁਣ ਕਹਿੰਦੇ ਨੇ ਅਨੁਰਾਗੀ ਅਨੁਰਾਗੀ ਕਿਵੇਂ ਅਨੁਰਾਗੀ ਹੁੰਦੀ ਹੈ ਹੁਕਮ ਦੇ ਅਨੁਰਾਗੀ ਹੈ ਕਰਤੇ ਪੁਰਖ ਦੇ ਮਗਰ ਚੱਲਦੀ ਹੈ ਹੁਣ ਪਾਣੇ ਚੱਲਦੀ ਹੈ ਆਪਣਾ ਰਾਗ ਨਹੀਂ ਹੈਗਾ ਆਪਣਾ ਰਾਗ ਛੱਡਦਾ ਆਪਣੇ ਰਾਗ ਤੋਂ ਬੈਰਾਗੀ ਹੈ ਪਰਮੇਸ਼ਰ ਦੇ ਨਾਲ ਅਨੁਰਾਗੀ ਹੈ ਗੁਰ ਕੇ ਭਾਣੇ ਚੱਲਦੀ ਆਪਣੇ ਭਾਣੇ ਨਹੀਂ ਚੱਲਦੀ ਗੁਰ ਕੇ ਭਾਣੇ ਚੱਲਦੀ ਹੈ ਹੁਕਮ ਅਨੁਸਾਰ ਭਾਣਾ ਮਿੱਠਾ ਲੱਗਦਾ ਜੋ ਹੋ ਰਿਹਾ ਉਹ ਠੀਕ ਹੈ ਸਭ ਕੁਛ ਵਰਤੇ ਤੇਰਾ ਭਾਣਾ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਹੁਣ ਹਾਂ ਇੱਥੇ ਖੋਜ ਕਰ ਕਹਿੰਦੇ ਬੈਰਾਗੀ ਜਾਂ ਸੁਰਤ ਅਨੁਰਾਗੀ ਹੋ ਗਈ ਖੋਜਣਾ ਕੀ ਹੈ ਤਾਸ ਖੋਜ ਜੋ ਹੋ ਰਿਹਾ ਜੋ ਹੋਣਾ ਹੈ ਸੋ ਹੋਏਗਾ ਇਹ ਤਾਂ ਛੱਡਦੇ ਫਿਕਰ ਵੀ ਆਹ ਕਰਨਾ ਮੈਂ ਉਹ ਕਰਨਾ ਕਿਉਂ ਨਹੀਂ ਹੋਇਆ ਜੋ ਹੋ ਰਿਹਾ ਠੀਕ ਹੈ ਉਹ ਵਿਹਲਾ ਹੋ ਗਿਆ ਨਾ ਵਿਹਲਾ ਹੋਏ ਤਾਂ ਬਿਨਾਂ ਖੋਜ ਨਹੀਂ ਹੋ ਸਕਦੀ ਜਿੰਨਾ ਚਿਰ ਆਦਮੀ ਨੂੰ ਕੰਮ ਹੈ ਖੋਜ ਕਾਹਦੀ ਕਰਨੀ ਹੈ ਜਿੰਨਾ ਚਿਰ ਸੋਚਦਾ ਹੋਰ ਹੈ ਰੋਟੀ ਦਾ ਫਿਕਰ ਉਹਨੇ ਖੋਜ ਸਵਾਹ ਕਰਨੀ ਹੈ ਖੋਜਿਆਂ ਨੂੰ ਤਾਂ ਬੇਅੰਤ ਮਾਇਆ ਦਿੰਦੀ ਹੈ ਸਰਕਾਰ ਵੀ ਭਾਈ ਤੁਸੀਂ ਰੋਟੀ ਪਾਣੀ ਦਾ ਤੁਹਾਨੂੰ ਕੋਈ ਚਿੰਤਾ ਨਹੀਂ ਖੋਜ ਕਰੋ ਜਿਹਨੂੰ ਰੋਟੀ ਦਾ ਫਿਕਰ ਹੈ
ਖੋਜ ਕਿਵੇਂ ਕਰ ਲੂਗਾ? ਖੋਜ ਕਰੂ ਜਿਹਨੂੰ ਸਰੀਰ ਦਾ ਫਿਕਰ ਹੀ ਨਹੀਂ ਹੈ। ਸਰੀਰ ਤਾਂ ਛੱਡਦਾ ਪਰਮੇਸ਼ਰ ਤੇ ਭਾਣੇ ਚ, ਫਿਰ ਖੋਜ ਸ਼ੁਰੂ ਹੋਊ। ਖੋਜਣਾ ਕਿਹਨੂੰ ਹੈ? ਵੈਰਾਗੀ ਨੇ। ਤੇ ਖੋਜ ਬਹਿ ਵੈਰਾਗੀ, ਵੈਰਾਗੀ ਜ਼ਿਆਦਾ ਜਾਂ ਮਾਇਆ ਦੀ ਭੁੱਖ ਰਹੀ ਨਹੀਂ, ਰਾਗ ਬੰਦ ਹੋ ਗਿਆ ਅੰਦਰੋਂ। ਮਨ ਰਾਗੀ ਸੀ ਨਾ, ਉਹ ਮਨ ਰਾਗੀ ਹੈ, ਰਾਗੀ ਸਾਰੇ ਮਨ ਮੁੱਖ ਨੇ। ਜਿਹੜੇ ਰਾਗੀ ਕਹਾਉਂਦੇ ਵੈਰਾਗੀ ਹੋਣਾ, ਰਾਗੀ ਨਹੀਂ ਸੀ ਹੋਣਾ, ਅਸੀਂ ਇਹ ਤਾਂ ਰਾਗੀ ਬਣ ਗਏ। ਕੀਰਤਨੀਆਂ ਬਣਨਾ ਸੀ, ਰਾਗੀ ਨਹੀਂ ਸੀ ਬਣਨਾ, ਬਣਨਾ ਸੀ ਕੀਰਤਨਾ, ਬਣ ਗਏ ਰਾਗੀ। ਉਹ ਕੀਰਤਨ ਹੋਰ ਚੀਜ਼ ਹੈ, ਰਾਗੀ ਹੋਰ ਚੀਜ਼ ਹੈ। ਜਿੰਨਾ ਚਿਰ ਇਹਨਾਂ ਨੂੰ ਕੀਰਤਨ ਰਾਗ ਦੇ ਵਿੱਚ ਨਹੀਂ ਫਰਕ ਪਤਾ ਲੱਗਦਾ, ਉਹਨਾਂ ਚਿਰ ਇਹਨਾਂ ਨੂੰ ਉੜਾਲਾ ਵੀ ਨਹੀਂ ਪਤਾ ਲੱਗਿਆ ਫਿਰ ਗੁਰਮਤਿ ਦਾ। ਉਹ ਕੀਰਤਨ ਵਿਆਖਿਆਕਾਰ ਹੈ, ਗੁਰਬਾਣੀ ਦਾ ਵਿਚਾਰ ਕਰਨਾ ਇਹ ਕੀਰਤਨ ਹੈ। ਆਨੰਦ ਕੀਰਤਨ ਕੇਵਲ ਵਖਿਆਨ, ਜੋ ਵਖਿਆਨ ਹੈ ਇਹੀ ਕੀਰਤਨ, ਕੇਵਲ ਵਖਿਆਨ ਕੀਰਤਨ। ਉਹਦੇ 'ਚ ਰਾਗ ਦੀ ਲੋੜ ਨਹੀਂ ਹੁੰਦੀ, ਸਾਜ਼ਾਂ ਦੀ ਲੋੜ ਨਹੀਂ ਹੁੰਦੀ। ਗੁਰਬਾਣੀ ਵਖਿਆਨ ਕਰ ਰਹੀ ਹੈ, ਕਬੀਰ ਦਾ ਵਖਿਆਨ ਕੀਤਾ ਨਾਨਕ ਨੇ, ਭਾਵੇਂ ਉਹ ਰਾਗ 'ਚ ਕੀਤਾ ਹੋਊਗਾ, ਪਰ ਉਹ ਵਖਿਆਨ ਜਿਹੜਾ ਕੀਤਾ ਨਾ, ਖੋਲ੍ਹ ਕੇ ਖੁਲਾਸਾ ਕੀਤਾ ਉਸੇ ਗੱਲ ਦਾ, ਸੌਖਾ ਕਰਕੇ ਸਮਝਾਇਆ ਉਸੇ ਗੱਲ ਨੂੰ, ਉਹਨੂੰ ਕਹਿੰਦੇ ਨੇ ਕੀਰਤਨ। ਅਨੰਦਨ ਕੀਰਤਨ ਕੇਵਲ ਵਖਿਆਨ, ਗ੍ਰਿਸਤ ਮੇ ਸਹੂ ਨਿਰਵਾਣ। ਉਹ ਨਿਰਵਾਣ ਹੈ, ਉਹਨੂੰ ਨਹੀਂ ਕੁਛ ਡਿਮਾਂਡ, ਉਹਦੀ ਕੋਈ ਡਿਮਾਂਡ ਹੀ ਨਹੀਂ। ਨਿਰਵਾਣ ਹੈ, ਬੋਲਦਾ ਹੀ ਨਹੀਂ ਉਹ, ਜੋ ਬੋਲਦਾ ਨਹੀਂ ਨਾ ਨਿਰਵਾਣ। ਵੈਰਾਗੀ ਹੈ, ਨਿਰਵਾਣ ਇੱਕੋ ਹੀ ਗੱਲ ਹੈ। ਨਿਰਵਾਣ ਆਵੇ ਨਾ ਜਾਏ, ਮਰੇ ਨਾ ਜੀਵੇ, ਤਾਸ ਖੋਜ ਵੈਰਾਗੀ। ਹੁਣ ਖੋਜਣਾ ਕਿਹਨੂੰ ਹੈ? ਜਿਹੜਾ ਨਾ ਆਉਂਦਾ, ਨਾ ਜਾਂਦਾ, ਨਾ ਮਰਦਾ, ਨਾ ਜਾਂਦਾ, ਉਹ ਆਤਮਾ। ਜਿਹੜਾ ਜੰਮਦਾ ਮਰਦਾ ਨਹੀਂ, ਆਉਂਦਾ ਜਾਂਦਾ ਨਹੀਂ, ਉਹਨੂੰ ਖੋਜ। ਹੁਣ ਆਉਣਾ ਜਾਣਾ ਇਹਨੇ ਕਿੱਥੇ, ਆਉਣਾ ਜਾਣਾ ਕਿੱਥੇ? ਸਾਰਾ ਗਰਭ ਹੈ, ਆਹ ਰਾਮ ਗਰਭ ਹੈ, ਇਹਦੇ ਵਿੱਚੇ ਰਹਿੰਦਾ, ਆਉਂਦਾ ਜਾਂਦਾ ਕਿੱਥੇ? ਵਿੱਚ ਤੁਰਨ ਨੂੰ ਆਉਣਾ ਜਾਂਦਾ ਨਹੀਂ ਕਹਿੰਦੇ ਹੁੰਦੇ? ਜੇ ਵਿੱਚੇ ਤੁਰਿਆ ਫਿਰਦਾ ਕਿਸੇ ਕਿਲੇ ਦੇ, ਆਇਆ ਗਿਆ ਤਾਂ ਕਿਤੇ ਨਹੀਂ। ਉਹ ਆਉਣਾ ਜਾਣਾ ਹੁੰਦਾ ਆਪਣਾ ਏਰੀਆ ਛੱਡ ਕੇ ਕਿਤੇ ਜਾਣਾ, ਸ਼ਹਿਰ ਛੱਡ ਕੇ ਕਿਤੇ ਹੋਰ ਜਾਣਾ, ਦੇਸ਼ ਛੱਡ ਕੇ ਕਿਤੇ ਹੋਰ ਜਾਣਾ। ਇਹਦਾ ਤਾਂ ਧਿਆਨ ਉੱਥੇ ਹੀ ਆਪਣੇ ਘਰ 'ਚ ਹੈ, ਇਹਦਾ ਤਾਂ ਧਿਆਨ ਉੱਥੇ ਹੀ ਆ, ਗਿਆ ਹੀ ਨਹੀਂ ਕਿਤੇ। ਤਾਂ ਸਰੀਰ ਸਾਨੂੰ ਦੀਦਾ ਹੀ ਨਹੀਂ ਹੈ, ਜਿੱਥੇ ਧਿਆਨ ਹੈ ਉੱਥੇ ਹੀ ਜੁੜਿਆ ਹੁੰਦਾ ਆਦਮੀ, ਚਾਹੇ ਉਹਦਾ ਸਰੀਰ ਹੋਵੇ ਚਾਹੇ ਨਾ ਹੋਵੇ। ਜਿੱਥੇ ਧਿਆਨ ਉੱਥੇ ਜੁੜਿਆ ਹੋਇਆ ਸਰੀਰ ਦਾ, ਉੱਥੇ ਕੀ ਮਤਲਬ ਹੈ? ਜਿਨ੍ਹਾਂ ਦਾ ਨਾਮ ਜਿੱਥੇ ਆਇਆ ਨਾ, ਨਾਮ ਨਾਲ ਜੁੜੇ ਹੋਏ ਨੇ, ਸਰੀਰ ਦਾ ਕੀ ਮਤਲਬ ਰਹਿ ਗਿਆ? ਕਹਿੰਦੇ ਏਕ ਜੋਤ ਇੱਕ ਐ ਮਿਲੀ, ਕਿੰਬਾ ਹੋਏ ਮੋਏ, ਕਹੂਗਾ ਕਬੀਰ। ਜਾਂ ਜੋਤ ਜੋਤੀ ਨਾ ਮਿਲ ਗਈ, ਸਰੀਰ ਦਾ ਕੀ ਮਤਲਬ ਰਹਿ ਗਿਆ? ਸਰੀਰ 'ਚ ਧਿਆਨ ਹੀ ਨਹੀਂ, ਸਰੀਰ ਤੋਂ ਤਾਂ ਵੈਰਾਗੀ ਹੈ। ਜੇ ਧਿਆਨ ਤ੍ਰਿਕੁਟੀ 'ਚ ਸਰੀਰ ਨਾਲ ਜੁੜਿਆ ਹੈ, ਮਾਇਆ ਨਾਲ ਜੁੜਿਆ ਹੈ। ਜੇ ਧਿਆਨ ਤ੍ਰਿਕੁਟੀ 'ਚ ਹੈ ਨਹੀਂ, ਤਾਂ ਸਰੀਰ ਦੇ ਵਿੱਚ ਹੁੰਦਾ ਹੋਇਆ ਵੀ ਸਰੀਰ ਨਾਲ ਜੁੜਿਆ ਹੋਇਆ ਨਹੀਂ। ਮੇਰੇ ਮਨ ਮਨ ਹੀ ਉਲਟ ਸਮਾਨਾ। ਜੇ ਕੋਈ ਭਾਈ ਮੰਨ ਲਵੇ ਮੇਰਾ ਭਾਈ ਹੈ ਨਹੀਂ, ਤਾਂ ਸਰੀਰਕ ਤੌਰ 'ਤੇ ਤਾਂ ਰਹੂਗਾ ਉਹ ਬਈ, ਦੁਨਿਆਵੀ ਤੌਰ 'ਤੇ ਰਹੂਗਾ ਹੀ ਭਾਈ, ਪਰ ਹੁੰਦਾ ਹੋਇਆ ਵੀ ਹੈ ਨਹੀਂ, ਕਿ ਮੰਨ ਲਿਆ ਨਾ ਵੀ ਹੈ ਨਹੀਂ ਮੇਰਾ। ਕੋਈ ਬਾਪ ਪੁੱਤ ਨੂੰ ਕਹਿ ਦੇਵੇ ਮੇਰਾ ਹੈ ਨਹੀਂ, ਉਹਨੇ ਮੰਨ ਲਿਆ ਹੈ ਨਹੀਂ, ਹੈ ਨਹੀਂ ਬਸ, ਉਹ ਤਾਂ ਉਵੇਂ ਹੀ ਰਹੂਗਾ, ਉਹ ਨਹੀਂ ਬਦਲ ਸਕਦਾ। ਪਰ ਨਹੀਂ ਹੈ ਜਾਂ ਮੰਨ ਲਿਆ, ਗੱਲ ਸਿਰ ਮੰਨਣ 'ਤੇ ਖੜੀ ਹੈ, ਕੀ ਹੈ ਕੀ ਨਹੀਂ ਹੈ ਮੰਨਣ 'ਤੇ ਹੈ ਸਾਡੇ। ਜਿਹੜਾ ਨਹੀਂ ਹੈ ਜੇ ਉਹਨੂੰ ਮੰਨ ਲਿਆ, ਔਰ ਤਾਂ ਅਰ ਆਦਮੀ ਹੁੰਦੇ ਨੇ, ਕੀ ਰਿਸ਼ਤਾ ਹੁੰਦਾ ਇਹਨਾਂ ਦਾ? ਮੰਨਣ ਦਾ ਹੀ ਰਿਸ਼ਤਾ। ਉਹ ਮੰਨਣ ਦਾ ਰਿਸ਼ਤਾ, ਮਾਂ ਬਾਪ ਭੈਣ ਭਾਈ ਪਿੱਛੇ ਰਹਿ ਜਾਂਦੇ, ਸਾਰਿਆਂ ਨੂੰ ਨੇੜੇ ਆ ਜਾਂਦੇ ਨੇ, ਕਾਹਦੇ ਆ ਜਾਂਦੇ ਨੇ? ਮੰਨ ਲਿਆ, ਗੱਲ ਤਾਂ ਮੰਨਣ ਦੀ ਹੋਈ ਨਾ, ਰਿਸ਼ਤੇ ਸਭ ਮੰਨਣ ਦੇ ਨੇ, ਮਾਇਆ ਨਾਲ ਵੀ ਸਾਡਾ ਰਿਸ਼ਤਾ ਮੰਨਣ ਦਾ, ਸਭ ਜਗ੍ਹਾ ਮੰਨਣ ਦਾ ਰਿਸ਼ਤਾ ਮੰਨਦੇ। ਜੋ ਮਨ ਮੰਨਦਾ ਉੱਥੇ ਉਹ ਜੁੜਿਆ ਹੋਇਆ, ਜੋ ਮੰਨਦਾ ਨਹੀਂ ਉੱਥੇ ਉਹਦੇ ਨਾਲ ਰਿਸ਼ਤਾ ਹੀ ਕੋਈ ਨਹੀਂ ਇਹਦਾ। ਮਾਇਆ ਨਾਲ ਰਿਸ਼ਤਾ ਉਹਨਾਂ ਚਿਰ ਹੈ ਜਿੰਨਾ ਚਿਰ ਮਾਇਆ ਦਾ ਪ੍ਰਭਾਵ ਹੈ ਅਤੇ ਮਾਇਆ ਨੂੰ ਮੰਨਦਾ ਹੈ।
ਜਾਂ ਮਾਇਆ ਨੂੰ ਮਰਨਾ ਨਹੀਂ, ਮਾਇਆ ਦੇ ਵਿੱਚ ਰਹੇ ਪਿਆ ਰਹੇ, ਰਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਰਹਿਣ ਦੇ ਨਾਲ ਕੋਈ ਨਹੀਂ ਫਰਕ ਪੈਂਦਾ। ਚਾਹੁੰਦਾ ਕੀ ਹੈ? ਆਦਮੀ ਜੇਲ੍ਹ 'ਚ ਹੈ, ਜ਼ਬਰਦਸਤੀ ਰੱਖਿਆ ਹੋਇਆ, ਘਰ ਮਨ ਤਾਂ ਉਹਦਾ ਘਰ ਹੈ, ਮਨ ਤਾਂ ਘਰ ਹੈ ਉਹਦਾ, ਜ਼ਬਰਦਸਤੀ ਬੈਠਾ ਵਿਚਾਰਾ ਉੱਥੇ, ਛੱਡ ਦੇਣਾ ਫਟਾਫਟ ਆਉਂਦਾ, ਪਿੰਜਰੇ 'ਚ ਪਾਇਆ ਹੈ ਪੰਛੀ, ਜ਼ਬਰਦਸਤੀ ਰੱਖਿਆ ਹੋਇਆ, ਖੋਲ੍ਹਦੇ ਪਿੰਜਰਾ ਦੇਖਾਂ ਉੱਥੇ ਰਹੂਗਾ, ਫਿਰ ਉਹ ਜਾਊ ਜਦੇ। ਜੇ ਆਪੇ ਪਿੰਜਰੇ 'ਚ ਰਹਿੰਦਾ ਹੋਵੇ ਆਪਣੀ ਮਰਜ਼ੀ ਨਾਲ, ਫਿਰ ਚਾਹੇ ਖੋਲ੍ਹਦੇ ਫਿਰ ਨਹੀਂ ਉੱਡਦਾ। ਅਸੀਂ ਤਾਂ ਪਿੰਜਰੇ 'ਚ ਆਪਣੀ ਮਰਜ਼ੀ ਨਾਲ ਬੈਠੇ ਹਾਂ, ਇਹਦੇ ਵਿੱਚ ਪ੍ਰੇ ਸਰੀਰ 'ਚ, ਸਰੀਰ ਪਿੰਜਰਾ ਹੀ ਹੈ, ਮਰਜ਼ੀ ਨਾਲ ਬੈਠੇ ਇਹਦੇ 'ਚ, ਗਿਆਨ ਹੈ ਨਹੀਂ ਨਾ, ਸਮਝ ਹੈ ਨਹੀਂ ਨਾ ਵੀ ਪਿੰਜਰਾ। ਜਿੱਦਣ ਇਹਨੂੰ ਪਿੰਜਰਾ ਮੰਨ ਲਿਆ, ਇਹਦਾ ਨਾਂ ਪ੍ਰੇਤ ਪਿੰਜਰ ਹੈ, ਇਹ ਸਰੀਰ ਦਾ ਹੀ ਨਾਂ ਪ੍ਰੇਤ ਪਿੰਜਰ ਹੈ, ਗ੍ਰੰਥਾਂ 'ਚ ਲਿਖਿਆ ਹੋਇਆ, ਪਰ ਸਾਨੂੰ ਇਹ ਦੱਸਿਆ ਨਹੀਂ ਵੀ ਪ੍ਰੇਤ ਪਿੰਜਰ ਹੈ। ਜਦ ਡੈਡ ਬਾਡੀ ਹੁੰਦੀ ਹੈ ਫਿਰ ਪ੍ਰੇਤ ਪਿੰਜਰ ਕਹਿੰਦੇ ਨੇ ਇਹਨੂੰ, ਜਿਉਂਦਾ ਨਹੀਂ ਹੈ ਪ੍ਰੇਤ ਪਿੰਜਰ, ਉਹ ਇਸ ਵਕਤ ਹੈ ਪ੍ਰੇਤ ਪਿੰਜਰ, ਇਹ ਉਦੋਂ ਇਕੱਲਾ ਪਿੰਜਰ ਹੁੰਦਾ। ਜੇ ਪੰਛੀ ਉਹ ਨਹੀਂ ਵਿੱਚ ਤਾਂ ਇਕੱਲਾ ਪਿੰਜਰਾ, ਤੋਤਾ ਪਾ ਦਿਉ ਤੋਤੇ ਦਾ ਪਿੰਜਰਾ ਹੋ ਗਿਆ, ਮੈਨਾ ਪਾ ਦਿਉ ਮੈਨਾ ਦਾ ਪਿੰਜਰਾ ਹੋ ਗਿਆ, ਚਿੜੀ ਪਾ ਦਿਉ ਚਿੜੀਆਂ ਦਾ ਪਿੰਜਰਾ ਹੋ ਗਿਆ, ਕਬੂਤਰ ਪਾ ਦਿਉ ਕਬੂਤਰ ਦਾ, ਘੁੱਗੀ ਪਾ ਦਿਉ ਘੁੱਗੀ ਦਾ, ਉਦੋਂ ਇਕੱਲਾ ਪਿੰਜਰਾ ਹੁੰਦਾ ਇਹ। ਪ੍ਰੇਤ ਕੀ ਹੈ? ਪ੍ਰੇਤ ਮਾਇਆ ਮੋਹ ਪ੍ਰੇਤ ਹੈ, ਜਿੰਨਾ ਚਿਰ ਮਾਇਆ ਦਾ ਮੋਹ ਹੈ ਜਿਹਨੂੰ ਉਹ ਪ੍ਰੇਤ ਹੈ, ਮਾਇਆ ਦਾ ਮੋਹ ਵਾਲਾ ਜਿਹੜਾ ਆਪਣੇ ਆਪ ਪਿੰਜਰੇ 'ਚ ਬੈਠਾ ਹੈ ਉਹ ਪ੍ਰੇਤ ਹੈ, ਜਿਹੜਾ ਪਿੰਜਰਾ ਛੱਡਣਾ ਨਹੀਂ ਚਾਹੁੰਦਾ ਉਹ ਪ੍ਰੇਤ ਹੈ, ਪਿੰਜਰੇ 'ਚ ਹੈਗਾ, ਉਹਨੂੰ ਐਂ ਨਹੀਂ ਪਤਾ ਪ੍ਰੇਤ ਨੂੰ ਮੈਂ ਪਿੰਜਰੇ 'ਚ, ਬੜਾ ਪਸੰਦ ਕਰਦਾ ਪਿੰਜਰੇ ਨੂੰ, ਬੜਾ ਮੋਹ ਹੈ ਪਿੰਜਰੇ ਨਾਲ, ਇਹ ਚੱਕਰ ਪਾਇਆ ਹੋਇਆ ਬੁੱਧੀ ਦਾ, ਇਹੀ ਅਕਲ ਦਾ ਚੱਕਰ ਪਾਇਆ ਹੋਇਆ, ਛੋਟਾ ਚੱਕਰ ਹੈ। ਜਿਹੜੇ ਆਦਮੀ ਸੋਚਦੇ ਨੇ ਨਾ ਪਾਪ ਕਰਤਾ, ਪਿੰਜਰੇ 'ਚੋਂ ਤੋਤਾ ਕੱਢਤਾ, ਉਹ ਪਾਪ ਸਮਝਦੇ ਨੇ, ਜਿਹੜਿਆਂ ਨੇ ਪਿੰਜਰਾ ਜਾਣਦੇ ਨੇ ਉਹ ਨਹੀਂ ਪਾਪ ਸਮਝਦੇ ਕਿਸੇ ਨੂੰ ਮਾਰਨ, ਉਹ ਪਿੰਜਰੇ 'ਚੋਂ ਪ੍ਰੇਤ ਕੱਢਿਆ। ਗੁਰਬਾਣੀ ਕਿਉਂ ਨਹੀਂ ਪਾਪ ਸਮਝਦੀ? ਕਿਉਂਕਿ ਪ੍ਰੇਤ ਨੂੰ ਪਿੰਜਰੇ 'ਚੋਂ ਕੱਢਿਆ, ਕਿਸੇ ਨੂੰ ਜੇਲ੍ਹ 'ਚੋਂ ਕੱਢਣਾ ਪਾਪ ਹੈ ਉਹਦਾ, ਜਿੰਨਾ ਚਿਰ ਜੇਲ੍ਹ 'ਚ ਉਨਾ ਚਿਰ ਨਹੀਂ ਉਹਨੂੰ ਗਿਆਨ, ਜਾਂ ਬਾਹਰ ਜਾਂਦਾ ਜਦੇ ਗਿਆਨ ਹੁੰਦਾ ਵੀ ਆਹ ਚੰਗਾ ਕੀਤਾ ਨਹੀਂ ਮਾੜਾ ਨਹੀਂ ਕੀਤਾ। ਸਮਝਿਆ ਨੀ? ਥਾਣੇਦਾਰ ਨੇ ਕਿਸੇ ਮੁੰਡੇ ਨੂੰ ਕੁੱਟਿਆ ਸੀ, ਗਲਤੀ ਕੀਤੀ ਸੀ, ਮੁੜ ਕੇ ਸੁਧਰ ਗਿਆ, ਉਦੋਂ ਤੁਹਾਨੂੰ ਬੁਰਾ ਲੱਗਿਆ ਥਾਣੇਦਾਰ, ਪਿੱਛੋਂ ਸਾਰੀ ਜ਼ਿੰਦਗੀ ਚੰਗਾ ਲੱਗਿਆ। ਕੋਈ ਨਾਲ ਦੇ ਤਾਂ ਜੇਲ੍ਹਾਂ 'ਚ ਫਿਰਦੇ ਨੇ, ਉਹ ਆਪਣਾ ਪੜ੍ਹ ਲਿਖ ਕੇ ਅਫਸਰ ਬਣ ਗਿਆ, ਉਦੋਂ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਨਾਲ ਤੁਰਿਆ ਫਿਰਦਾ ਸੀ, ਬਾਅਦ ਸਾਰੀ ਜ਼ਿੰਦਗੀ ਕਹਿੰਦੇ ਵੀ ਥਾਣੇਦਾਰ ਦੇ ਜਿਹੜੇ ਛਿੱਤਰ ਲੱਗੇ ਤੇ ਉਹ ਮੈਨੂੰ ਗੁਣ ਕਰਕੇ ਭਾਈ, ਚਾਹੇ ਉਦੋਂ ਬੁਰਾ ਲੱਗਦਾ ਹੋਵੇ ਉਹਨੂੰ ਥਾਣੇਦਾਰ, ਥਾਣੇਦਾਰ ਦੀ ਕਿਹੜਾ ਦੁਸ਼ਮਣੀ ਸੀ ਉਹਦੇ ਨਾਲ ਵੀ ਉਹਨੂੰ ਮਾਰਨਾ ਸੀ, ਉਹ ਇਹ ਕਹਿੰਦਾ ਵੀ ਇਹ ਛੱਡ ਕੇ ਦੂਏ ਪਾਸੇ ਆ ਜਾਣ, ਉਸ ਵੇਲੇ ਉਹਨੂੰ ਬੁਰਾ ਲੱਗਦਾ ਹੁੰਦਾ, ਉਸ ਵੇਲੇ ਉਹਨੂੰ ਬੁਰਾ ਲੱਗਦਾ ਜਾਂ ਪਿੰਜਰੇ 'ਚੋਂ ਕੱਢਦਾ, ਬਾਅਦ ਦੇ ਵਿੱਚ ਉਹਨੂੰ ਗੁਣ ਲੱਗਦਾ। ਬਸ ਇਵੇਂ ਸਾਨੂੰ ਭਾਣਾ ਲੱਗਦਾ ਕਈ ਵਾਰ, ਜਾਂ ਭਾਣਾ ਵਰਤਦਾ ਬੁਰਾ ਲੱਗਦਾ, ਬਾਅਦ ਸਾਨੂੰ ਠੀਕ ਲੱਗਦਾ। ਇਹ ਭੇਦ ਗੁਰਮਤ ਨੇ ਦੱਸਿਆ, ਗੁਰਬਾਣੀ ਇਹ ਭੇਦ ਤੇ ਗੁਰਮੁਖ ਇਸ ਭੇਦ ਨਾਲ ਜੁੜੇ ਹੋਏ ਨੇ, ਸਮਝਦੇ ਨੇ, ਦੂਜੀ ਦੁਨੀਆ ਜਾਣਦੀ ਨਹੀਂ, ਇਸ ਕਰਕੇ ਜੋੜ ਨਹੀਂ ਦੋਹਾਂ ਦਾ ਆ ਰਿਹਾ, ਭਗਤਾਂ ਅਤੇ ਸੰਸਾਰੀਆਂ ਦੀ ਗੱਲ ਨਹੀਂ ਮਿਲ ਰਹੀ। ਪੁੱਲ ਪਾਪ ਉਹ ਲੋਕ ਬਣਦੇ ਨੇ ਜਿਹੜੇ ਅੱਤ ਦਾ ਪ੍ਰੇਤ ਪਿੰਜਰ ਦੇ ਵਿੱਚ, ਪ੍ਰੇਤ ਪਿੰਜਰੇ ਨਾਲ ਜਿਹਨਾਂ ਅੱਤ ਦਾ ਮੋਹ ਹੈ, ਜਾਨਵਰਾਂ ਦਾ ਸਾਰਿਆਂ ਦਾ ਹੀ ਮੋਹ ਹੈ। ਅੱਛਾ, ਦਸਮ ਪਾਤਸ਼ਾਹ ਨੇ ਸਿਰ ਮੰਗੇ ਸੀ, ਉਹ ਸਿਰ ਦੇ ਨਾਲ ਦੇ ਵੀ ਦਿੱਤੇ, ਫਿਰ ਉਹਦਾ ਪਾਪ ਇਹ ਸੀ, ਸਿਰ ਮੰਗਣਾ ਹੀ ਪਾਪ ਹੈ, ਪਾਪ ਨਹੀਂ ਸੀ ਸਿਰ ਮੰਗਣੇ, ਵਡਾਉਣ ਦੇਣ ਵਾਲੇ ਕਹਿੰਦੇ ਨੇ ਸਿਰ ਲੈ ਲੈ, ਲੈਣ ਵਾਲਾ ਕਹਿੰਦਾ ਮੈਨੂੰ ਚਾਹੀਦੇ ਨੇ, ਅਤੇ ਤਾਂ ਫਿਰ ਪਾਪ ਸੀ, ਧਰਮ ਕਾਹਦਾ ਸੀ ਇਹਦੇ ਵਿੱਚ, ਕਾਹਦੇ ਧਰਮ ਸੀ ਇਹ, ਧਰਮ ਵਾਲੀ ਕਿਹੜੀ ਗੱਲ ਸੀ? ਜਿਹੜੇ ਸੰਤ ਹੁਣ ਮਾਸਤੇ ਖਿਲਾਫ ਪ੍ਰਚਾਰ ਕਰਦੇ ਨੇ ਕਾਹਦਾ ਕਰਦੇ ਨੇ, ਮਾਰਨਾ ਹੀ ਪਾਪ ਹੈ, ਗੁਰੂ ਤਾਂ ਪਹਿਲਾਂ ਮਾਰ ਰਿਹਾ,
ਸ਼ਬਦ ਮਰਿਆ ਮਰਿਆ ਫੁਨ ਜੀਵ ਹੈ। ਉਹ ਇਹ ਗੱਲ ਭੇਦ ਨੂੰ ਕਿਵੇਂ ਸਮਝ ਲੈਣਗੇ ਮਰਿਆ ਫੁਨ ਜੀਵ ਹੈ? ਜਿਹੜੇ ਪੁੰਨ ਪਾਪ ਨੂੰ ਮੰਨਦੇ ਨੇ ਉਹਨਾਂ ਦੇ ਸਮਝ 'ਚ ਭੇਦ ਨਹੀਂ ਆ ਸਕਦੇ ਗੁਰਬਾਣੀ ਦੇ, ਉਹਨਾਂ ਨੂੰ ਇਹ ਮੱਤੇ ਨਹੀਂ ਸਮਝ 'ਚ ਆ ਸਕਦੀ ਪੁੰਨ ਪਾਪ ਵਾਲਿਆਂ ਨੂੰ। ਪੰਡਿਤ ਪੁੰਨ ਪਾਪ ਨੂੰ ਮੰਨਦਾ, ਸਿਮਰਤ ਸ਼ਾਸਤਰ ਪੁੰਨ ਪਾਪ ਨੂੰ ਮੰਨਦਾ, ਲੇਕਿਨ ਵੇਦ ਪੁੰਨ ਪਾਪ ਨੂੰ ਨਹੀਂ ਮੰਨਦਾ। ਗੀਤਾ 'ਚ ਪੁੰਨ ਪਾਪ ਮੰਨਣ 'ਤੇ ਹਟਾਇਆ ਵੀ ਸੀ ਮਜਬੂਰੀ ਜਿੱਥੇ ਆਈ, ਔਰ ਗੀਤਾ ਵੀ ਠੀਕ ਹੈ ਪੁੰਨ ਪਾਪ ਵੀ ਹੈਗਾ। ਗੀਤਾ ਕਹਿੰਦੀ ਹੈ ਪੁੰਨ ਪਾਪ ਹੁੰਦਾ ਨਹੀਂ, ਪੁੰਨ ਪਾਪ ਵੀ ਹੈਗਾ, ਗੀਤਾ ਵੀ ਠੀਕ ਹੈ। ਗੀਤਾ ਠੀਕ ਹੈ ਜਾਂ ਪੁੰਨ ਪਾਪ ਠੀਕ ਹੈ, ਇੱਕ ਗੱਲ ਠੀਕ ਕਹੋ, ਦੋਵੇਂ ਠੀਕ ਨੇ ਜੀ। ਫਿਰ ਕੌਣ ਹੋਏ ਇਹ ਦੋਵੇਂ ਠੀਕ ਮੰਨਣ ਵਾਲੇ? ਇਹਨਾਂ ਨੂੰ ਕਹਿੰਦੇ ਚੁਫੇਰ ਘੜੀਏ, ਚੁਫੇਰ ਘੜੀਏ ਹੁੰਦੇ ਨੇ ਨਾ, ਝੂਠ ਵੀ ਠੀਕ ਹੈ ਸੱਚ ਵੀ ਠੀਕ ਹੈ, ਇੱਕ ਚੀਜ਼ ਠੀਕ ਹੁੰਦੀ ਹੈ, ਸੱਚ ਇੱਕ ਹੁੰਦਾ ਦੋਵਾਂ ਚ। ਮੇਰੇ ਮਨ ਮਨ ਹੀ ਉਲਟ ਸਮਾਨਾ, ਮੇਰੇ ਮਨ ਹੇ ਮੇਰੇ ਮਨ, ਜਦ ਮਨ ਸਮਾਇਆ ਉਲਟ ਕੇ ਸਮਾਇਆ ਸੰਸਾਰ ਨੂੰ, ਜਦ ਵੀ ਕਿਸੇ ਦਾ ਮਨ ਸਮਾਇਆ ਸੰਸਾਰ ਨਾਲ ਉਲਟ ਕੇ ਹੀ ਸਮਾਇਆ, ਸੰਸਾਰ ਨਾਲ ਜੁੜਿਆ ਹੋਇਆ ਮਨ ਸਮਾਇਆ ਨਹੀਂ ਸਕਦਾ। ਜਿਹੜਾ ਮਨ ਤ੍ਰਿਕੁਟੀ ਜਾਂ ਸੰਸਾਰ ਨਾਲ ਜੁੜਿਆ ਹੋਇਆ, ਸਰੀਰ ਨਾਲ ਤਾਂ ਜੁੜਿਆ ਹੋਇਆ ਹੈ ਹੀ ਉਹ, ਤਾਂ ਗੁਰਬਾਣੀ ਕਹਿੰਦੀ ਹੈ ਤ੍ਰਿਕੁਟੀ ਛੁੱਟਾ ਦਸਵਾਂ ਦੁਆਰ ਖੁੱਲ੍ਹਾ, ਉਹ ਤ੍ਰਿਕੁਟੀ ਦੇ ਵਿੱਚ ਸਮਾਧੀ ਲਾ ਰਹੇ ਨੇ ਜੋਗੀ। ਸਮਾਧੀ ਲੱਗਣੀ ਹੈ ਤ੍ਰਿਕੁਟੀ ਛੱਡ ਕੇ, ਸੁੰਨ ਹੋਣਾ ਤ੍ਰਿਕੁਟੀ ਛੱਡ ਕੇ, ਇਹਦਾ ਪਹਿਲੀ ਸਟੇਜ ਹੈ ਸਮਾਧੀ ਦਾ। ਸਮਾਧੀ ਤੋਂ ਵੀ ਗਾਹਾਂ ਜਾਣਾ, ਜੋ ਗਾਹਾਂ ਆਜੂਗੀ ਸਮਾਧੀ ਵੀ ਥੱਲੇ ਰਹਿ ਜਾਂਦੀ ਹੈ, ਫਿਰ ਸੁਣਨ ਔਰ ਸਮਾਧ ਥੱਲੇ ਰਹਿ ਜਾਂਦੀ ਹੈ, ਇਹ ਤੋਂ ਜੋ ਗਾਹਾਂ ਇੱਕ ਸਟੈਪ ਹੋਰ। ਗੁਰਪ੍ਰਸਾਦ ਅਕਲ ਭਈ ਅਵਰੈ ਨਾਤੁਰ ਥਾ ਬੇਗਾਨਾ, ਨਾਤੁਰ ਥਾ ਬੇਗਾਨਾ, ਗੁਰਪ੍ਰਸਾਦ ਅਕਲ ਭਈ ਅਵਰੈ, ਕਹਿੰਦਾ ਮੇਰੀ ਹੁਣ ਬੁੱਧੀ ਹੋਰ ਹੋ ਗਈ, ਬਦਲ ਗਈ, ਉਹ ਬੁੱਧੀ ਨਹੀਂ ਰਹੀ ਸੰਸਾਰੀ ਸੋਚ ਮੇਰੀ ਹੁਣ ਨਹੀਂ ਰਹੀ। ਜਿੰਨਾ ਚਿਰ ਬੁੱਧੀ ਬਦਲੀ ਹੋਈ ਸੀ, ਦੂਸਰੀ ਸੀ ਪਹਿਲੀ, ਉਹਨਾਂ ਚਿਰ ਮੈਂ ਬੇਗਾਨਾ ਸੀ, ਹੁਣ ਨਹੀਂ ਬੇਗਾਨਾ। ਉਹਨਾਂ ਚਿਰ ਅਨਾਥ ਕਹਿੰਦੇ ਤੇ ਵੀ ਆਹ ਬੱਚਾ ਅਨਾਥ ਹੈ, ਇਹਦਾ ਬਾਪ ਨਹੀਂ ਹੈ ਭਾਈ, ਇਹਦਾ ਕੋਈ ਹੈ ਨਹੀਂ। ਹੁਣ ਪਤਾ ਲੱਗਿਆ ਵੀ ਅਨਾਥ ਤਾਂ ਸਾਰਿਆਂ ਦਾ ਇੱਕੋ ਹੀ ਹੈ, ਅਨਾਥ ਤਾਂ ਕੋਈ ਹੈ ਹੀ ਨਹੀਂ, ਘੱਟ ਘੱਟ ਅਨਾਥ ਅਨਾਥ, ਅਨਾਥ ਤਾਂ ਸਾਰਿਆਂ ਦੇ ਅੰਦਰ ਹੈ, ਸਾਰੇ ਹੀ ਅਨਾਥ ਨੇ, ਅਨਾਥ ਉਹ ਇਕੱਲਾ ਹੀ ਹੈ ਸਾਰਿਆਂ ਦਾ। ਇਹ ਅਨਾਥਾਂ ਦਾ ਅਨਾਥ ਅੰਦਰ ਬੈਠਾ, ਘੱਟ ਘੱਟ ਅਨਾਥ ਅਨਾਥ, ਇਹ ਅਨਾਥ ਦਾ ਅਨਾਥ ਇਹਦੇ ਨਾਲ ਬੈਠਾ ਅੰਦਰ, ਘੱਟ ਦੇ ਵਿੱਚ ਹੈ ਅਨਾਥ, ਇਹ ਅਨਾਥ ਹੈ, ਇਹ ਅਨਾਥ ਦਾ ਮਤਲਬ ਇਹ ਨਹੀਂ ਕਿਸੇ ਦਾ ਅਨਾਥ ਹੈ, ਜੋਗੀ ਨਾਥ ਬਣੀ ਬੈਠੇ ਨੇ ਨਾ ਆਪ, ਦੇਹਧਾਰੀ ਨਾਥ ਨਹੀਂ ਹੁੰਦਾ ਹੈ ਕਿਸੇ ਦਾ, ਨਾਥ ਅੰਦਰ ਹੁੰਦਾ ਹੈ, ਜਿਹਨੇ ਆਤਮਾ ਨੇ ਨੱਥ ਪਾਈ ਉਹ ਨਾਥ ਹੈ, ਜਿਹਦੇ ਬਸ ਵਿੱਚ ਆਤਮਾ ਕੰਟਰੋਲ 'ਚ ਉਹ ਨਾਥ ਹੈ, ਜਿਹਦੇ ਸਰੀਰ ਕੰਟਰੋਲ 'ਚ ਉਹ ਨਹੀਂ ਨਾਥ ਹੈਗਾ। ਇਹ ਅਨਾਥ ਦੇ, ਅਨਾਥ ਦੇ ਕੰਟਰੋਲ 'ਚ ਮਾਇਆ ਹੈ ਸਿਰਫ, ਆਗਿਆਕਾਰੀ ਕਿੰਨੀ ਮਾਇਆ, ਬਸ ਸਰੀਰ ਸਰੀਰ ਦੇ ਕੰਟਰੋਲ 'ਚ ਹੈ, ਆਪਣਾ ਮਨ ਨਹੀਂ ਕੰਟਰੋਲ 'ਚ ਇਹਦੇ, ਆਪਣਾ ਮਨ ਤਾਂ ਕੰਟਰੋਲ 'ਚ ਹੈ ਨਹੀਂ ਇਹਦੇ, ਇਹ ਨਾਥ ਕਿਵੇਂ ਬਣ ਜੂ? ਨਾਥ ਉਹ ਹੈ ਜਿਹਨੇ ਆਤਮਾ ਦੇ ਨਾਥ ਪਾਈ ਹੋਈ ਹੈ। ਅਨਾਥ ਜਾਤ, ਅਨਾਥ ਤਾਂ ਕਹਿੰਦੇ ਨੇ ਵੀ ਇਹਦੇ ਕਿਸੇ ਦੇ ਨੱਥ ਪਾਈ ਹੋਈ ਨਹੀਂ ਹੋਈ, ਇਹਦੇ ਕੰਟਰੋਲ 'ਚ ਕੁਛ ਵੀ ਨਹੀਂ ਹੈ, ਆਪੇ ਅਨਾਥ ਆਪੇ ਕਿਸੇ ਦੇ ਸਾਰੇ ਖੜੇ ਪਿਛਲੇ ਦੇ, ਆਪੇ ਨਾਥ ਦੇ ਸਾਰੇ ਖੜਾ ਹੈ, ਇੰਡੀਪੈਂਡੈਂਟ ਇਹਦੀ ਆਪਣੀ ਕੋਈ ਸ਼ਕਤੀ ਹੈ ਨਹੀਂ, ਇੰਡੀਪੈਂਡੈਂਟ ਆਪ ਕੁਛ ਨਹੀਂ ਹੈ, ਉਹਦੇ ਆਸਰੇ ਹੀ ਹੈ ਸਾਰਾ, ਅੰਤਰਾਤਮਾ ਦੇ ਆਸਰੇ। ਹਾਂਜੀ, ਗੁਰਪ੍ਰਸਾਦ ਅਕਲ ਭਈ ਅਵਰੈ ਨਾਤੁਰ ਥਾ ਬੇਗਾਨਾ, ਨਹੀਂ ਤਾਂ ਬੇਗਾਨਾ ਸੀ ਉਹਨਾਂ ਚਿਰ, ਰਹਾਓ ਨਿਵਰੈ ਦੂਰ ਦੂਰ ਹੁਣ ਨਿਵਰੈ ਜਿਨੀ ਜੈਸਾ ਕਰ ਮੰਨਿਆ, ਕੋਈ ਨੇੜੇ ਕਹਿੰਦਾ ਕੋਈ ਦੂਰ ਕਹਿੰਦਾ, ਪਹਿਲਾਂ ਨੇੜੇ ਹੈ ਚਾਹੇ ਮੰਨ ਲਓ ਦੂਰ, ਜਿਨ ਜੈਸਾ ਕਰ ਮੰਨਿਆ, ਹੁਣ ਜਿਹੜਾ ਮਨਮੁੱਖ ਉਹਦਾ ਦੂਰ ਬਣਦਾ, ਜਿਹੜਾ ਗੁਰਮੁਖ ਉਹ ਨੇੜੇ ਬਣਦਾ, ਗੁਰਮੁਖ ਨੇੜੇ ਤਾਂ ਮੰਨਦਾ ਹੈ ਉਹਦਾ ਧਰ ਉੱਪਰ ਆਕਾਸ਼ ਜਿੰਨਾ ਉਹਦੇ ਕੋਲ ਗਿਆਨ ਹੈ,
ਜਿਹਦੀ ਬਾਹ ਲੰਬੀ ਹੋਵੇ ਉਹ ਤਾਂ ਬੈਠਾ ਹੀ ਚੱਕ ਲੂ ਚੀਜ਼, ਜੇ ਬੱਚੇ ਦੀ ਬਾਂਹ ਛੋਟੀ ਉਹ ਕਿਵੇਂ ਚੱਕ ਲੂ ਉੱਥੋਂ, ਉਹਦੇ ਵਾਸਤੇ ਦੂਰ ਹੈ ਜਿਹੜਾ ਬੈਠ, ਜਿਹਦੀ ਬਾਂਹ ਲੰਬੀ ਉਹਦੇ ਵਾਸਤੇ ਨੇੜੇ, ਜਿਹਦੀ ਲੰਮੀ ਨਜ਼ਰ ਹੈ ਜਿਹਨੀ ਜੈਸਾ ਕਰ ਜਿਹਦੀ ਲੰਮੀ ਨਜ਼ਰ ਹੈ ਉਹਦੇ ਵਾਸਤੇ ਤਾਂ ਨੇੜੇ ਹੈ, ਦੇ ਲੰਮੀ ਨਜ਼ਰ ਜਿਹਨੂੰ ਦੂਰ ਤੱਕ ਨੀਂਦ ਹੈ ਉਹਦੇ ਵਾਸਤੇ ਤਾਂ ਨੇੜੇ ਹੀ ਹੈ ਭਾਈ, ਉਹਦੇ ਵਾਸਤੇ ਦੂਰ ਨਹੀਂ ਹੈ। ਉਹਦੇ ਤਿੰਨ ਲੋਕ ਦਾ ਗਿਆਨ ਹੈ, ਤਿੰਨ ਲੋਕ ਦੇ ਵਿੱਚੋਂ ਚੀਜ਼ ਪਈ ਹੈ, ਤਿੰਨ ਲੋਕ ਦਾ ਵਿਗਿਆਨ ਹੈ, ਤਿੰਨ ਲੋਕ ਦੇ ਅੰਦਰ ਹੀ ਚੀਜ਼ ਪਈ ਹੈ, ਫਿਰ ਉੱਥੇ ਹੁਣ ਦੂਰ ਹੈ ਕਿ ਨੇੜੇ ਹੈ? ਜਿੰਨਾ ਚਿਰ ਦੀਦੀ ਨਹੀਂ ਦੂਰ ਹੈ, ਜਿੰਨਾ ਚਿਰ ਜਾ ਦੀਗੀ ਫਿਰ ਨੇੜੇ ਹੈ, ਕਿ ਲੱਭਣੀ ਤਾਂ ਉੱਥੋਂ ਹੀ ਹੈ ਨਾ, ਚੀਜ਼ ਉੱਥੇ ਹੀ ਪਈ ਹੈ, ਸਾਡੇ ਨਿਗਾਹ 'ਚ ਨਹੀਂ ਆਈ, ਉਹਨੂੰ ਦੂਰ ਕਹਿ ਲਓ ਚਾਹੇ ਨੇੜੇ ਕਹਿ ਲਓ, ਜਿੰਨਾ ਚਿਰ ਦੀਦੀ ਨਹੀਂ ਦੂਰ ਹੈ, ਜਿੰਨਾ ਚਿਰ ਚੀਜ਼ ਲੱਭਦੀ ਨਹੀਂ ਚਾਹੇ ਘਰੇ ਪਈ ਹੈ, ਜਾਂ ਲੱਭ ਗਈ ਫਿਰ ਨੇੜੇ, ਅੰਦਰੋਂ ਹੀ ਖੋਜਣਾ, ਦੂਰ ਕੀ ਕਹੀਏ ਨੇੜੇ ਕੀ ਕਹੀਏ। ਜਿਹਨੀ ਜੈਸਾ ਕਰਮ ਦੂਰ ਮੰਨਦਾ ਸੀ ਉਹ ਨੇੜੇ ਹੋ ਗਿਆ, ਪਹਿਲਾਂ ਦੂਰ ਦੱਸਿਆ ਨਾ ਗ੍ਰੰਥਾਂ ਚ, ਨਿਵਰੇ ਦੂਰ ਦੂਰ ਹੁਣ ਨਿਵਰੇ ਜਿਹਨੀ ਜੈਸਾ ਕਰਮ ਹੈ, ਕਿ ਜਦੋਂ ਇੱਕ ਪਾਸੇ ਤਾਂ ਕਹਿੰਦੇ ਨੇ ਭਾਈ ਅੰਦਰ ਹੈ ਤੇਰੇ, ਦੂਜੇ ਪਾਸੇ ਬਣਾਏ ਨੇ ਉਹ ਉੱਪਰ ਆਕਾਸ਼ਾਂ ਚ ਸਭ ਦੱਸੇ ਹੋਏ ਨੇ, ਕਿਲੋਮੀਟਰ ਯੋਜਨ ਵੀ ਦੱਸੇ ਹੋਏ ਨੇ, ਕਿਲੋਮੀਟਰ ਦਾ ਨੀ ਯੋਜਨ ਹੁੰਦੇ ਸੀ ਉਦੋਂ, ਯੋਜਨ ਵੀ ਦੱਸੇ ਹੋਏ ਨੇ, ਉਹ ਦੂਰ ਬਣਾਏ ਹੋਏ ਨੇ, ਦੂਰ ਮੰਨਦਾ ਸੀ, ਦੂਜੇ ਪਾਸੇ ਅੰਦਰ ਵੀ ਮੰਨੀ ਜਾਂਦੇ ਨੇ, ਇਹ ਦੋਵੇਂ ਗੱਲਾਂ ਕਹੀ ਜਾਂਦੇ ਨੇ। ਉਹ ਜਿਹੜਾ ਦੂਰ ਸੀ ਉਹ ਨੇੜੇ ਹੋ ਗਿਆ, ਦੂਰ ਨਹੀਂ ਰਿਹਾ, ਦੂਰ ਫੁੱਲ ਨੇੜੇ, ਜਿਹਨੀ ਜੈਸਾ ਕਰ ਮੰਨਿਆ ਨਿਵਰਾ ਦੂਰ। ਦੇਖੋ ਅਸਲ ਚ ਜਿਹੜਾ ਨੇੜੇ ਸੀ ਉਹਨੂੰ ਦੂਰ ਬਣਾ ਦਿੱਤਾ ਸੀ ਮਨਮੁੱਖਾਂ ਨੇ, ਪਰਮ ਗਿਆਨੀਆਂ ਨੇ ਜਾਣ ਕੇ ਨਿਵਰੇ ਦੂਰ, ਨਿਵਰੇ ਵਾਲੇ ਨੂੰ ਦੂਰ ਪ੍ਰਚਾਰ ਦਾ ਹੋਇਆ ਲੋਕਾਂ ਨੇ, ਬ੍ਰਹਮ ਕੁਮਾਰੀਆਂ ਵੀ ਪ੍ਰਚਾਰ ਦੀਆਂ ਨੇ, ਹੈ ਨਿਵਰੇ ਪ੍ਰਚਾਰ ਦੇ ਨੇ ਦੂਰ, ਔਰ ਜਿਹੜਾ ਲੱਭ ਲੈਂਦਾ ਉਹ ਨਿਵਰੇ, ਅਸਲ ਚ ਹੈ ਨਿਵਰੇ ਹੀ, ਨਿਵਰੇ ਹੁੰਦਾ, ਦੋ ਬਿਆਨ ਨੇ ਨਾ ਇੱਥੇ, ਨਿਵਰੇ ਔਰ ਦੂਰ ਦੇ ਦੋ ਬਿਆਨ ਨੇ ਨਾ, ਦੂਰ ਨਹੀਂ ਰਹਿੰਦਾ ਨਿਵਰੇ ਹੈ, ਅੰਦਰ ਹੈ, ਜਦ ਦੂਰ ਕਿਵੇਂ ਹੋ ਗਿਆ, ਜੋ ਚੀਜ਼ ਆਪਣੇ ਹੀ ਅੰਦਰ ਹੈ ਉਹ ਦੂਰ ਕਿਵੇਂ ਹੋ ਗਈ? ਕਹੋ ਕਬੀਰ ਹੱਥ ਪੇ ਨੇੜੇ, ਹੱਥ ਵੀ ਆ ਕਰਾਂਗੇ ਜਿਹੜੀ ਚੀਜ਼ ਬਾਹਰ ਹੈ, ਆਪਾਂ ਤੇ ਜਿਹੜੀ ਚੀਜ਼ ਬਾਹਰ ਹੈ ਹੱਥ, ਉਸ ਨੂੰ ਜੋ ਡੱਬੀ ਦੇ ਵਿੱਚ ਚੀਜ਼ ਹੈ ਉਹਨੂੰ ਡੱਬੀ ਹੱਥ ਬਾਹਰ ਨੂੰ ਕਿੱਥੇ ਕਰੂ, ਅੰਦਰ ਹੈ ਤਾਂ ਉਹਦੇ, ਇਹਦਾ ਮਨ ਦੇ ਅੰਦਰ ਹੈ, ਬਾਹਰ ਨੂੰ ਹੱਥ ਕਹਿੰਦੇ ਨੂੰ ਕੱਢੂ, ਮਨ ਅੰਦਰੋਂ ਚੱਕਣਾ, ਅੰਦਰੋਂ ਲੱਭਣਾ, ਆਪਣੇ ਸੁਰਤ ਬਾਹਰ ਨੂੰ ਨਹੀਂ ਜਾਣੀ ਹੈ, ਅੰਦਰ ਨੂੰ ਜਾਣੀ ਹੈ। ਜਿਹਨੀ ਜੈਸਾ ਕਰ ਮੰਨਿਆ, ਜਿਹਨ ਜੈਸਾ ਕਰ ਮੰਨਿਆ, ਬਸ ਇਹ ਨੇ ਜਿਹੜੇ ਦੂਰ ਵਾਲੇ ਮੰਨਦੇ ਨੇ, ਕੁਛ ਕੁਛ ਨੇੜੇ ਵਾਲੇ, ਅਸਲ ਚ ਹੈ ਨੇੜੇ, ਦੂਰ ਫੁਰ ਨਿਬਰਾ, ਜਿਹਨ ਜੈਸਾ ਕਰ ਮੰਨਿਆ। ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਹਨੀ ਪੀਆ ਤਿੰਨੀ ਜਾਣਿਆ। ਪਰ ਇੱਕ ਗੱਲ ਜ਼ਰੂਰ ਹੈ, ਦੂਰ ਨੇੜੇ ਦੋਵੇਂ ਮੰਨੀ ਜਾਂਦੇ ਨੇ, ਮੰਨੀ ਜਾਣ, ਜਿਵੇਂ ਉਹ ਜਿਹੜੀ ਹੁੰਦੀ ਹੈ ਤਾੜੀ ਦਾ ਦਰਖਤ ਹੁੰਦਾ, ਅਲੌਤੀ ਕਾ ਬਰੇਡਾ ਤਾੜੀ ਦੇ ਬ੍ਰਿਸ਼ ਨੂੰ ਕਹਿੰਦੇ ਨੇ, ਉਹਦਾ ਨਸ਼ਾ ਹੁੰਦਾ, ਜਿਹਨੇ ਪੀਤਾ ਹੀ ਨਹੀਂ ਕਦੇ, ਪੰਡਿਤ ਨੇ ਕਹਿੰਦਾ ਤਾੜੀ ਨਹੀਂ ਪੀਣੀ, ਨਸ਼ਾ ਹੁੰਦਾ, ਉਹਨੂੰ ਨਸ਼ੇ ਦਾ ਕੀ ਪਤਾ, ਸੁਣਿਆ ਉਹਨੇ ਨਸ਼ੇ ਦਾ ਪਤਾ ਨਹੀਂ, ਉਹਨੂੰ ਨਸ਼ੇ ਦਾ ਪਤਾ ਉਹਨੂੰ ਇਹ ਨਹੀਂ ਪੀਤਾ, ਸ਼ਰਾਬ ਚ ਨਸ਼ਾ ਹੁੰਦਾ ਕਿਹਾ ਜਾ ਹੁੰਦਾ, ਜਿਹਨੇ ਪੀਤਾ ਨਹੀਂ ਕੀ ਪਤਾ, ਉਹਨੂੰ ਸੁਣੀ ਸੁਣਾਈ ਗੱਲ ਹੈ, ਨਸ਼ੇ ਦਾ ਹੀ ਗਿਆਨ ਨਹੀਂ ਹੈ, ਜਿਹਨੇ ਪੀਆ ਤੈਨ ਜਾਣਿਆ, ਜਿਹਨੇ ਪੀਆ ਤੈਨ ਜਾਣਿਆ, ਇਵੇਂ ਨੇੜੇ ਦੂਰ ਹੈ, ਜਿਹਨੇ ਪ੍ਰਾਪਤ ਕੀਤਾ ਨਾ ਉਹਨੂੰ ਪਤਾ ਦੂਰ ਅਖ ਨੇੜੇ ਹੈ, ਦੂਜਿਆਂ ਦੀ ਸੁਣੀ ਸੁਣਾਈ ਗੱਲ ਹੈ, ਦੂਰ ਵਾਲਿਆਂ ਦੀ ਸੁਣੀ ਸੁਣਾਈ ਗੱਲ ਹੈ, ਪੀਊ ਉਹ ਜਿਹੜਾ ਨੇੜੇ ਆਊ, ਜਿਹੜੀ ਚੀਜ਼ ਨੇੜੇ ਆ ਉਸ ਨੂੰ ਪੀ ਸਕਦਾ, ਦੂਰੋਂ ਕੀ ਪੀਣੀ ਹੈ ਤੁਸੀਂ, ਜੇ ਚੀਜ਼ ਪੀ ਲਈ ਜਮਾਂ ਵਿੱਚ ਅੰਦਰ ਆ ਗਈ ਆਪਣੇ, ਜੋ ਦਰਸ਼ਨ ਕਰ ਲਈ ਚੀਜ਼ ਦਾ ਅੰਦਰ ਵਸ ਗਈ ਆਪਣੇ ਆ ਕੇ, ਜਿਹਨੇ ਪੀਆ ਤਾਂ ਨਹੀਂ ਜਾਣਿਆ, ਜੇ ਨਾਮ ਰਸ ਉਹਨੂੰ ਆਇਆ ਹੀ ਨਹੀਂ ਉਹਨੂੰ ਕੀ ਪਤਾ ਦੂਰੋਂ ਨੇੜੇ ਦਾ, ਇਹ ਸਭ ਸੁਣੀਆਂ ਸੁਣਾਈਆਂ ਗੱਲਾਂ ਨੇ ਪ੍ਰਚਾਰ। ਜਿੰਨਾ ਚਿਰ ਆਪ ਨਾਮ ਨਾਲ ਸਪਰਸ਼ ਨਹੀਂ ਕਿਸੇ ਦਾ ਹੋਇਆ, ਉਹ ਜੋ ਮਰਜ਼ੀ ਕਹੀ ਜਾਵੇ, ਸਾਖੀਆਂ ਬਣਾਈਆਂ ਹੋਈਆਂ ਹੀ ਨੇ। ਹੁਣ ਕਬੀਰ ਇਹ ਤਾਂ ਕਹਿੰਦਾ ਨਹੀਂ, ਉਹ ਕਹਿੰਦਾ ਵੀ ਜਿਹਨੇ ਪੀਤਾ ਉਹ ਜਾਣਦਾ ਨਸ਼ੇ ਨੂੰ ਕਿਹਾ ਜਾ ਹੁੰਦਾ,
ਮੈਂ ਤਾਂ ਪੀ ਲਿਆ, ਮੈਨੂੰ ਤਾਂ ਪਤਾ ਦੂਰ ਨੇੜੇ ਦਾ ਕੀ ਹੈ। ਨਸ਼ਾ ਤਾਂ ਤਾੜੀ ਦੇ ਵਿੱਚ ਹੁੰਦਾ, ਕਿਹੜਾ ਬਾਹਰੋਂ ਆਉਣ। ਨਾਮ ਦੇ ਵਿੱਚ ਨਸ਼ਾ ਹੈ, ਨਾਮ ਵੀ ਇੱਕ ਨਸ਼ਾ ਹੀ ਹੈ। ਤਾੜੀ ਦਾ ਤਾਂ ਦਿੱਤਾ। ਹਾਂਜੀ, ਗੁਰ ਕਰ ਗਿਆਨ ਧਿਆਨ ਕਰ ਮੂ ਆਊ ਨਾ ਅੱਗੇ। ਤੇਰੀ ਉਹ ਕਹਿੰਦਾ ਨਾ ਕਬੀਰ ਕਹਾਂ ਕਹੂਗਾ, ਗੁਰ ਕਰ ਜਿਹੜਾ ਮੈਂ ਸਭ ਕੁਛ ਆਪਣਾ, ਜੇ ਮਦ ਦੇ ਕਲਾਲੀ ਰੇ, ਇੱਕ ਬੂੰਦ ਪਰ ਤਨ ਮਨ ਅਰਪੂ, ਜੇ ਮਦ ਦੇ ਕਲਾਲੀ ਰੇ, ਉਹ ਨਸ਼ਾ ਦੇ ਦੇਵੇ ਮੈਨੂੰ ਕਲਾਲੀ ਨਾਮ ਦਾ। ਇੱਕ ਬੂੰਦ ਪਰ ਤਨ ਮਨ ਅਰਪੂ, ਇੱਕ ਬੂੰਦ ਦੇ ਦੇਵੇ ਕੋਈ, ਤਨ ਮਨ ਲੈ ਲਵੇ ਮੇਰਾ, ਜੇ ਮਦ ਦੇ ਕਲਾਲੀ, ਜੇ ਮਦ ਦੇ ਕਲਾਲੀ ਰੇ, ਇਹ ਨਸ਼ਾ ਦੇ ਦੇਵੇ ਸ਼ਰਾਬ ਦਾ। ਇਹ ਸ਼ਰਾਬ ਦੇ ਖਿਲਾਫ਼ ਬੋਲਦੇ ਨੇ, ਨਾਮ ਦਾ ਤਾਂ ਨਸ਼ਾ, ਕੋਈ ਨਸ਼ਾ ਚੜਦਾ ਹੀ ਨਹੀਂ ਹੋਰ, ਜੇ ਨਾਮ ਦਾ ਹੋਵੇ ਇਹ ਉਤਰਦਾ ਹੀ ਨਹੀਂ। ਦੂਆ ਨਸ਼ਾ ਤਾਂ ਚੜੂ ਜੇ ਉਤਰੂ, ਇੱਕ ਨਸ਼ਾ ਤੇ ਦੂਆ ਨਸ਼ਾ, ਇੱਕ ਰੰਗ ਤੇ ਦੂਆ ਰੰਗ ਤਾਂ ਚੜਦਾ ਜੇ ਉਹਨੂੰ ਫਿੱਕਾ ਪਾ ਦੂ। ਜਿੰਨੀਆਂ ਮਰਜ਼ੀ ਕਥਾ ਕਹਾਣੀਆਂ ਸੁਣੀ ਜਾਓ, ਜਿੰਨਾ ਮਰਜ਼ੀ ਦੁਨੀਆਂ ਦਾ ਗਿਆਨ ਸੁਣੀ ਜਾਓ, ਬ੍ਰਹਮ ਗਿਆਨ ਦੇ ਉੱਤੇ ਕੋਈ ਰੰਗ ਨਹੀਂ ਚੜਦਾ। ਸੰਤ ਨੇ ਛੋਟੇ ਸੰਤ ਹੀ ਕੋਟ ਮਿਲੇ, ਸੰਤ ਸੰਤਾਂ ਦਾ ਅਸਰ ਸੰਤ ਤੇ ਕਿਵੇਂ ਹੋਜੂਗਾ? ਸੰਸਾਰ ਦੇ ਨਸ਼ੇ ਦਾ ਅਸਰ ਸਰੀਰ ਤੇ ਹੋ ਸਕਦਾ, ਆਤਮਾ ਤੇ ਨਹੀਂ ਹੋ ਸਕਦਾ। ਆਤਮਾ ਤੇ ਨਹੀਂ ਹੁੰਦਾ, ਆਤਮਾ ਦੀ ਹੋਰ ਗੱਲ ਹੈ। ਤੇਰੀ ਨਿਰਗੁਣ ਕਥਾ ਕਾਇਸ ਨੂੰ ਕਹੀ ਹੈ, ਐਸਾ ਕੋਈ ਵਿਵੇਕੀ। ਤੇਰੀ ਨਿਰਗੁਣ ਕਥਾ, ਇਹ ਤਾਂ ਨਿਰਗੁਣ ਕਥਾ ਹੈ ਤੇਰੀ। ਨਿਰਗੁਣ ਦਾ ਪਤਾ ਤਿੰਨਾਂ ਗੁਣਾਂ ਦੇ ਉੱਪਰ ਕਥਾ ਹੈ। ਜਿਹੜੀ ਗੀਤਾ ਮਹਾਭਾਰਤ ਹੈ, ਰਮਾਇਣ ਹੈ, ਸਿਮਰਤ ਸ਼ਾਸਤਰ ਨੇ, ਇਹ ਸਰਗੁਣ ਕਥਾ ਹੈ। ਰਜੋ ਤਮੋ ਸਤੋ ਵਾਲੇ ਗੁਣਾਂ ਵਾਲੀ ਕਥਾ ਹੈ। ਜਿਹਨਾਂ ਲੋਕਾਂ 'ਚ ਰਜੋ ਤਮੋ ਸਤੋ ਤਿੰਨ ਗੁਣ ਨੇ, ਉਹਨਾਂ ਦੀਆਂ ਕਥਾਵਾਂ ਨੇ, ਉਹ ਕਹਾਣੀਆਂ ਨੇ। ਇਹ ਨਿਰਗੁਣ ਦੀ ਕਥਾ, ਜੋਤ ਦੀ ਕਥਾ। ਕਾਇਸੋਂ ਕਹੀ ਹੈ, ਕਿਹਨੂੰ ਦੱਸੀਏ? ਤਿੰਨੇ ਗੁਣ ਨਹੀਂ ਹੈ ਇੱਥੇ। ਨਿਰਗੁਣ ਕਥਾ ਕਾਇਸੋਂ ਕਹੀਏ, ਨਿਰਗੁਣ ਸਰੂਪ ਦੀ ਕਥਾ ਹੈ ਇਹ। ਤੇਰੇ ਨਿਰਗੁਣ ਸਰੂਪ ਦੀ ਕਥਾ ਹੈ ਇਹ। ਤੂੰ ਨਿਰਗੁਣ ਹੈ, ਤੇਰਾ ਹੁਕਮ ਸਰਗੁਣ। ਹੁਕਮ ਦੀ ਕਥਾ ਨਹੀਂ, ਕਥਾ ਤੇਰੀ ਹੈ, ਵਡਿਆਈ ਤੇਰੀ ਹੈ, ਵਡਿਆਈ ਤੇਰੀ ਹੈ। ਵਡਿਆਈ ਜੋ ਹੁਕਮ ਹੈ, ਉਹ ਉਹੀ ਤੇਰੀ ਵਡਿਆਈ ਹੈ। ਜੋ ਦੇਖ ਰਹੇ ਹਾਂ, ਜੋ ਕਰ ਰਹੇ ਹਾਂ, ਤੂੰ ਇਹੀ ਤੇਰੀ ਵਡਿਆਈ ਹੈ। ਵਡਿਆਈ ਹਾਕਮ ਦੀ ਹੈ, ਹੁਕਮ ਬੁੱਝ ਕੇ ਹਾਕਮ ਦੀ ਵਡਿਆਈ ਬੁੱਝੀ ਜਾਂਦੀ ਹੈ। ਹਾਂਜੀ, ਕਿਹਨੂੰ ਦੱਸੀਏ? ਐਸਾ ਕੋਈ ਵਿਵੇਕੀ, ਕੋਈ ਵਿਵੇਕੀ ਐਸਾ ਹੋਵੇ ਉਹਨੂੰ ਕਹੀਏ। ਇਹਨਾਂ ਨੂੰ ਕੀ ਦੱਸੀਏ ਨਿਰਗੁਣ ਦੀ ਕਥਾ? ਇਹ ਤਾਂ ਸਰਗੁਣ ਨੂੰ ਸਭ ਕੁਛ ਮੰਨੀ ਬੈਠੇ ਨੇ। ਕਹਿੰਦੇ ਲੈ ਪਰਮਾਤਮਾ ਇੱਥੋਂ ਆ ਚੱਕ ਕੇ ਇੱਥੇ ਗਲਾਸ ਪਰੇ ਰੱਖ ਕੇ ਦਿਖਾਵੇ, ਲੈ ਮੈਂ ਰੱਖਦਾ। ਉਹ ਤਾਂ ਪਰਮਾਤਮਾ ਨੂੰ ਛੋਟਾ ਮੰਨੀ ਬੈਠੇ ਨੇ। ਕਹਿੰਦੇ ਜਦ ਉਹ ਕਰਦਾ ਆਦਮੀ ਦੇ ਰੂਪ 'ਚ ਆ ਕੇ ਕਰਦਾ, ਆਪ ਕੀ ਕਰ ਲੂ? ਚੱਲ ਜੀ, ਆਦਮੀ ਬੜਾ ਉਹ ਛੋਟਾ। ਇਹਨਾਂ ਨਾਲ ਕੀ ਮਗਜ ਮਾਰੀਏ? ਕਾਇਸੋ ਕਹੀਏ, ਕਹੀਏ ਤਾਂ ਕੋਈ ਵਿਵੇਕੀ ਐਸਾ ਮਿਲ ਜਾਵੇ ਉਹਦੇ ਨਾਲ ਗੱਲ ਕਰੀਏ। ਐਸਾ ਕੋਈ ਵਿਵੇਕੀ, ਵਿਵੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿੰਨ ਤੈਸੀ ਝੱਲ ਦੇਖੀ। ਕਬੀਰ ਕਹਿੰਦਾ ਜਿਹਨੇ ਆਪਣੇ ਘਰ ਨੂੰ ਅੱਗ ਲਾ ਲਈ ਨਾ, ਪਲੀਤਾ ਦੇ ਲਿਆ ਆਪਣੇ ਗਿਆਨ ਨੂੰ, ਉਹਨੂੰ ਪਤਾ ਲੱਗਦਾ ਝੱਲ। ਉੱਥੋਂ ਰੋਸ਼ਨੀ ਪੈਦਾ ਹੁੰਦੀ ਹੈ ਨਾ, ਜਾਂ ਗੁਰ ਗਿਆਨ ਘੱਟ ਬਲਦਾ ਹੈ। ਜਿਹਦੇ ਅੰਦਰ ਗੁਰ ਗਿਆਨ ਘੱਟ ਬਲਿਆ, ਆਪਣੇ ਗਿਆਨ ਨੂੰ ਪਲੀਤਾ ਦਿੱਤਾ ਹੈ, ਜਿਹਦਾ ਗੋਲਾ ਗਿਆਨ ਚੱਲਿਆ, ਆਊ ਨਾ ਅੱਗੇ ਪਲੀਤਾ। ਪਲੀਤੇ ਦੀ ਵੀ ਕਥਾ ਆਊਗੀ। ਪ੍ਰੇਮ ਪਲੀਤਾ ਸੁਰਤਾ ਹਵਾਈ, ਗੋਲਾ ਗਿਆਨ ਚਲਾਇਆ। ਜੋ ਗਿਆਨ ਲਿਆ, ਸਾਰਾ ਗਿਆਨ ਜਾਂ ਚੱਲਣਾ ਨਾ, ਵਿਸਫੋਟ ਹੋਣਾ, ਜ਼ਿਆਦੇ ਭਰਮ ਦਾ ਅੰਡਾ ਟੁੱਟਣਾ। ਫੁੱਟੋ ਅੰਡਾ ਭਰਮ ਕਾ, ਮਨੇ ਪਿਆ ਪ੍ਰਗਸ। ਆ ਜਿਹੜਾ ਗਰਭ ਦਾ ਅੰਡਾ ਨਾ, ਭਰਮ ਦਾ ਅੰਡਾ, ਰਾਮ ਗਰਭ ਦਾ, ਇਹ ਟੁੱਟਣਾ ਕਾਹਦਾ? ਪਲੀਤਾ ਦਿੱਤੇ ਤੇ ਹੀ ਟੁੱਟਣਾ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਬ੍ਰਹਮਾਗਨ ਸਹਿਜੇ ਪਰਜਾਲੀ, ਇੱਕੋ ਚੋਟ ਸਜਾਇਆ। ਸਤਸੰਤੋ ਕਲ ਲੈ ਲੜਨੇ ਲਾਗਾ, ਤੋੜੇ ਦੁਆ ਦਰਵਾਜ਼ਾ। ਸਾਧ ਸੰਗਤ ਪਰ ਗੁਰ ਕਿਰਪਾ ਤੇ ਪਕੜਿਓ ਗੜਕਾ ਰਾਜਾ। ਭਗਵਤ ਪੀਰ ਸਿੱਖ ਸਖਤ ਸਿਮਰਨ ਕੀ, ਕੱਟੀ ਕਾਲ ਪੈ ਫਾਸੀ। ਦਾਸ ਕਬੀਰ ਚੜਿਓ ਗੜ ਉੱਪਰ, ਰਾਜ ਲਿਓ ਰਾਜੋ ਬਨਸੀ। ਇਹ ਗਹਾਂ ਉਗਾਂ ਇੱਥੇ ਇੰਨੀ ਗੱਲ ਕਹਿ ਦਿੱਤੀ।
ਕਹਿੰਦੇ ਜਿਹਨੂੰ ਦੀਆ ਪਲੀਤਾ ਤਿੰਨ ਤੈਸੀ ਚੱਲ ਦੇਖੀ। ਜਦ ਕੋਈ ਉਹ ਪਟਾਕਾ ਚੱਲਦਾ ਦੇਖਿਆ ਨਾ ਉਹਦਾ ਪੈਦਾ ਹੁੰਦੀ ਹੈ ਰੋਸ਼ਨੀ ਜੀ। ਬਸ ਕਹਿੰਦਾ ਜਦ ਪਲੀਤਾ ਦੇਣਾ ਗੋਲਾ ਚੱਲਣਾ ਤਾਂ ਚੱਲ ਅੰਦਰੇ ਦੇਖ ਲੈਣੀ ਹੈ। ਉਹਨੇ ਅੰਦਰੇ ਉਹਦੇ ਹੀ ਅੰਦਰ ਜਲਕਾਰਾ ਹੋਣਾ ਜਿਹਦੇ ਅੰਦਰ ਗੋਲਾ ਫਟਣਾ ਗਿਆ ਅੰਦਰ। ਕਿਸੇ ਨੂੰ ਕੀ ਪਤਾ ਲੱਗਣਾ, ਉਹਨੂੰ ਝਲਕਾਰਾ ਮਿਲਣਾ। ਗੌੜੀ ਉਹਦਾ ਕੀ ਹੈ, ਉਹਦੀ ਰਾਤ ਟੁੱਟ ਜਾਣੀ ਹੈ, ਪਿੰਨੀ ਰਹਿਣੜੀ ਹੈ ਚਮਕਣ ਤਾਰੇ। ਜੇ ਹੁਣ ਛੱਤ ਦੇ ਵਿੱਚ ਗਲੀਆਂ ਹੋ ਜਾਣ, ਸੁਰਾਖ ਹੋ ਜਾਣ, ਤਾਂ ਹੀ ਤਾਰੇ ਦੀਦੇ ਨੇ ਬਾਹਰ। ਅੰਦਰ ਕੀ ਪਤਾ ਲੱਗਦਾ ਬਾਹਰ ਤਾਰੇ ਨੇ ਸੂਰਜ ਕੀ ਹੈ। ਹਾਂਜੀ ਗੌੜੀ, ਤਹਿ ਪਾਵਸ ਸਿੰਧ ਧੂਪ ਨਹੀਂ ਛਈਆ, ਤਹਿ ਉਤਪਤ ਪਰਲੋ ਨਾਹੀਂ, ਜੀਵਨ ਮ੍ਰਿਤ ਨ ਦੁੱਖ ਸੁੱਖ ਵਿਆਪੈ, ਸੁਨ ਸਮਾਦ ਦੂੰ ਤੈ ਨਾਹੀਂ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ ਰਹਾਉ, ਅਰਧ ਉਰਧ ਦੋ ਤੈ ਨਾਹੀਂ, ਰਾਤ ਦਿਨਸ ਤੈ ਨਾਹੀਂ, ਜਲ ਨਹੀਂ ਪਵਨ ਪਾਪਕ ਫੁਨ ਨਾਹੀਂ, ਸਤਿਗੁਰ ਤਹਾਂ ਸਮਾਹੀ, ਅਗੰਮ ਅਗੋਚਰ ਰਹੇ ਨਿਰੰਤਰ, ਗੁਰ ਕਿਰਪਾ ਤੇ ਲਹੀਐ, ਕਹੋ ਕਬੀਰ ਬਲ ਜਾਉਂ ਗੁਰ ਆਪਣੇ, ਸਤ ਸੰਗਤੀ ਮਿਲ ਰਹੀ ਹੈ। ਜਦ ਪਲੀਤਾ ਦੇ ਦਿੱਤਾ ਉਹ ਤੋਂ ਬਾਅਦ ਦੀ ਅਵਸਥਾ ਕੀ ਹੈ, ਕਹੋ ਕਬੀਰ ਜਿਨ ਦੀਆ ਪਲੀਤਾ ਤਿੰਨ ਤੈਸੀ ਚੱਲ ਦੇਖੀ, ਜੋ ਦੇਖਿਆ ਉਹ ਦੱਸਦਾ ਉੱਥੇ। ਗੌੜੀ ਕੀ ਦੇਖਿਆ, ਆਹ ਦੇਖਿਆ ਉੱਥੇ, ਤੈ ਪਾਵਸ ਸਿੰਧ ਧੂਪ ਨਹੀਂ ਛਹੀਆ, ਤੈ ਉਤਪਤ ਪਰਲੋ ਨਾਹੀਂ, ਉੱਥੇ ਪਾਵਸ ਨਹੀਂ ਹੁੰਦੀ, ਬਰਸਾਤ ਨਹੀਂ ਹੁੰਦੀ ਉੱਥੇ, ਉਹ ਰੁੱਤਾਂ ਨਹੀਂ ਹੁੰਦੀਆਂ ਉੱਥੇ, ਪਾਵਸ ਪਾਵਸ ਤਾਂ ਨਹੀਂ ਕਿਉਂਕਿ ਉੱਥੇ ਸਮੁੰਦਰ ਹੈ ਨਹੀਂ, ਜਿੱਥੇ ਸਮੁੰਦਰ ਨਹੀਂ ਉੱਥੇ ਬਰਸਾਤ ਕਿੱਥੋਂ ਹੋਣੀ ਹੈ ਭਾਈ। ਸਮੁੰਦਰ ਹੋਊ ਬਰਸਾਤ ਤਾਂ ਹੀ ਹੋਊ, ਵੀ ਤਾਂ ਹੀ ਪਊਗਾ। ਸਿੰਧ ਸਾਗਰ ਹੈ ਨਹੀਂ, ਧੁੱਪ ਨਹੀਂ, ਸੂਰਜ ਹੈ ਨਹੀਂ, ਨਹੀਂ ਛਾਂ ਹੈ ਨਾ ਛਾਂ ਹੈ, ਜੇ ਧੁੱਪ ਹੋਊ ਛਾਂ ਤਾਂ ਹੀ ਹੋਊ, ਤਾਂ ਹਨੇਰੇ 'ਚ ਛਾਂ ਹੁੰਦੀ ਹੈ ਕਿਸੇ ਦੀ, ਦਿਨ ਹੁੰਦਾ ਧੁੱਪ ਹੁੰਦੀ ਹੈ, ਚਾਨਣ ਹੁੰਦਾ ਛਾਂ ਹੁੰਦੀ ਹੈ, ਦੂਏ ਪਾਸੇ ਨਾ ਧੁੱਪ ਹੈ ਨਾ ਛਾਂ ਹੈ, ਨਾ ਤੈ ਉਤਪਤ ਪਰਲੋ ਨਾਹੀਂ, ਨਾ ਉਤਪਤ ਹੈ, ਕੋਈ ਜੰਮਦਾ ਨਾ ਕੋਈ ਮਰਦਾ, ਇਹਦਾ ਮਤਲਬ ਉੱਥੇ ਜੋਤ ਹੈ ਸਰੀਰ, ਉੱਥੇ ਮਾਇਆ ਹੈ ਨਹੀਂ, ਇਹ ਸਭ ਕੁਛ ਮਾਇਆ ਦੇ ਵਿੱਚ ਹੈ। ਧੁੱਪ ਛਾਉ, ਹੁਣ ਜਦ ਸਰੀਰ 'ਚੋਂ ਆਤਮਾ ਨਿਕਲ ਕੇ ਜਾਂਦੀ ਹੈ, ਚਾਹੇ ਦਿਨ ਹੋਵੇ ਤਾਂ ਛਾਉ ਹੁੰਦੀ ਹੈ ਕਿਤੇ, ਉਹਦੀ ਛਾਉ ਹੀ ਨਹੀਂ ਹੁੰਦੀ, ਛਾਉ ਹੋਵੇ ਤਾਂ ਉਹ ਦਿਖ ਵੀ ਜਾਵੇ, ਜਿਹੜੀ ਚੀਜ਼ ਦੀ ਛਾਉ ਹੈ ਉਹ ਦਿਖ ਜੂਗੀ ਅੱਖ ਨੂੰ, ਜੇ ਚੀਜ਼ ਦੀ ਛਾਉ ਨਹੀਂ ਹੁੰਦੀ ਅੱਖ ਨੂੰ ਕਿਵੇਂ ਦਿਖਜੂ। ਇਸ ਕਰਕੇ ਕਹਿੰਦੇ ਨੇ ਭੂਤਾਂ ਦੀ ਛਾਉ ਨਹੀਂ ਹੁੰਦੀ, ਦੇਵਤਿਆਂ ਦੀ ਛਾਉ ਨਹੀਂ ਹੁੰਦੀ, ਤਾਂ ਕਹਿੰਦੇ ਨੇ ਆਤਮਾ ਦੀ ਛਾਉ ਹੁੰਦੀ ਉਹ ਨਹੀਂ। ਹੁਣ ਉੱਥੇ ਛਾਉ ਹੈ ਉਹ ਨਹੀਂ ਕਿਸੇ ਦੀ, ਹੁੰਦੀ ਹੋਈ ਨਹੀਂ, ਧੁੱਪ ਨਹੀਂ ਹੁੰਦੀ, ਮਾਇਆ ਨਹੀਂ ਹੈ, ਜਿੱਥੇ ਮਾਇਆ ਆਹ ਅੱਖ ਉਸ ਚੀਜ਼ ਨੂੰ ਫੜਦੀ ਹੈ ਜਿੱਥੇ ਮਾਇਆ, ਮਲੀਨਤਾ, ਜਿੱਥੇ ਮਾਇਆ ਨਹੀਂ ਉਹਨੂੰ ਨਹੀਂ ਫੜ ਸਕਦੀ। ਮਾਇਆ ਨੂੰ ਕਿਹੜੀ ਅੱਖ ਫੜਦੀ ਹੈ, ਆਹ ਨਹੀਂ ਫੜਦੀ, ਉਹ ਤੀਸਰੀ ਅੱਖ ਫੜਦੀ ਹੈ, ਵਿਵੇਕ ਬੁੱਧੀ ਫੜਦੀ ਹੈ, ਡਾਇਰੈਕਟ ਫੜਦੀ ਹੈ ਅੱਖ, ਡਾਇਰੈਕਟ ਬੁੱਧੀ, ਇਹ ਅੱਖ ਦੀ ਲੋੜ ਨਹੀਂ, ਇਹ ਅੱਖ ਦੀ ਲੋੜ ਹੈ ਸਿਰਫ ਮਾਇਆ ਦੇਖਣ ਵਾਸਤੇ। ਉਹ ਮਾਇਆ ਨਾ ਆਤਮ ਸਰੂਪ ਦੇਖਣ ਵਾਸਤੇ ਅੱਖ ਦੀ ਲੋੜ ਹੀ ਨਹੀਂ ਇਹਦੀ, ਮਾਇਆ ਦੀ ਅੱਖ ਹੈ, ਮਾਇਆ ਹੀ ਦੇਖ ਸਕਦੀ, ਉਹ ਜਿਹੜੀ ਨਿਰਾਕਾਰੀ ਅੱਖ ਹੈ ਨਿਰਾਕਾਰ ਨੂੰ ਦੇਖ ਲੈਂਦੀ ਹੈ, ਉਹ ਨਿਰਾਕਾਰ ਸਰੀਰ ਦੀ ਅੱਖ ਹੈ ਨਾ, ਹਾਲੇ ਉਹਨੂੰ ਸੂਤਕ ਲੱਗਿਆ ਹੋਇਆ ਹੈ ਤਾਂ ਨਹੀਂ ਦਿੰਦਾ, ਜਿਹਦੇ ਸੂਤਕ ਨਹੀਂ ਉਹਨੂੰ ਦੀ ਜਾਂਦਾ ਹੈ, ਅੱਖੀ ਸੂਤਕ ਵੇਖਣਾ ਵੇਖਦੇ ਹਾਂ ਕਿਉਂ, ਪਰਤਰੀ ਹੈ, ਪਰਤਾ ਰੂਪ ਹੈ, ਇੱਥੇ ਹੈ ਪਰਤਰੀ ਹੈ, ਜਿਹੜੀ ਆਤਮ ਗਿਆਨ ਦੀ ਆਪਣੀ ਮਤ ਹੈ ਨਾ, ਅੰਤਰ ਆਤਮਾ ਦੀ ਆਵਾਜ਼, ਇਹਨੂੰ ਛੱਡ ਕੇ ਕਿਸੇ ਦੀ ਬੁੱਧ ਮਗਰ ਅਕਲ ਮਗਰ ਲੱਗਿਆ ਹੈ, ਤੇਰੀ ਅਕਲ ਨੂੰ ਕਹਿੰਦੇ ਨੇ, ਮਤ ਨੂੰ ਕਹਿੰਦੇ ਨੇ, ਦੂਜੇ ਕਿਸੇ ਮਨ ਮਤ ਦੇ ਮਗਰ ਲੱਗ ਕੇ ਲੱਗਣ ਕਰਕੇ ਸੂਤਕ ਹੈ, ਮਨ ਮਤ ਜਿਹਨਾਂ ਕੋਲ ਹੈ ਉਹਨਾਂ ਦੀ ਅੱਖਾਂ ਨੂੰ ਸੂਤਕ ਹੈ, ਪਰ ਧਨ ਪਰ ਧਨ ਪਰ ਗਿਆਨ ਧਨ ਗਿਆਨ ਹੁੰਦਾ, ਪਰਤਰੀਆ ਰੂਪ, ਪਰਤਰੀਆ ਨੇ ਕੀ ਦਿੱਤਾ ਮੂਰਤ, ਕਿਹੜਾ ਚਿੱਤਰ ਦਿੱਤਾ, ਕਿਹੜੇ ਦੇਵੀ ਦੇਵਤੇ ਦੀ ਮੂਰਤੀ ਦਿੱਤੀ ਹੈ, ਰੂਪ ਦਿੱਤਾ, ਉਹ ਰੂਪ ਹੈ ਮੂਹਰੇ ਰੱਖਿਆ ਹੋਇਆ,
ਰੂਪ ਨਹੀਂ ਰੱਖਿਆ ਮੂਹਰੇ, ਰੂਪੇ ਆ ਉਹ, ਕੋਈ ਵਿਸ਼ਨੂੰ ਦਾ, ਕੋਈ ਸ਼ਿਵਜੀ ਦਾ, ਕੋਈ ਕਿਸੇ ਦਾ, ਕੋਈ ਗੁਰੂ ਨਾਨਕ ਦਾ, ਫੋਟੋਆਂ ਜਿਹੜੇ ਰੱਖਦੇ ਨੇ ਰੂਪੇ ਹਨ। ਉਹ ਤ੍ਰਿਆ ਨੇ ਰੂਪ ਦਿੱਤਾ ਤੁਹਾਨੂੰ ਬਣਾ ਕੇ, ਉਹ ਵੱਤ ਨੇ ਰੂਪ ਦਿੱਤਾ, ਪਰ ਤ੍ਰਿਆ ਪਰ ਤੁਹਾਨੂੰ ਗਿਆਨ ਉਹਦਾ ਔਰ ਰੂਪ ਜਿਹੜਾ ਇੱਥੇ ਲੱਗਿਆ ਉਹਦੇ ਅੱਖ ਨੂੰ, ਉਹ ਐਸ ਅੱਖ ਨਾਲੇ ਦੇਖਦਾ, ਦੂਸਰੀ ਨੂੰ ਤਾਂ ਉਹਦੀ ਬੰਦ ਹੈ, ਦੂਸਰੀ ਨੂੰ ਸੂਤਕ ਲੱਗਿਆ ਹੋਇਆ। ਸੂਤਕ ਹੁੰਦਾ ਮਲੀਨ ਹੋਈ ਹੋਈ ਅੱਖ, ਉਹ ਸੂਤਕ ਹੁੰਦਾ ਮਲੀਨ ਹੋ ਜਾਣਾ, ਜਲ ਹੈ ਸੂਤਕ, ਜਲ ਹੈ ਮਲੀਨ, ਸੂਤਕ ਮਲੀਨ ਨੂੰ ਕਹਿੰਦੇ ਨੇ, ਮਤ ਮਲੀਨ ਹੋਈ ਹੋਈ ਹੈ, ਬੁੱਧ ਮਲੀਨ ਹੋਈ ਹੋਈ ਹੈ, ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ, ਅਵਿਦਿਆ ਨਾਲ ਹਿਤ ਕਰ ਲਿਆ ਨਾ, ਅਵਿਦਿਆ ਨਾਲ ਹਿਤ ਕੀਤਾ ਸੀ ਉਹਨਾਂ ਨੇ, ਜਿਹੜੇ ਚੱਕਰ ਬਾਹਰ ਬਣਾ ਲਏ, ਇਹ ਅਵਿਦਿਆ ਹੈ। ਅਰੇ ਚੱਕਰ ਜਿਹੜੇ ਅਸਲੀ ਚੱਕਰ ਦੇ ਨਕਲੀ ਚੱਕਰ ਬਣਾ ਲਏ ਨਾ, ਪੌਣ ਦਾ ਅਰਥ ਵਾਯੂ ਕਰ ਲਿਆ, ਇਹ ਅਵਿਦਿਆ ਸੀ, ਇਹਦੇ ਨਾਲ ਹਿਤ ਕਰ ਲਿਆ, ਵਿਵੇਕ ਦੀਪ ਮਲੀਨ ਹੋ ਗਿਆ ਜੋਗੀਆਂ ਦਾ। ਹਾਂਜੀ, ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪਾ, ਸੁਨ ਸਮਾਧ ਦੋ ਤੈ ਨਹੀਂ। ਦੇਖੋ ਉੱਥੇ ਨਾ ਜੀਵਨ ਹੈ ਨਾ ਮੌਤ ਹੈ, ਜੀਵਨ ਮੌਤ ਤਾਂ ਉੱਥੇ ਜਿੱਥੇ ਸਰੀਰ ਹੈ, ਖੋਜਣਾ ਕਿਹਨੂੰ ਸੀ, ਖੋਜਣਾ ਉਹਨੂੰ ਸੀ ਉੱਤੇ ਪਿੱਛੇ ਆਇਆ ਜਿਹੜਾ ਜਮਦਾ ਮਰਦਾ ਨੀ, ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਵੈਰਾਗੀ, ਖੋਜਿਆ ਨਾ ਜਾਂ ਚੱਲਦੇ ਕੀ ਤੇ ਖੋਜ ਲਿਆ ਉਹ, ਜਾਂ ਪਲੀਤਾ ਦੇ ਕੇ ਚੱਲਦੇ ਕੀ ਆ ਉਹ, ਚੱਲ ਆ ਕੇ ਜਦੋਂ ਹੈ ਨਾ ਰੋਸ਼ਨੀ ਹੋਈ ਆ, ਰੋਸ਼ਨੀ ਚ ਨਜ਼ਰ ਆਇਆ ਹੈ ਸਭ ਕੁਛ, ਅਗਲੀ ਸਟੇਜ ਹੈ ਫਿਰ ਸ਼ਬਦ ਨਾਲੇ ਪਿਆ ਨਾ, ਇਹ ਕੋਈ ਕਥਾ ਦੱਸ ਰਹੇ ਨੇ, ਉਹ ਕਥਾ ਆ, ਕਥ ਕੀ ਸਟੈਪ ਬਾਏ ਸਟੈਪ ਗਾਹ ਨੂੰ ਜਾਣਾ ਇਹ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪਾ, ਜਾਂ ਟੌਰਚ ਦੀ ਲਾਈਟ ਮਾਰੀ ਨਜ਼ਰ ਆ ਗਈ ਕੋਈ ਚੀਜ਼ ਹਨੇਰੇ ਚ ਹੈ, ਜਾਂ ਲਾਈਟ ਪਈ ਯਾਰ ਬਿਜਲੀ ਦੀ ਲਾਈਟ ਚਮਕੀ ਕੋਈ ਚੀਜ਼ ਦੀ, ਦਰਸ਼ਨ ਹੋ ਗਿਆ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪਾ, ਉੱਥੇ ਨਾ ਦੁੱਖ ਹੈ ਨਾ ਸੁੱਖ ਹੈ, ਨਾ ਜੀਵਨ ਹੈ ਨਾ ਮੌਤ ਹੈ, ਸੁਨ ਸਮਾਧ ਦੋ ਤਾਂ ਨਹੀਂ, ਨਾ ਉੱਥੇ ਸੁਨ ਹੈ ਨਾ ਸਮਾਧ ਹੈ, ਸੁਨ ਕੀ ਹੈ ਨਾ ਮਨ ਹੈ ਨਾ ਚਿੱਤ ਹੈ, ਸੁਨ ਸਮਾਧ ਦੋ ਤਾਂ ਨਹੀਂ, ਸਮਾਧ ਉਹਦੇ ਟਕਾ ਟਕਾ ਦਾ ਵੀ ਉੱਥੇ ਹੈ ਨਹੀਂ, ਟਕਾ ਵਾਲੀ ਸ਼ਰਤ ਵੀ ਉੱਥੇ ਨਹੀਂ ਰਹਿੰਦੀ, ਫਿਰ ਟਿਕਣ ਵਾਲੀ ਸ਼ਰਤ ਵੀ ਨਹੀਂ, ਟਿਕਣ ਵਾਲੀ ਸ਼ਰਤ ਵੀ ਉੱਥੇ ਤੱਕਿਆ ਜੇ ਤਕਵਾਇਆ ਦੇ ਵਿੱਚ ਤੂੰ, ਟਿਕਣ ਵਾਲੀ ਸ਼ਰਤ ਉਹਨਾਂ ਚਿਰ ਹੈ ਜਿੰਨਾ ਚਿਰ ਦਾਣਾ ਜੰਮਦਾ ਨਹੀਂ, ਜਾਂ ਜੰਮਿਆ ਫਿਰ ਤਾਂ ਬੂਟਾ ਰੋਜ਼ ਵੱਧਦਾ, ਫਿਰ ਟਿਕਾ ਕਿੱਥੇ, ਫਿਰ ਨਹੀਂ ਟਿਕਣਾ ਹੈ, ਅਤੇ ਉਹ ਤੂੰ ਸੈਰ ਕਰਿਆ ਜੋ ਭਾਵ ਹੈ, ਸੈਰ ਕਰਦਾ ਉਹ ਟਿਕਦਾ ਹੁੰਦਾ, ਸੱਚਖੰਡ ਜਾ ਕੇ ਟਿਕਾ ਵਾਲੀ ਗੱਲ ਸ਼ਰਤ ਨਹੀਂ ਹੈ, ਟਿਕਾ ਵਾਲੀ ਸ਼ਰਤ ਉਹਨਾਂ ਚਿਰ ਹੈ ਜਿੰਨਾ ਚਿਰ ਜੰਮਣਾ ਇੱਕ ਹੋ ਕੇ, ਜਿੰਨਾ ਚਿਰ ਇੱਕ ਹੋ ਕੇ ਬੂਟਾ ਉੱਗਦਾ ਉਹਨਾਂ 'ਚ ਟਿਕਿਆ ਹੋਇਆ ਹੋਣਾ ਚਾਹੀਦਾ, ਉੱਗਿਆ ਹੋਇਆ ਤਾਂ ਹੈ ਹੀ ਨਹੀਂ, ਉੱਗਿਆ ਤਾਂ ਰੋਜ਼ ਵੱਧਦਾ ਅੱਗੇ ਅਤੇ ਅੱਗੇ, ਫਿਰ ਤਾਂ ਵੱਧਦਾ ਉਹ, ਰੋਜ਼ ਪੱਤੇ ਫੁੱਟਦੇ ਨੇ, ਫਲ ਲੱਗਣੇ ਨੇ, ਫੁੱਲ ਲੱਗਣੇ ਨੇ, ਫਿਰ ਨਹੀਂ ਟਿਕਾ ਵਾਲੀ ਗੱਲ ਹੈ, ਆਸ ਕਰਕੇ ਸੁਣ ਸਮਾਂ ਦੋ ਤਾਂ ਨਾ ਹੀ, ਸਮਝ ਲੱਗੀ ਗੱਲ ਦੀ, ਕਿਉਂ ਹੈ ਬੂਟਾ ਹੋ ਗਿਆ, ਬੂਟਾ ਤਾਂ ਅੱਗੇ ਜਾ ਰਿਹਾ, ਰੋਜ਼ ਤੁਰ ਰਿਹਾ ਅੱਗੇ, ਜਿਹੜੇ ਇੱਥੇ ਸੀ ਨਾ ਆ ਕਿਉਂ ਦੇ ਜਵਾਬ, ਉੱਥੇ ਕਿਉਂ ਦੇ ਜਵਾਬ ਲੈ ਰਿਹਾ, ਉਹ ਵੱਧ ਰਿਹਾ, ਹੋਰ ਕੀ ਵੱਧ ਰਿਹਾ, ਜਿਹੜੇ ਇੱਥੇ ਕਿਉਂ ਦੇ ਜਵਾਬ ਹੈ ਨਹੀਂ ਸੀ, ਉਹ ਸਾਰੇ ਕਿਉਂ ਦੇ ਜਵਾਬ ਉੱਥੇ ਮਿਲ ਰਹੇ ਨੇ ਹੁਣ, ਉਹ ਕਿਉਂ ਜ਼ਿਆਦਾ ਨੇ, ਆਏ ਕਿਉਂ ਥੋੜ੍ਹੇ ਨੇ, ਉੱਥੇ ਬਹੁਤ ਗਿਆਨ ਹੈ ਜ਼ਿਆਦਾ, ਇੱਥੇ ਤਾਂ ਕੁਛ ਵੀ ਨਹੀਂ, ਇੱਥੇ ਤਾਂ ਕਣਕਾ ਇੱਕ ਗਿਆਨ ਦਾ, ਆ ਜਿਹੜਾ ਅਸੀਂ ਲੈ ਰਹੇ ਤਾਂ ਕਣਕਾ ਹੀ ਹੈ, ਉੱਥੇ ਦਾ ਕੀ ਹੈ, ਉਹ ਮੁੱਕਣ ਵਾਲੇ ਖਜ਼ਾਨਾ ਨਹੀਂ ਉੱਥੇ, ਫਿਰ ਉੱਥੇ ਕਿਵੇਂ ਟੇਕੇ ਬਹਿ ਜੂ, ਚੌਥੇ ਲੋਕ ਦਾ ਗਿਆਨ ਨਹੀਂ ਹੈਗਾ ਇਹਦੇ ਕੋਲ, ਤਿੰਨ ਲੋਕ ਦਾ ਹੀ ਗਿਆਨ ਹੈ, ਚੌਥੇ ਲੋਕ ਦਾ ਗਿਆਨ ਉੱਥੇ ਜਾ ਕੇ, ਉੱਥੇ ਫਿਰ ਉੱਥੇ ਟਿਕਾ ਕਿੱਥੇ, ਜਿੱਥੇ ਗਿਆਨ ਹੋਰ ਲੈਣਾ ਟਿਕਾ ਉੱਥੇ ਕਿੱਥੇ ਹੋ ਗਿਆ, ਸਮਾਧੀ ਵਾਲੀ ਗੱਲ ਨਹੀਂ ਹੈ, ਅਤੇ ਜੋਗੀ ਖਤਮ ਹੋ ਗਏ ਇੱਥੇ ਬਿਲਕੁਲ, ਜੋਗੀ ਸਮਾਧੀ ਦੀ ਗੱਲ ਕਰਦੇ ਨੇ, ਸਮਾਧੀ ਵੀ ਕਿਸੇ ਹੱਦ ਤੱਕ ਹੈ, ਦਾਣਾ ਜਿੰਨਾ ਚਿਰ ਇੱਕ ਹੈ ਉਹਨਾਂ ਚਿਰ ਟਿਕਿਆ ਹੋਇਆ, ਹਿੱਲ ਨਹੀਂ ਸਕਦਾ, ਹਿੱਲੇ ਪਿਆ ਦਾਲ ਹੋ ਜੂ, ਦੋਵਾਂ 'ਚੋਂ ਜਿਹੜਾ ਵੀ ਹਿੱਲਿਆ ਦਾਲ ਹੋ ਜੂਗੀ, ਜਾਂ ਜੰਮ ਪਿਆ, ਨਾ ਸੁਣ ਰਿਹਾ ਨਾ ਸਮਾਧੀ, ਦੋ ਇੱਕ ਹੋ ਗਏ, ਨਾ ਉੱਥੇ ਚਿੱਤ ਲੱਭਣਾ ਨਾ ਉੱਥੇ ਮਨ ਲੱਭਣਾ, ਦੋ ਹੀ ਨਹੀਂ ਲੱਭਣੇ, ਹਰ ਦੌਰ ਦਿੱਤਾ ਨਾ ਹੀ ਅੱਗੇ ਪੜ੍ਹ ਕੇ ਕਹਿੰਦੇ ਨੇ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਇਹ ਜਾਗਦਿਆਂ ਦੀ ਕਥਾ ਹੈ,
ਇਹ ਸੁੱਤਿਆਂ ਦੀ ਕਥਾ ਨਹੀਂ ਆ, ਸੁੱਤਿਆਂ ਦੀਆਂ ਕਥਾ ਨੇ ਸਾਰੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਆ ਟੀਕੇ ਵੀ ਸੁੱਤੇ ਪਿਆਂ ਦੇ ਲਿਖੇ ਹੋਏ ਨੇ, ਉਹ ਜਾਗਦਿਆਂ ਦੀ ਕਥਾ ਹੈ ਸਹਿਜ ਕੀ, ਸੁੱਤੇ ਪਏ ਅਰਥਾ ਰਹੇ ਨੇ, ਕਿਵੇਂ ਅਰਥਾ ਦਿੰਦੇ ਬਾਣੀ ਨੂੰ ਸੁੱਤੇ ਪਏ, ਉਹ ਜਗਾਉਣ ਵਾਲੀ ਹੈ ਗੁਰਬਾਣੀ ਇਹ, ਅਜੇ ਤਾਂ ਸੁੱਤੇ ਪਏ ਨੇ ਅਰਥਾਉਣ ਵਾਲੇ, ਸਹਿਜ ਕੀ ਆ ਕਥ ਕਥਾ ਹੈ ਨਿਰਾਲੀ, ਇਹ ਨਿਰਾਲੀ ਕਥਾ ਹੈ, ਇਹ ਸੰਸਾਰੀ ਕਥਾ ਨਹੀਂ ਹੈ। ਸ਼ਾਮ ਨੂੰ ਤਾਂ ਦੂਈ ਪੜ੍ਹਨ ਲੱਗ ਜਾਂਦੇ ਹੋ ਤੁਸੀਂ ਇਤਿਹਾਸ, ਤੁਸੀਂ ਆਹ ਨਿਰਾਲੀ ਕਥਾ ਨੂੰ ਕਿਵੇਂ ਸਮਝ ਲਓਗੇ, ਜੇ ਨਿਰਾਲੀ ਕਥਾ ਨੂੰ ਸਮਝ ਲਿਆ ਇਤਿਹਾਸ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਇਤਿਹਾਸ ਦਾ ਕੀ ਮਤਲਬ, ਇਤਿਹਾਸ ਤਾਂ ਫਿਰ ਉੱਥੇ ਲਿਆ ਕੇ ਸੁੱਟ ਦੂਗਾ ਖੱਡੇ 'ਚ, ਉਹ ਤਾਂ ਫਿਰ ਮਾਇਆ ਨਾਲ ਜੋੜ ਦੂਗਾ। ਇਤਿਹਾਸ ਉਸੇ ਖੱਡੇ ਸੁੱਟਦਾ ਜਿੱਥੋਂ ਨਿਕਲ ਕੇ ਆਏ ਹਾਂ ਸਾਰਾ ਹੀ। ਇਹਨਾਂ ਨੂੰ ਕੀ ਪਤਾ ਇਤਿਹਾਸ ਕੀ ਕਰਦਾ, ਮਾਇਆਧਾਰੀਆਂ ਨੂੰ ਕੀ ਪਤਾ ਵੀ ਇਤਿਹਾਸ ਕੀ ਕਰਦਾ, ਇਹ ਨਿਰਾਲੀ ਕਥਾ ਨਾ ਸੁਣੀ ਨਾ ਇਹਦਾ ਪਤਾ ਨਿਰਾਲੀ ਦਾ। ਤੁਲਣੇ ਹੀ ਚੜ੍ਹੇ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਤੁਲਣੇ ਹੀ ਚੜ੍ਹੇ, ਇਹਨੂੰ ਕੋਈ ਫਸਾ, ਇਹਨੂੰ ਤੋਲ ਨਹੀਂ ਸਕਦਾ ਕੋਈ, ਤੋਲੇ ਕਾਹਦੇ ਨਾਲ ਹੈ। ਜਾਏ ਨਾ ਮੁਕਾਤੀ, ਨਾ ਨਾ ਮੁੱਕ ਸਕਦੀ ਹੈ, ਹਲਕੀ ਲੱਗੇ ਨਾ ਭਾਰੀ, ਨਾ ਭਾਰੀ ਹੈ ਨਾ ਹਲਕੀ ਵੀ ਨਹੀਂ ਹੈ, ਗੱਲ ਵਜਨਦਾਰ ਹੈ ਪਰ ਦਿਲ 'ਤੇ ਬੋਝ ਨਹੀਂ ਪਾਉਂਦੀ, ਬੋਝ ਲਾਉਂਦੀ ਹੈ, ਗੱਲ ਵਜਨਦਾਰ ਹੈ ਬੋਝ ਲਾਉਂਦੀ ਹੈ, ਹਉਮੈ ਉਹ ਭਰਮ ਪੈਦਾ ਭਾਰ ਦੂਰ ਕਰਦੀ ਹੈ, ਗੱਲ ਵਜਨਦਾਰ ਹੈ। ਹੁਣ ਦੱਸੋ ਵਜਨਦਾਰ ਹੈ ਹਲਕੀ ਹੈ ਜਾਂ ਭਾਰੀ ਹੈ, ਨਾ ਹਲਕੀ ਹੈ ਨਾ ਭਾਰੀ ਹੈ, ਹਲਕੀ ਵੀ ਨਹੀਂ ਗੱਲ, ਕਹਿੰਦੇ ਹਲਕੀ ਜੀ ਗੱਲ ਕਰਦੀ, ਹਲਕੀ ਵੀ ਨਹੀਂ ਕਹਿ ਸਕਦੇ ਉਹਨੂੰ, ਭਾਰੀ ਵੀ ਨਹੀਂ ਕਹਿ ਸਕਦੇ। ਹਲਕੀ ਗੱਲ ਤਾਂ ਉਹ ਹੁੰਦੀ ਹੈ ਜਿਹੜੀ ਝੂਠੀ ਹੋਵੇ, ਜਿਹ 'ਚ ਕੋਈ ਤੱਤ ਨਾ ਹੋਵੇ, ਆਪਾਂ ਕਹਿੰਦੇ ਯਾਰ ਹਲਕੀ ਜੀ ਗੱਲ ਕਰਤੀ, ਤਾਂ ਜਿਹ 'ਚੋਂ ਕੁਛ ਲੱਭਣ ਨੂੰ ਨਹੀਂ ਉਹ ਗੱਲ ਹਲਕੀ ਹੁੰਦੀ ਹੈ, ਹਲਕੀ ਨਹੀਂ ਹੈ ਪਰ ਭਾਰੀ ਵੀ ਨਹੀਂ, ਮਨ 'ਤੇ ਬੋਝ ਵੀ ਨਹੀਂ ਪੈਦਾ ਕਰਦੀ, ਇਹ ਯਾਦ ਕਰਨ ਵਾਲੀ ਚੀਜ਼ ਨਹੀਂ ਹੈ। ਜਿਵੇਂ ਸਿਮਰਤ ਸ਼ਾਸਤਰ ਸੀ, ਵੇਦ ਪੁਰਾਣ ਪੜ੍ਹ ਲਏ, ਕਹਿੰਦੇ ਵੇਦ ਪੁਰਾਣ ਪੜ੍ਹੇ ਕਾਕਿਆ ਗੁਣ, ਖਰ ਚੰਦਨ ਜਸ ਭਾਰਾ, ਉਹਦਾ ਵੀ ਖੋਤੇ 'ਤੇ ਚੰਦਨ ਲੱਦ ਤਾਂ ਬੋਝ ਹੈ, ਜੇ ਗ੍ਰੰਥ ਲੱਦ ਦੀਏ ਪਰ ਵੇਦ ਲੱਦ ਦੀਏ ਖੋਤੇ 'ਤੇ ਉਹਨੂੰ ਤਾਂ ਬੋਝ ਓਨਾ ਹੀ ਹੈ, ਉਹ ਕਿਹੜਾ ਪੜ੍ਹਿਆ ਹੋਇਆ ਉਹ ਖੋਤ, ਉਹਨੇ ਕਥਾ ਕਰਨੀ ਉਹਨਾਂ ਦੀ, ਉਹ ਜਿਹੜੇ ਯਾਦ ਕਰਨੇ ਨੇ ਦਿਮਾਗ 'ਤੇ ਬੋਝ ਹੁੰਦਾ, ਇਹ ਯਾਦ ਕਰਨ ਵਾਲੀ ਕਥਾ ਨਹੀਂ, ਇਹ ਸਮਝੀ ਹੋਈ ਚੀਜ਼ ਹੈ, ਜਿਹੜੀ ਚੀਜ਼ ਆਪਾਂ ਸਮਝ ਲਈ ਉਹਦਾ ਬੋਝ ਨਹੀਂ ਹੁੰਦਾ। ਅਰਧ ਉਰਧ ਦੋ ਤਾਂ ਨਹੀਂ, ਰਾਤ ਦਿਨਸ ਤਾਂ ਨਹੀਂ, ਅਰਧ ਉਰਧ ਦੋ ਤਾਂ ਨਹੀਂ, ਨਾ ਉੱਥੇ ਚਿੱਤ ਹੈ ਨਾ ਮਨ, ਅਰਧ ਉਰਧ ਦੋਏ ਹੇ ਨੇ, ਅੱਧੇ ਅੱਧੇ ਨੇ ਦਾਲ ਹੈ ਨਾ, ਅਰਧ ਅਰਧ ਉਰਧ ਦੀ ਦਾਲ ਹੈ, ਉਰਧ ਮਨ ਹੈ, ਉਰਧ ਤਾਂ ਗਿਆ ਹੁਣ ਪੁੱਠਾ ਆ ਗਿਆ ਮੁੜ ਕੇ ਘਰ ਨੂੰ, ਪੁੱਠਾ ਹੋਇਆ ਹੈ ਨਾ ਉਰਧ, ਉਲਟਿਆ ਹੋਇਆ, ਉਲਟ ਕੇ ਸਮਾਇਆ ਨਾ ਮਨ, ਜਿਹੜਾ ਉਲਟ ਕੇ ਸਮਾਇਆ ਉਹਦਾ ਨਾ ਉਰਧ ਹੈ, ਦੂਆ ਤਾਂ ਜਿਵੇਂ ਸੀ ਪਹਿਲਾਂ ਉਵੇਂ ਸੀ, ਉਹ ਤਾਂ ਅਰਧ ਹੈ, ਅਰਧ ਉਰਧ ਨਵੇੜਾ, ਅੱਗੇ ਬਾਵਨ ਅੱਖਰੀ 'ਚ ਆ ਜਾਣਾ ਅਰਧ ਉਰਧ ਕੀ ਹੁੰਦਾ, ਅਰਧ ਉਰਧ ਤਾਂ ਨਹੀਂ, ਜਿਹੜੇ ਦਾਲ ਦੇ ਦੋ ਹਿੱਸੇ ਨੇ ਨਾ, ਦੋਏ ਨਹੀਂ ਰਹਿਣੇ, ਕੋਈ ਪੇੜ ਬਣ ਜਾਣਾ, ਪੇੜ 'ਚੋਂ ਲੱਭੋ ਕਿੱਥੇ ਨੇ ਦੋਏ, ਜਾਂ ਜੰਮਣਾ ਨਾ ਫਿਰ ਨਹੀਂ ਰਹਿਣਾ, ਜਦ ਇਹਨੇ ਸ਼ਬਦ ਵਿੱਚ ਸਮਾ ਜਾਣਾ ਇੱਕ ਹੋ ਕੇ, ਫਿਰ ਨਾ ਚਿੱਤ ਰਹਿਣਾ ਨਾ ਮਨ ਰਹਿਣਾ, ਰਾਤ ਦਿਨਸ ਤਾਂ ਨਹੀਂ, ਜਦ ਇਹਨੇ ਸ਼ਬਦ ਵਿੱਚ ਸਮਾ ਜਾਣਾ ਨਾ ਇੱਕ ਹੋ ਕੇ, ਫਿਰ ਨਾ ਚਿੱਤ ਰਹਿਣਾ ਨਾ ਮਨ ਰਹਿਣਾ, ਦੋਏ ਨਹੀਂ ਰਹਿਣੇ, ਦੋਏ ਖਤਮ, ਰਾਤ ਦਿਨਸ ਤਾਂ ਨਹੀਂ, ਨਾ ਉੱਥੇ ਰਾਤ ਹੈ ਨਾ ਦਿਨ, ਇਹ ਤਾਂ ਮਾਇਆ 'ਚ ਨੇ, ਜਾਂ ਰਾਤ ਨਹੀਂ ਦਿਨ ਨਹੀਂ, ਮਹੀਨੇ ਨਹੀਂ, ਫਿਰ ਇਹ ਜਿਹੜੇ ਕੱਤਕ ਦਾ ਮਹੀਨਾ, ਮੱਘਰ ਦਾ ਮਹੀਨਾ, ਸਾਉਣ ਦੇ ਮਹੀਨੇ ਦੀ ਕਥਾ ਕਰਦੇ ਨੇ, ਫਿਰ ਉਹ ਕਾਹਦੀ ਕਰਦੇ ਨੇ, ਬਾਣੀ ਦਾ ਸੱਚਖੰਡ ਤੋਂ ਆਈ ਹੋਈ ਹੈ, ਰੁੱਤਾਂ ਦੀ ਕਥਾ ਕਰਦੇ ਨੇ, ਸੰਸਾਰੀ ਰੁੱਤਾਂ ਮਿਲਾ ਕੇ ਕਿਵੇਂ ਕਰਦੇ ਨੇ ਕਥਾ, ਹੈ ਉੱਥੇ ਤਾਂ ਕੁਛ ਵੀ ਨਹੀਂ ਹੈ, ਜਿੱਥੇ ਚੰਦ ਸੂਰਜ ਨਹੀਂ ਉੱਥੇ ਰੁੱਤਾਂ ਨਹੀਂ ਹੁੰਦੀਆਂ, ਜੇ ਉੱਥੇ ਬਸੰਤ ਕਿਹਾ ਹੋਇਆ ਤਾਂ ਬਸੰਤ ਦਾ ਉੱਥੇ ਮਤਲਬ ਕੁਛ ਹੋਰ ਹੈ, ਬਸੰਤ ਦਾ ਮਤਲਬ ਸਾਰੇ ਵਸੇ ਹੋਏ ਨੇ, ਉਹ ਟਿਕੇ ਹੋਏ ਨੇ, ਸਾਰਿਆਂ ਦੇ ਅੰਦਰ ਟਿਕਾਓ ਹੈ, ਉਹਨਾਂ ਦਾ ਮਨ ਭਟਕਦਾ ਨਹੀਂ ਹੈ, ਨਾਨਕ ਤੇਰਾ ਬਸੰਤ ਹੈ, ਜਿਹਨ ਕੇ ਹਿਰਦੇ ਕੰਤ, ਜਿਹਨ ਘਰ ਵਸਿਆ ਕੰਤ, ਕਹਿੰਦਾ ਬਸੰਤ ਉਹਨਾਂ ਨੂੰ ਹੈ ਜਿਹਨਾਂ ਦੇ ਸ਼ਬਦ ਗੁਰੂ ਪ੍ਰਗਟ ਹੈ, ਕੰਤ ਘਰ ਵਸਦਾ, ਉਹ ਵਸੇ ਹੋਏ ਨੇ, ਵੀ ਬਸੰਤ ਉੱਥੇ ਬਸੰਤ ਪੰਚਮੀ ਦੀ ਗੱਲ ਹੈ, ਇਹ ਬਸੰਤ ਦੀ ਰੁੱਤ ਦੀ ਗੱਲ ਹੈ, ਤੇਰਾ ਬਸੰਤ ਹੈ, ਉਹਨਾਂ ਦੀ ਸਦਾ ਹੀ ਬਸੰਤ ਹੈ, ਜਿਹਨ ਘਰ ਵਸਿਆ ਕੰਤ,
ਤੇ ਇਹ ਬਸੰਤ ਦਾ ਰਾਗ ਬਸੰਤ ਪੰਚਮੀ ਦੇ ਰਾਗ ਬਸੰਤ ਰਾਗ ਗਾਈ ਜਾਂਦੇ ਨੇ, ਇਹ ਬਸੰਤ ਰਾਗ ਗਾਈ ਜਾਂਦੇ ਨੇ। ਹਾਂਜੀ ਹੁਣ ਬਸੰਤ ਰਾਗ ਸ਼ੁਰੂ ਕਰਦੇ, ਇਹਨਾਂ ਨੂੰ ਪਤਾ ਹੀ ਨਹੀਂ ਬਸੰਤ ਹੁੰਦਾ ਕੀ ਹੈ, ਉਹ ਗੁਰਬਾਣੀ ਕੀ ਕਹਿੰਦੇ, ਤੁਸੀਂ ਕੀ ਕਰਦੇ ਹੋ। ਜਿਹੜੀਆਂ ਚੀਜ਼ਾਂ ਕੱਟੀਆਂ ਹੋਈਆਂ ਤਾਂ ਉਹਨਾਂ ਨੂੰ ਸਗੋਂ ਕਹਿੰਦੇ ਨੇ, ਉਹਨਾਂ ਦਾ ਪ੍ਰਚਾਰ ਕਰ ਰਹੇ ਨੇ। ਜਿਹਨਾਂ ਨੂੰ ਗੁਰਬਾਣੀ ਮੰਨਦੀ ਨਹੀਂ ਨਾ, ਰਿਜੈਕਟ ਕੀਤੀਆਂ ਹੋਈਆਂ ਨੇ, ਉਹ ਚੀਜ਼ਾਂ ਪਰੋਸ ਕੇ ਦੇ ਰਹੇ ਨੇ ਰਾਗੀ। ਰਾਗੀ ਨੇ ਨਾ, ਜੇ ਤਾਂ ਵਿਰਾਗੀ ਹੁੰਦੇ ਫਿਰ ਤਾਂ ਸਮਝ ਲੈਂਦੇ, ਵਿਰਾਗੀ ਤੋਂ ਵਿਰਾਗੀ ਵੀ ਨਹੀਂ ਸਮਝਦੇ ਜੋ ਅਨੁਰਾਗੀ ਹੋ ਗਏ। ਜੇ ਤਾਂ ਵਿਰਾਗੀ ਤੋਂ ਅਨੁਰਾਗੀ ਹੋ ਜਾਂਦੇ ਫਿਰ ਤਾਂ ਦਿੰਦੇ ਉਹ ਠੀਕ ਸ਼ਬਦ ਭਾਵੇਂ ਇਹੀ ਗਾਇਨ ਕਰਦੇ, ਪਰ ਉਹ ਸਮਝਾਉਂਦੇ ਫਿਰ ਤਾਂ ਵੀ ਭਾਈ ਗੱਲ ਆ ਹੈ। ਹੁਣ ਇਹਦਾ ਬਸੰਤ ਨੂੰ ਪ੍ਰੋਜੈਕਟ ਕਰਦੇ ਨੇ ਵੀ ਬਸੰਤ ਆ ਗਈ, ਹੁਣ ਇਹ ਸ਼ਬਦ ਗਾਓ। ਚਲ ਨਹੀਂ ਪਵਨ ਪਾਵਕ ਫੁਣ ਨਾਹੀਂ ਸਤਿਗੁਰ ਤਾਂ ਸਮਾਹੀ। ਜਲ ਨਹੀਂ ਹੈ ਇੱਥੇ, ਪਾਣੀ ਨਹੀਂ ਹੈ ਇੱਥੇ, ਪਾਵਕ ਅੱਗ ਵੀ ਨਹੀਂ ਹੈ ਇੱਥੇ, ਮਾਇਆ ਹੈ ਉਹ ਨਹੀਂ। ਪਾਵਕ ਫੁਣ, ਜਲ ਨਹੀਂ ਪਵਨ ਪਾਵਕ ਫੁਣ ਨਾਹੀਂ ਸਤਿਗੁਰ ਪਵਨ ਹੈ, ਹਵਾ ਹੈ, ਨਾ ਜਲ ਹੈ, ਨਾ ਅੱਗ ਹੈ, ਫੁਣ ਨਹੀਂ ਸਤਿਗੁਰ ਤਾਂ ਸਮਾਹੀ, ਸਤਿਗੁਰ ਤਾਂ ਸਮਾਹੀ। ਇੱਕ ਗੱਲ ਜਿਹੜੀ ਨਹੀਂ ਕਹੀ ਉਹ ਦੱਸੋ ਕੀ ਹੈ, ਆਕਾਸ਼ ਨਹੀਂ ਕਿਹਾ ਵੀ ਉੱਥੇ ਹੈ ਨਹੀਂ, ਆਕਾਸ਼ ਵੱਧ ਨਹੀਂ ਕਿਹਾ ਨੀ, ਚਾਰੇ ਤੱਤ ਨਹੀਂ ਹਨ, ਪੰਜਵਾਂ ਨਹੀਂ ਕਿਹਾ ਨੀ। ਆਕਾਸ਼ ਦਾ ਉਹਦਾ ਸਰੀਰ ਹੈ, ਤਾਂ ਹੀ ਆਕਾਸ਼ੀ ਦੇ ਤੁਹਾਨੂੰ 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 ਮਜਾ। ਜੇ ਆਕਾਸ਼ ਵੀ ਨਾ ਹੁੰਦਾ ਫਿਰ ਉਹਦਾ ਵਜੂਦ ਇਹ ਨੀ, ਉਹ ਕੋਈ ਵਸਤੂ ਇਹ ਨੀ। ਫਿਰ ਜੇ ਕਹਿੰਦੇ ਨੇ ਆਕਾਸ਼ ਹੈ ਨੀ ਤਾਂ ਉਹਦਾ ਵਜੂਦ ਵੀ ਹੈ ਨੀ, ਫਿਰ ਵਸਤੂ ਇਹ ਨੀ ਕੋਈ। ਆਕਾਸ਼ ਨਹੀਂ ਕਿਹਾ ਹੋਇਆ ਹੈ ਨੀ, ਹਵਾ ਨਹੀਂ ਹੈ, ਅੱਗ ਨਹੀਂ ਹੈ, ਪਾਣੀ ਨਹੀਂ ਹੈ, ਮਿੱਟੀ ਹੁੰਦੀ ਹੈ ਪਾਣੀ ਚ, ਮਿੱਟੀ ਦਾ ਚਲੋ ਮਿੱਟੀ ਦੀ ਤਾਂ ਕੋਈ ਗੱਲ ਨਹੀਂ ਹੈ, ਮਿੱਟੀ ਤਾਂ ਹੁੰਦੀ ਹੈ, ਮਲੀਨਤਾ ਹੈ, ਇਹ ਨਹੀਂ ਹਨ। ਆਕਾਸ਼ ਕਹਿੰਦੇ ਨਹੀਂ ਕਿਹਾ, ਆਕਾਸ਼ ਨਹੀਂ ਕਹਿ ਸਕਦੇ, ਕਹਿ ਨਹੀਂ ਸਕਦੇ, ਸਤਿਗੁਰ ਤਾਂ ਸਤਿਗੁਰ ਤਾਂ ਸਮਾਈ, ਸਤਿਗੁਰ ਦੀ ਦੇਹ ਆਕਾਸ਼ ਹੈ। ਅਗਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀ ਹੈ। ਅਗਮ ਅਗੋਚਰ ਰਹੇ ਨਿਰੰਤਰ, ਨਿਰੰਤਰ ਲਗਾਤਾਰ ਅਗਮ ਅਗੋਚਰੇ ਬਣਿਆ ਹੋਇਆ ਸੰਸਾਰ ਵਾਸਤੇ, ਸੰਸਾਰ ਵਾਸਤੇ। ਹੁਣ ਜੇ ਇਹਦੇ ਉਲਟੇ ਅਰਥ ਵੀ ਹੋ ਸਕਦੇ ਨੇ, ਅਗਮ ਅਗੋਚਰ ਰਹੇ ਨਿਰੰਤਰ, ਦੱਸੋ ਕੀ ਅਰਥ ਕਰੋਗੇ, ਇਹਦੇ ਅਰਥੇ ਨਹੀਂ ਬਣਦੇ ਕੁਛ ਵੀ। ਸੰਸਾਰ ਵਾਸਤੇ ਅਗਮ ਅਗੋਚਰੇ ਬਣਿਆ ਰਹਿੰਦਾ ਉਹ, ਜਿਹੜੀ ਗੱਲ ਕਬੀਰ ਦੱਸ ਰਿਹਾ, ਸੰਸਾਰ ਨੂੰ ਦੱਸ ਰਿਹਾ ਵੀ ਉਹ ਇਸ ਇਹ ਜਗ੍ਹਾ ਅਗਮ ਗੋਚਰ ਬਣੀ ਰਹਿੰਦੀ ਹੈ ਹਮੇਸ਼ਾ ਹੀ ਸੰਸਾਰ ਵਾਸਤੇ, ਇਸੇ ਨੂੰ ਅਗਮ ਗੋਚਰ ਕਹਿੰਦੇ ਹਾਂ। ਗੁਰ ਕਿਰਪਾ ਤੇ ਲਹੀ ਹੈ, ਗੁਰ ਕਿਰਪਾ ਤੋਂ ਗਿਆਨ ਦੀ ਕਿਰਪਾ ਨਾਲ ਇਹਦੀ ਸਮਝ ਆਉਂਦੀ ਹੈ, ਇਹਦੀ ਪ੍ਰਾਪਤੀ ਹੁੰਦੀ ਹੈ, ਇਹ ਪਕੜ 'ਚ ਆਉਂਦੀ ਹੈ। ਗਿਆਨ ਹੋਵੇ ਐਸਾ ਕਿਤੋਂ ਮਿਲ ਜਾਵੇ, ਚਾਹੇ ਗ੍ਰੰਥਾਂ 'ਚੋਂ ਮਿਲ ਜਾਵੇ, ਚਾਹੇ ਚਾਹੇ ਕਿਸੇ ਆਦਮੀ ਕੋਲ, ਆਦਮੀ ਵੀ ਇੱਕੋ ਹੀ ਗੱਲ ਹੈ। ਗੁਰ ਕਿਰਪਾ ਤੇ ਲਈ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤੀ ਮਿਲ ਰਹੀ ਹੈ। ਕਹੋ ਕਬੀਰ ਬਲ ਜਾਉ ਗੁਰ ਆਪਣੇ, ਕਬੀਰ ਕਹਿੰਦਾ ਮੈਂ ਆਪਣੇ ਗਿਆਨ ਤੋਂ ਬਲ, ਜਿਹੜਾ ਮੇਰੇ ਕੋਲ ਹੁਣ ਗਿਆਨ ਹੈ, ਗੁਰਦੇਵ ਨਹੀਂ ਹੈ ਕਬੀਰ ਦਾ ਕੋਈ ਬੰਦਾ ਨਹੀਂ ਉਹਨੂੰ ਕੋਈ ਮਿਲਿਆ, ਇਹਦਾ ਵੀ ਮਹਿਸੂਸ ਕਰ ਲੈਣਗੇ। ਇੱਕ ਸ਼ਬਦ ਉਸ ਆਦਮੀ ਦਾ ਸਵਾਮੀ ਰਾਮਾਨੰਦ ਦਾ ਜਿਹਨੂੰ ਕਹਿੰਦੇ ਨੇ ਕਬੀਰ ਦਾ ਗੁਰੂ ਸੀ ਗੁਰਬਾਣੀ 'ਚ, ਉਹ ਉਸ ਮਤ ਤੋਂ ਖਿਲਾਫ ਬੋਲਿਆ ਜਿਹੜੀ ਮਤ ਉਹਦੀ ਪਹਿਲਾਂ ਧਾਰਨ ਕੀਤੀ ਹੋਈ ਸੀ, ਜਿਹੜੀ ਮਤ ਸਵਾਮੀ ਰਾਮਾਨੰਦ ਦੀ ਪਹਿਲੀ ਸੀ ਜਿਹਦੇ ਨਾਲ ਕਬੀਰ ਨੂੰ ਮਾਲਾ ਦਿੱਤੀ ਹੈ, ਉਹ ਤਾਂ ਹੀ ਖਿਲਾਫ ਹੈ ਉਹਦਾ ਸ਼ਬਦ ਇੱਕ। ਇਹਦਾ ਮਤਲਬ ਹੈ ਉਹਨੇ ਤਾਂ ਉਹ ਮਤ ਆਪ ਛੱਡਤੀ ਸੀ ਰਾਮਾਨੰਦ ਨੇ, ਕਬੀਰ ਤੋਂ ਸੁਣ ਕੇ ਕਬੀਰ ਤੋਂ ਸਮਝ ਕੇ ਗੱਲ, ਉਹਨੇ ਵੀ ਉਹ ਮਤ ਛੱਡਤੀ, ਆਹ ਮਤ ਧਾਰਨ ਕਰ ਲਈ ਸੀ। ਅਤੇ ਕਬੀਰ ਰਾਮਾਨੰਦ ਦਾ ਚੇਲਾ ਹੁਣ ਵੀ ਪ੍ਰਚਾਰ ਕਰੀ ਜਾਂਦੇ ਨੇ, ਕਿਉਂ ਕਰਦੇ ਨੇ, ਜੇ ਇਹ ਪ੍ਰਚਾਰ ਹੋ ਜਾਂਦਾ ਵੀ ਉਹ ਰਾਮਾਨੰਦ ਨੇ ਮਤ ਛੱਡਤੀ ਤਾਂ ਕਾਸ਼ੀ ਵਾਲੀ ਹਿੰਦੂ ਮਤ ਸਾਰੀ ਉਹ ਫੇਲ ਹੋ ਜਾਂਦੀ, ਸਾਰੇ ਸੰਤਾਂ ਦੀ ਮਤ ਫੇਲ ਹੋ ਜਾਂਦੀ ਹੈ, ਮਾਲਾ ਵਾਲੀ ਮਤੇ ਫੇਲ ਹੋ ਜਾਂਦੀ ਹੈ। ਉਹਨੂੰ ਬਚਾਉਣ ਵਾਸਤੇ ਇਹ ਪੇਸ਼ਾਵਰ ਬੰਦੇ ਨੇ ਨਾ ਸੰਤ,
ਬਾਕੀ ਸੰਗਤ ਕੋਲ ਤਾਂ ਆਪਣੇ ਕੰਮ ਕਰਦੇ ਨੇ, ਇਹਨਾਂ ਦਾ ਕੰਮ ਇਹੀ ਹੈ, ਇਹਨਾਂ ਦਾ ਕੰਮ ਇਹੀ ਹੈ, ਇਸੇ ਕੰਮ 'ਤੇ ਲੱਗੇ ਨੇ ਵੀ ਜਿਹੜੀ ਝੂਠੀਆਂ ਮੱਤਾਂ ਨੇ ਇਹ ਸਰਵਾਈਵ ਕਿਵੇਂ ਕਰਨ, ਇਹਨਾਂ ਨੂੰ ਬਚਾਉਣਾ ਕਿਵੇਂ, ਇਹਨਾਂ ਦਾ ਕੰਮ ਹੈ, ਕਿਉਂਕਿ ਉੱਥੋਂ ਇਹਨਾਂ ਨੂੰ ਉੱਥੋਂ ਹੀ ਇਹਨਾਂ ਨੂੰ ਆਮਦਨ ਹੈ। ਆ ਤਾਂ ਮਤ ਜਿਹੜੀ ਆਹਰ ਸੱਚ ਸਿੱਖਾਂ ਦੀ ਜਿਹੜੀ ਮਾਤਾ ਦਾ ਨਿਰਾ ਮੁੱਖ ਦਾ ਘਰ ਹੈ, ਮਾਇਆ ਤਾਂ ਉਹਦਾ ਪਿੱਛੇ ਨੂੰ ਕਰਦੀ ਹੈ, ਮਾਇਆ ਨੂੰ ਛੱਡੋ ਤਿਆਗੋ। ਸਿੱਖਾਂ ਦਾ ਜਿਹੜਾ ਕਹਿੰਦਾ ਆਨੰਦ ਹੈ ਜੀ, ਉਹਦਾ ਨਿਰਾ ਮੁੱਖ ਦਾ ਘਰ ਹੈ, ਉਹ ਫਸ ਗਿਆ ਸੀ ਵਿਚਾਰਾ ਪਠਾਨ ਆਨੰਦ ਆ ਕਹਿ ਕੇ, ਦੋ ਰੋਟੀਆਂ ਉਹਨੇ ਖਾ ਲਈਆਂ, ਦੋਵੇਂ ਸਿੱਖ ਨੇ ਖਾਧੀਆਂ, ਸਿੱਖਾਂ ਦੇ ਘਰ ਚਲੇ ਗਏ, ਚਲੇ ਚਲੇ ਉਹ ਕਹਿੰਦਾ ਭਾਈ ਅੱਜ ਪ੍ਰਸ਼ਾਦਾ ਛਕ ਲਈਏ, ਕਹਿੰਦਾ ਠੀਕ ਹੈ ਮੈਂ ਵੀ ਛਕ ਲੈਂਦਾ, ਉਹਨੇ ਦੋ ਆਪਣੀ ਛਕ ਕੇ ਕਹਿਤਾ ਆਨੰਦ ਜੀ, ਉਹਨੇ ਵੀ ਕਹਿਤਾ ਫਿਰ ਆਨੰਦ ਜੀ ਵੀ ਕੋਈ ਹੋਰ ਚੀਜ਼ ਹੋਊ ਆਨੰਦ ਖਾਣੇ ਵਾਲੀ, ਉਹਨੂੰ ਕੀ ਪਤਾ ਆਨੰਦ ਜੀ ਕੀ ਹੁੰਦਾ, ਉਹਨਾਂ ਨੇ ਆਪਣਾ ਭਾਈ ਹੋਰ ਦੇਣਾ ਕੀ ਸੀ ਹੱਥੋਂ ਹੱਥ, ਤੇ ਉਹ ਦੇਖੇ ਵੀ ਆਨੰਦ ਜੀ ਆਇਆ ਹੀ ਨਹੀਂ, ਮੈਂ ਤਾਂ ਅੱਧਾ ਭੁੱਖਾ ਰਹਿ ਗਿਆ, ਫਿਰ ਮੈਂ ਤਾਂ ਦੋ ਤਿੰਨ ਹੋਰ ਖਾਣੀਆਂ ਸੀ, ਚੁੱਪ ਕਰ ਗਿਆ, ਚਲੋ ਕੋਈ ਨਹੀਂ। ਘਰ ਜਾ ਕੇ ਕਹਿੰਦੇ ਵੀ ਕਿਵੇਂ, ਕਹਿੰਦਾ ਬਈ ਸਿੱਖਾਂ ਦੇ ਰੋਟੀ ਵੀ ਖਾਧੀ, ਮੱਖਣੀ ਵੀ ਲੱਸੀ ਵੀ ਪੀਤੀ, ਉਹ ਤਾਂ ਮੱਖਣੀ ਵੀ ਦਿੱਤੀ, ਲੱਸੀ ਵੀ, ਰੋਟੀ ਮਿੱਸੀ ਰੋਟੀ ਵੀ ਦਿੱਤੀ, ਉਹ ਤਾਂ ਠੀਕ ਆ, ਪਰ ਜਿਹੜਾ ਉਹਨਾਂ ਦਾ ਆਨੰਦ ਆ ਜੀ, ਉਹਨਾਂ ਦਾ ਭੁੱਖ ਦਾ ਘਰ ਹੈ, ਆਨੰਦ ਆ ਜੀ ਕਹਿੰਦਾ ਮੇਰਾ ਹੀ ਭੁੱਖ ਦਾ ਘਰ ਹੈ, ਮੈਂ ਆਨੰਦ ਆ ਜੀ ਨੇ ਭੁੱਖਾ ਮਾਰਿਆ, ਜੇ ਮੈਂ ਨਾ ਕਹਿੰਦਾ ਆਨੰਦ ਆ ਜੀ ਤਾਂ ਹੋਰ ਮੰਗ ਹੋਰ ਮਿਲ ਜਾਣਾ ਸੀ, ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਇਹਨਾਂ ਦਾ ਆਨੰਦ ਆ ਜੀ ਭੁੱਖ ਦਾ ਘਰ ਹੈ, ਇਹ ਸੰਤਾਂ ਨੇ ਕੀ ਕਰਨਾ, ਸੰਤ ਨਹੀਂ ਇਹਦੇ ਨੇੜੇ ਆਉਂਦੇ, ਇਹ ਤਾਂ ਜੋ ਤੂੰ ਦੇਹ ਸੋਈ ਉਹ ਖਾਈ, ਉਹਨਾਂ ਦਾ ਨਹੀਂ ਸਰਦਾ ਇਹਦੇ ਨਾਲ, ਉਹਨਾਂ ਨੇ ਕਾਰਾਂ ਲੈਣੀਆਂ ਕਰੋੜ ਕਰੋੜ ਰੁਪਈਏ ਦੀਆਂ, ਉਹਨਾਂ ਦਾ ਕਿਵੇਂ ਸਰ ਜਾਊਗਾ, ਇਹਨਾਂ ਦਾ ਨਹੀਂ ਸਰਦਾ ਇਹਦੇ ਨਾਲ। ਇਹ ਮਾਲਾ ਵਾਲੇ ਜਿਹੜੇ ਨੇ ਨਾ, ਇਹਨਾਂ ਦਾ ਨਹੀਂ ਸਰਦਾ ਹੈ, ਇਹਨਾਂ ਨੇ ਤਾਂ ਉਹ ਆਪਣਾ ਨਾਲੇ ਇਹ ਕਿਤੇ ਸੰਤ ਇਹਦੇ ਕਰਕੇ ਬਣੇ, ਨਾਮ ਵਾਸਤੇ ਬਣੇ ਨੇ, ਇਹਦਾ ਨਾਮ ਦੇ ਰਹੇ ਨੇ ਲੋਕਾਂ ਨੂੰ, ਇਹ ਲੈਣ ਵਾਸਤੇ ਨਹੀਂ ਬਣੇ ਹੋਏ ਨਾਮ, ਨਾਨਕ ਨਾਮ ਮੰਗਦਾ ਹੈ, ਇਹ ਦੇ ਰਹੇ ਨੇ ਲੋਕਾਂ ਨੂੰ, ਪਤਾ ਨਹੀਂ ਕਿੱਥੋਂ ਲਿਆਂਦਾ ਇਹਨਾਂ ਨੇ, ਜਾਂ ਤਾਂ ਨਾਮ ਜਾਲੀ ਹੈ, ਜਿਵੇਂ ਉਹ ਪਾਕਿਸਤਾਨ ਜਾਲੀ ਕਰੰਸੀ ਛਾਪੀ ਜਾਂਦੇ ਨੇ ਜਿੰਨੀ ਮਰਜ਼ੀ ਲੈ ਲਓ, ਜਾਂ ਤਾਂ ਨਾਮ ਹੀ ਜਾਲੀ ਹੈ ਨਾ, ਪਰ ਸਾਰੇ ਨਾਮ ਦੇ ਰਹੇ ਨੇ, ਨਾਨਕ ਨਾਮ ਮੰਗ ਰਿਹਾ, ਨਾਨਕ ਮੰਗ ਹੈ ਨਾਮਦਾਨ ਕਿਰਪਾ ਕਰੋ ਹਰੇ, ਲੈ ਨਾਨਕ ਨਾਮ ਮੰਗ ਰਿਹਾ, ਇਹ ਨਾਮ ਦੇ ਰਹੇ ਨੇ, ਪਤਾ ਨਹੀਂ ਕਿੱਥੋਂ ਮਿਲ ਗਿਆ ਇਹਨਾਂ ਨੂੰ, ਇਹ ਡੁਪਲੀਕੇਟ ਜਾਲੀ ਨਾਮ ਹੈ ਇਹਨਾਂ ਕੋਲ ਸਾਰਿਆਂ ਕੋਲ, ਚਾਹੇ ਉਹ ਸਰਸੇ ਵਾਲੇ ਨੇ ਕੋਈ ਵੀ ਹੈ, ਚਾਹੇ ਰਾਧਾ ਸਵਾਮੀ ਨੇ, ਸਾਰੇ ਜਾਲੀ ਹੈ ਇਹਨਾਂ ਕੋਲ, ਇਹਨਾਂ ਕੋਲ ਦੱਸਣ ਦਾ ਸਹੀ ਤੁਹਾਡੇ ਕੋਲ ਆਇਆ ਕਿੱਥੋਂ ਹੈ, ਕਿਹਾ ਜਿਹਾ ਨਾਮ ਹੈ, ਕਿੱਥੋਂ ਆਇਆ, ਉਹ ਗੁਰਬਾਣੀ ਨਾਲ ਮਿਲਾ ਕੇ ਤਾਂ ਦੇਖੋ ਵੀ ਉਹ ਨਾਮ ਉਹੀ ਹੈ ਗੁਰਬਾਣੀ ਵਾਲਾ, ਤੁਹਾਡੇ ਕੋਈ ਹੋਰ ਹੈ, ਜਿਹੜੇ ਨਾਮ ਕੇ ਧਾਰੇ ਸਗਲੇ ਜੰਤ ਨੇ, ਸਾਬਤ ਕਰੋ ਤੁਹਾਡੇ ਵਾਲੇ ਨਾਮ ਦੇ ਧਾਰੇ ਸਗਲੇ ਜੰਤ ਨੇ, ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨੇ, ਉਹ ਦੱਸੋ ਉਹ ਵੀ ਹੈਗੇ ਨੇ, ਪਰਖ ਵੀ ਲਈਏ ਉਹਨੂੰ ਨਾਮ ਨੂੰ, ਬਈ ਲੋੜ ਪਰਖਿਆ ਜਾਂਦਾ ਨਾ, ਫਿਰ ਵੀ ਜਾਲੀ ਆਇਆ ਨਹੀਂ, ਨਾਮ ਦੀ ਤਾਂ ਸੁਖਮਣੀ ਸਾਹਿਬ ਜਿਹੜੀ ਵਿਆਖਿਆ ਸਾਰੀ ਗੁਰਬਾਣੀ ਜੇ ਵਿਆਖਿਆ ਕੀਤੀ ਹੈ, ਨਾਮ ਦੀ, ਨਾਮ ਦਾ ਨੇਜਾ, ਨਾਮ ਦਾ ਨੇਜਾ, ਨੇਜੇ ਮੈਂ ਲੱਗਦਾ ਹੈਗਾ ਨੇਜੇ ਵਾਲਾ ਨਾਮ ਤੁਹਾਡੇ ਤੁਹਾਡੇ ਕੋਲ, ਨਾਮ ਤਾਂ ਮਾਰ ਦਿੰਦਾ, ਆ ਜਿਹੜਾ ਗੁਰਬਾਣੀ ਦਾ ਨਾਮ ਹੈ ਮਾਰਦਾ ਆਦਮੀ ਨੂੰ, ਜੇ ਮਾਰਨ ਵਾਲਾ ਹੋਵੇ ਨੇੜੇ ਨਾ ਜਾਵੇ ਤੁਹਾਡੇ ਕੋਈ, ਇਹ ਉਪਦੇਸ਼ ਹੈ ਨਾ ਜਿਹੜਾ, ਇਹ ਮਾਰਦਾ, ਮਰਿਆ ਫੁਨ ਜੀਵ ਹੈ, ਪਹਿਲਾਂ ਮਰਨ ਕਬੂਲ, ਪਹਿਲਾਂ ਜਿਹੜਾ ਉਪਦੇਸ਼ ਦੇਣਾ ਉਹਦੇ ਨਾਲ ਮਾਰਨਾ ਹੀ ਹੈ, ਕਹਿੰਦੇ ਮਰਨ ਕਬੂਲ ਕਰ ਲੈ, ਜੋ ਉਪਦੇਸ਼ ਦੇਣਾ ਉਹਦੇ ਨਾਲ ਤੈਨੂੰ ਮਾਰ ਦੇਣਾ, ਇਹ ਕਹਿੰਦੇ ਨੇ ਮਾਰ ਦੇਣਾ, ਕੋਈ ਨਹੀਂ ਕਹਿੰਦਾ, ਕੋਈ ਕੌਣ ਕਹਿੰਦਾ ਇਹਨਾਂ ਦੇ ਮਾਰ ਦੇਣਾ, ਕੋਈ ਨਹੀਂ ਕਹਿੰਦਾ, ਬਾਂਹ ਫੜ ਕੇ ਲੈ ਜਾਵਾਂਗੇ, ਸਭ ਫਰੋਡ ਹੈ ਧਰਮ ਦੇ ਨਾਂ 'ਤੇ, ਗੁਰਬਾਣੀ ਦੇ ਹਿਸਾਬ ਨਾਲ ਫਰੋਡ ਹੈ ਇਹਨਾਂ,
ਲੈ ਕੇ ਗੁਰਬਾਣੀ ਨੂੰ ਚੱਲਦੇ ਨੇ ਸਾਰੇ, ਕਰਦੇ ਨੇ ਸਾਰੇ ਫਰੌਡ। ਅਸਲ 'ਚ ਜਿਹੜਿਆਂ ਦੇ ਇਹ ਚੇਲੇ ਨੇ ਉਹਨਾਂ ਨੂੰ ਸਮਝ ਨਹੀਂ ਸੀ, ਇਹ ਮੰਨ ਲੈਣ ਵੀ ਸਮਝ ਨਹੀਂ ਸੀ, ਦੁਬਾਰਾ ਪਤਾ ਲੱਗ ਗਿਆ, ਇਹਦਾ ਪ੍ਰਚਾਰ ਕਰ ਲੈਣ। ਕੀ ਹਰਜਾ ਮਿਲਣ ਦਾ? ਉਹ ਹਰਜਾ ਜਿਹਨਾਂ ਨੇ ਮੰਨਿਆ ਉਹਨਾਂ ਨੇ ਕੁਛ ਪ੍ਰਾਪਤ ਕੀਤਾ, ਜੇ ਗੁਰੂ ਅਮਰਦਾਸ ਨੇ ਮੰਨ ਲਿਆ ਪ੍ਰਾਪਤ ਵੀ ਕਰ ਲਿਆ ਕੁਛ, ਜੇ ਗੁਰੂ ਅੰਗਦ ਨੇ ਮੰਨ ਲਿਆ ਪ੍ਰਾਪਤ ਵੀ ਕੁਛ ਕਰ ਲਿਆ, ਜੇ ਕਬੀਰ ਨੇ ਮੰਨ ਲਿਆ ਪ੍ਰਾਪਤ ਵੀ ਕਰ ਲਿਆ ਕੁਛ। ਪਹਿਲਾਂ ਖੋਟਾ ਛੱਡ ਦਿੱਤਾ, ਉਬਾਲਾ ਵਾਲਾ ਖੋਟਾ ਛੱਡ ਦਿੱਤਾ, ਆਹ ਦੂਆ ਲੈ ਲਿਆ, ਇਹੀ ਦੱਸਿਆ ਹੋਇਆ ਵੀ ਖੋਟਾ ਕੀ ਸੀ, ਖਰਾ ਕੀ ਸੀ। ਕਹੋ ਕਬੀਰ ਬਣ ਜਾਊ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਖੋਟੇ ਨਾਮ ਨਾਲ ਦੁਨੀਆਂ ਦੀ ਵਡਿਆਈ ਤਾਂ ਹੈ, ਖੋਟਾ ਧਨ ਜਿਹੜਾ ਦੁਨੀਆਂ ਦੀ ਵਡਿਆਈ ਤਾਂ ਹੈ, ਜਿੰਨੀ ਪਬਲਿਕ ਜ਼ਿਆਦਾ ਮਗਨ ਲਾ ਲਉਂਗੇ ਦੁਨੀਆਂ ਦੀ ਵਡਿਆਈ ਹੈ, ਹਰੇਕ ਸਿਆਸਤਦਾਨ ਤੁਹਾਡੇ ਕੋਲ ਆਊਗਾ, ਤੁਹਾਡੀਆਂ ਗੱਲਾਂ ਵੀ ਮੰਨੂਗਾ, ਫੰਡ ਵੀ ਬਥੇਰੇ ਦੇ ਦੇਣਗੇ, ਕਿ ਵੋਟਾਂ ਚੜ੍ਹਾਉਣੀਆਂ ਨੇ ਉਹਨਾਂ ਨੇ, ਦਰਗਾਹ ਚ ਕਿਸੇ ਨੇ ਨਹੀਂ ਪੁੱਛਣਾ, ਗਾਂ ਨਹੀਂ ਕੰਮ ਆਉਣਾ ਇਨਾਮ ਜੀਵਨ ਵਿੱਚ, ਨਾ ਬਾਕੀ ਧਨ ਇੱਥੇ ਰਹਿ ਜਾਣ, ਸੰਸਾਰੀ ਜਾਤ ਗਾਂ ਨਹੀਂ ਕੰਮ ਆਉਂਦਾ ਹੈਗਾ, ਇਹ ਭੁਲੇਖੇ ਧੋਖੇ ਨਾ ਰਹੋ। ਹਾਂਜੀ, ਕਹੋ ਕਬੀਰ ਬਲ ਜਾਊ ਗੁਰ ਆਪਣੇ, ਸਤ ਸੰਗਤ ਦੀ ਮਿਲ ਰਹੀ ਹੈ। ਹਾਂ, ਕਬੀਰ ਕਹਿੰਦਾ ਮੈਂ ਆਪਣੇ ਗੁਰ ਤੋਂ, ਆਪਣੇ ਗਿਆਨ ਤੋਂ ਕੁਰਬਾਨ ਜਾਣਾ, ਜਿਹਨੇ ਸੱਚ ਨੂੰ ਸਮਝ ਲਿਆ, ਸਤ ਸੰਗਤ ਦੀ ਮਿਲ, ਸੱਚ ਨੂੰ ਸਮਝ ਲਿਆ, ਸੱਚ ਨੂੰ ਜਾਣ ਲਿਆ ਜਿਹੜੇ ਗਿਆਨ ਨੇ, ਔਰ ਉਹਦੀ ਸੰਗਤ ਦੇ ਵਿੱਚ ਮੈਂ ਮਿਲਿਆ ਰਹਿੰਦਾ, ਸਤ ਸੰਗਤ ਮਿਲ ਰਹੀ ਹੈ, ਉਹਦੀ ਸੱਚ ਦੀ ਸਮਝਣ ਨਾਲ, ਸੱਚ ਦੀ ਸੋਝੀ ਨਾਲ ਮੈਂ ਸੱਚ ਦੇ ਨਾਲ ਜੁੜਿਆ ਰਹਿਣਾ, ਅੰਤਰ ਆਤਮਾ ਨਾਲ ਜੁੜਿਆ ਰਹਿਣਾ, ਸਤ ਸੰਗਤ ਹੀ ਮਿਲ ਰਹੀ ਹੈ, ਮੈਂ ਮਿਲਿਆ ਰਹਿਣਾ ਆਪਣੇ ਗਿਆਨ ਦੀ ਵਜ੍ਹਾ ਨਾਲ। ਦੁਨੀਆਂ ਕੋਲ ਗਿਆਨ ਨਹੀਂ ਹੈ, ਇਸ ਕਰਕੇ ਝੂਠ ਦੀ ਸੰਗਤ ਨਾਲ ਜੁੜੀ ਹੈ, ਸਰੀਰ ਨਾਲ ਜੁੜੀ ਹੋਈ ਹੈ, ਮਾਇਆ ਮੋਹ ਨਾਲ ਜੁੜੀ ਹੋਈ ਹੈ। ਮਾਇਆ ਮੋਹ ਜਦ ਛੁੱਟਦਾ ਜਾਂ ਸੱਚ ਦਾ ਪਤਾ ਲੱਗੇ, ਸੱਚ ਦਾ ਗਿਆਨ ਮਿਲੇ, ਸੱਚ ਦੀ ਸੋਝੀ ਹੋਵੇ, ਆਤਮਾ ਦਾ ਗਿਆਨ ਮਿਲੇ, ਆਤਮਾ ਸੱਤ ਸਰੂਪ ਹੈ, ਜੋ ਮਰਦਾ ਨਹੀਂ ਉਹ ਆਤਮਾ ਹੈ, ਜੋ ਮਰਦਾ ਨਹੀਂ ਉਹ ਸੱਚ ਹੈ। ਸੰਸਾਰ ਦਾ ਸੱਚ ਕੀ ਹੈ? ਸੰਸਾਰ ਦਾ ਸੱਚ ਆਤਮਾ ਹੈ, ਸੰਸਾਰ 'ਚ ਸੱਚ ਆਤਮਾ ਹੀ ਹੈ। ਇੱਥੇ ਜਿਹੜਾ ਆਤਮ ਗਿਆਨ ਆਤਮ ਦੇ ਲੈਵਲ 'ਤੇ ਜਿਉਂਦਾ, ਆਪਣੇ ਮੂਲ ਨਾਲ ਜੁੜ ਕੇ ਰਹਿੰਦਾ, ਉਹ ਖਰਾ ਖਜ਼ਾਨੇ 'ਚ ਪੈ ਜਾਂਦਾ। ਉਹਨਾਂ ਦੀ ਸੰਗਤ ਉੱਥੇ ਜਾ ਕੇ ਹੀ ਹੁੰਦੀ ਹੈ, ਇੱਥੇ ਤਾਂ ਉਹਨਾਂ ਦੇ ਹੁਕਮ ਚੱਲਦਾ ਹੈ, ਇੱਥੇ ਤਾਂ ਹੁਕਮ ਦੇ ਵਿੱਚ, ਹੁਕਮ ਦੇ ਨਾਲ ਚੱਲਦਾ, ਇੱਥੇ ਤਾਂ ਉਹਨਾਂ ਦੇ ਹੁਕਮ ਦੇ ਵਿੱਚ ਚੱਲਦਾ। ਸੰਗਤ ਤਾਂ ਫਿਰ ਉੱਥੇ ਜਾ ਗਾਹਾਂ ਜਾ ਕੇ ਸੰਗਤੀ ਹੈ, ਜਾਂ ਖਜ਼ਾਨੇ 'ਚ ਬਹਿ ਗਿਆ ਸੰਗਤੀ ਹੈ। ਗੌੜੀ, ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ, ਤ੍ਰਿਸ਼ਨਾ ਗੁਣ ਭਰੀ ਘੱਟ ਭੀਤਰ, ਇਹਨੇ ਵਿਦ ਟਾਂਡ ਵਿਸਾਹਿਓ। ਹੁਣ ਸੰਸਾਰ ਦੀ ਗੱਲ ਸ਼ੁਰੂ ਕਰ ਲਈ, ਇਹ ਤਾਂ ਸਿਰੇ ਲਾਤੀ ਨਾ ਗੱਲ, ਹੁਣ ਸਿਰੇ ਲਾ ਕੇ ਥੱਲੇ ਆ ਗਿਆ। ਹੁਣ ਸੰਸਾਰ ਕੀ ਹੈ? ਸੰਸਾਰ ਦੇ ਵਿੱਚ ਪਾਪ ਪੁੰਨ ਦੋ ਬੈਲ ਨੇ, ਪਾਪ ਪੁੰਨ ਦੋਨੋਂ ਪਾਈ, ਦੋਹੋਂ ਮਿਲ ਕੇ ਸਿਸ਼ਟ ਉਪਾਈ। ਮਨ ਪਾਪੀ ਹੈ, ਪਾਪੀ ਕਿਉਂ ਹੈ? ਮਨ ਆਪਣੇ ਭਾਣੇ ਚੱਲਦਾ, ਆਪਣੇ ਫੁਰਨੇ ਉਠਾਲਦਾ, ਆਪਣੀ ਮਰਜ਼ੀ ਕਰਦਾ, ਜਿਹਨਾਂ 'ਚ ਮਰਜ਼ੀ ਕਰਦਾ ਪਾਪ ਹੈ, ਮਰਜ਼ੀ ਕਰਨਾ ਪਾਪ ਹੈ, ਹੁਕਮ ਦਾ ਵਿਰੋਧ ਕਰਦਾ, ਅੰਤਰਾਤਮਾ ਦਾ ਵਿਰੋਧ ਕਰਦਾ, ਇਹ ਪਾਪ ਹੈ। ਇੱਕ ਬਲਦ ਇਹ ਹੈ ਗੱਡੀ ਦਾ, ਗੱਡੀ ਚੱਲਦੀ ਹੈ ਨਾ, ਇੱਕ ਬਲਦ ਤਾਂ ਇਹ ਹੈ, ਇੱਕ ਪਾਸੇ ਚਿੱਤ ਹੈ, ਅੰਤਰਾਤਮਾ ਉਹ ਪੁੰਨ। ਉਹ ਕਹਿੰਦਾ ਭਾਈ ਧਰਮ ਦੇ ਕੰਮ ਕਰ, ਇਹ ਕਹਿੰਦਾ ਵੀ ਸਰਦਾ ਨਹੀਂ, ਮਾਇਆ ਬਿਨਾ, ਝੂਠ ਬਿਨਾ ਦੁਕਾਨ ਨਹੀਂ ਚੱਲਦੀ, ਝੂਠ ਬੋਲਣਾ ਪੈਂਦਾ, ਚੱਲ ਤਾਂ ਜਾਂਦੀ ਹੈ, ਉਹ ਥੋੜ੍ਹਾ ਜਿਹਾ ਪਹਿਲਾਂ ਔਖਾ ਹੈ, ਕਹਿੰਦਾ ਛੱਡੋ ਪਰੇ, ਚੱਲਦੀ ਉਹ ਨਹੀਂ ਜੀ ਹੈ, ਮੰਨ ਲਿਆ ਵੀ ਚੱਲਦੀ ਨਹੀਂ ਹੈ, ਔਖਾ ਕੰਮ ਕਰਦਾ ਨਹੀਂ, ਸੌਖਾ ਜਿਹਨੂੰ ਕੰਮ, ਜਿਹਨੂੰ ਸੌਖੀ ਰੋਟੀ ਮਿਲੇ ਔਖਾ ਕੰਮ ਕਿਉਂ ਕਰੂ? ਹੁਣ ਕੋਈ ਗੱਡੀ ਚਲਾਉਂਦਾ, ਕਾਰ ਚਲਾਉਂਦਾ, ਉਹਨੂੰ ਐਂ ਕਹਿ ਤੂੰ ਰਿਕਸ਼ਾ ਚਲਾ, ਚਲਾਉਂਦਾ ਉਹ ਰਿਕਸ਼ਾ ਚਲਾਓ, 200 ਰੁਪਇਆ ਕਮਾ ਲੂ, ਉਹਨੂੰ 200 ਤੋਂ ਜ਼ਿਆਦਾ ਦੀ ਤਨਖਾਹ ਮਿਲਦੀ ਹੈ ਰੋਜ਼ ਦੀ, ਨਾਲੇ ਕਾਰ ਚਲਾਉਂਦੇ ਆ ਝੱਟ, ਉਹਨੇ ਵਿਚਾਰੇ ਲੱਤਾਂ ਮਾਰਨੀਆਂ ਆਪਣੀਆਂ, 100 ਵੀ ਕਦੇ ਕਮਾ ਲਏ, ਕਦੇ 50 ਕਮਾ ਲਏ। ਇਸ ਕਰਕੇ ਸੌਖੇ ਕੰਮ ਨੂੰ ਹਰੇਕ ਆਦਮੀ ਸੰਸਾਰ 'ਚ ਸੌਖਾ ਕੰਮ ਕਰਦਾ, ਫਿਰ ਉਹਦੀ ਸ਼ਾਨ ਵੀ ਹੈ, ਰਿਕਸ਼ਾ ਵਾਲੇ ਦੀ ਸ਼ਾਨ ਹੈ ਕੋਈ,
ਸਮਝੇ। ਇਸ ਕਰਕੇ ਸੰਸਾਰ ਦੇ ਵਿੱਚ ਜਿਹੜੇ ਲੋਕ ਨੇ ਸੌਖਾ ਕੰਮ ਔਰ ਸ਼ਾਨ ਦੋ ਚੀਜ਼ਾਂ ਨੇ, ਦੁਨੀਆਂ ਦੀ ਵਡਿਆਈ ਔਰ ਕੰਮ ਸੌਖਾ, ਇਹ ਦੋ ਚੀਜ਼ਾਂ ਮਗਰ ਦੁਨੀਆਂ ਭੱਜੀ ਹੋਈ ਹੈ, ਔਖਾ ਨਹੀਂ ਕੰਮ ਕਰਦੇ। ਹੁਣ ਇਹ ਕਾਰ ਗਾਖੜੀ ਹੈ, ਸੱਚ ਵਾਲੀ ਕਾਰ ਗਾਖੜੀ ਹੈ, ਔਖੀ ਹੈ। ਉਹ ਕਹਿੰਦੇ ਔਖਾ ਜ਼ਰੂਰ ਕਰਨੇ ਜਾਂ ਸੌਖੇ ਨਾਲ ਰੋਟੀ ਮਿਲਦੀ ਹੈ। ਹਾਂਜੀ, ਪਾਪ ਪੁੰਨ ਦੋਏ ਬੈਲ ਵਸਾਹੇ ਪਵਨ ਪੂੰਜੀ ਪ੍ਰਗਾਸਿਓ। ਪੂੰਜੀ ਕੀ ਆ ਉਹਨਾਂ ਕੋਲ, ਹਾਲੇ ਕਿੰਨਾ ਚੱਲਣਾ ਹੈ, ਗੱਡੀ ਨੇ ਚੱਲਣਾ, ਬਸ ਇੰਨਾ ਕੁ ਸਾਹ ਆਉਂਦਾ। ਪਵਨ ਪੂੰਜੀ ਆਹੋ ਹਵਾ ਜਿੰਨਾ ਚ ਸਾਹ ਆਉਂਦਾ, ਇੰਨਾ ਕੁ ਜਿਹੜੇ ਇਹਨਾਂ ਦਾ ਬਸ ਇਹ ਇੰਨਾ। ਜਿਵੇਂ ਆਪਾਂ ਬੋਰਡਰ ਜਾ ਲਏ, ਕਿੰਨੇ ਕਿਲੋਮੀਟਰ ਜਾਣਗੇ, ਕਿੰਨ ਉਹਦੇ ਬਾਅਦ ਫਿਰ ਪੱਠੇ ਖਾਣੇ ਪੈਣੇ ਨੇ ਉਹਨਾਂ ਨੂੰ, ਫਿਰ ਛੱਡ ਦੇਣਾ ਨਾ ਅਗਲਾ ਆਪਣਾ ਫਿਰ ਸਹੀ। ਜਿੰਨਾ ਕਿ ਨਾ ਦਮ ਹੈ ਨਾ, ਜਿੰਨਾ ਤੇਲ ਪਾਇਆ ਗੱਡੀ ਨੇ ਉਨਾ ਹੀ ਚੱਲਣਾ ਨਾ, ਉਹ ਸਾਹਾਂ ਦਾ ਹੀ ਤੇਲ ਪਿਆ ਹੋਇਆ ਚ, ਬਸ ਉਹਨਾਂ ਹੀ ਚੱਲਣਾ ਇਹਨੇ, ਗਾਂ ਜਾ ਕੇ ਬੰਦ, ਫਿਰ ਦੂਜੀ ਗੱਡੀ ਚਾਹੀਦੀ ਹੈ। ਤ੍ਰਿਸ਼ਨਾ ਗੂਣ ਭਰੀ ਕੱਟ ਭੀਤਰ ਇਹਨੇ ਵੀ ਟਾਂਡ ਵਸਾਹਿਓ। ਹੁਣ ਲੱਦਿਆ ਕੀ ਹੋਇਆ, ਤ੍ਰਿਸ਼ਨਾ ਦੀ ਗੂਣ ਲੱਦੀ ਹੋਈ, ਤ੍ਰਿਸ਼ਨਾ ਤ੍ਰਿਸ਼ਨ ਬਸ ਮਾਇਆ, ਮਾਇਆ ਦੀ ਭੁੱਖ ਹੈ ਤ੍ਰਿਸ਼ਨਾ ਦੀ। ਗੁਣ ਭਰੀ ਘੱਟ ਭੀਤਰ, ਹਾਂ ਹਿਰਦੇ ਵਿੱਚ, ਹਿਰਦੇ ਵਿੱਚ ਹਿਰਦਾ ਹੀ ਗੁਣ ਹੈ, ਉਹਦੇ ਚ ਭਰੀ ਜਾਂਦਾ ਮਾਇਆ, ਮਾਇਆ ਦੀ ਭੁੱਖ ਹੈ, ਮਾਇਆ ਭਰੀ ਜਾਂਦਾ। ਇਹਨੇ ਵੀ ਟਾਂਡ ਵਸਾਹਿਓ, ਆਹ ਸਾਰਾ ਜਿਹੜਾ ਹੈ ਨਾ ਸੰਸਾਰ ਦਾ ਪੂਰਾ ਟਾਂਡਾ, ਟਾਂਡਾ ਹੁੰਦਾ ਕਾਫਲਾ, ਆਪਣੀ ਭਾਸ਼ਾ ਟਾਂਡਾ ਕਹਿੰਦੇ ਨੇ। ਮੇਰਾ ਟਾਂਡਾ ਲਾ ਦਿਆ ਜਾਏ ਰੇ, ਹਜ਼ਾਰ ਬੜਦਾ ਚਾਹੇ ਹਜ਼ਾਰ ਅੱਗੇ ਬੜਦਾ ਤੇ ਕਰਦੇ ਤੇ ਵਪਾਰ, ਉਹ ਕਾਫਲੇ ਨੂੰ ਟਾਂਡਾ ਕਹਿੰਦੇ ਤੇ, ਜਿੰਨਾ ਕਾਫਲਾ ਨਾ ਬੜਦਾ ਦਾ ਲੱਦਿਆ ਹੋਇਆ ਉਹਦਾ ਨਾਂ ਟਾਂਡਾ ਹੁੰਦਾ ਸੀ, ਆਪਣੀ ਭਾਸ਼ਾ ਦਾ ਲਫ਼ਜ਼ ਟਾਂਡਾ, ਉਰਦੂ ਚ ਕਾਫਲਾ ਕਹਿੰਦੇ ਤੇ। ਐਸਾ ਨਾਇਕ ਰਾਮ ਹਮਾਰਾ, ਐਸਾ ਨਾਇਕ ਰਾਮ ਹਮਾਰਾ, ਰਾਮ ਸਾਰਿਆਂ ਦੇ ਅੰਦਰ ਹੈ, ਰਾਮ ਅੰਦਰ ਹੈ, ਰਾਮ ਨਾਇਕ ਹੈ, ਸਗਲ ਸੰਸਾਰ ਕਿਉਂ ਬਣ ਜਾ ਰਹਾ ਹੈ, ਸਾਰਿਆਂ ਦੇ ਵਿੱਚ ਹੋਵੇ, ਰਾਮ ਸਾਰਿਆਂ ਦੇ ਵਿੱਚ ਹੈ, ਸਗਲ ਸੰਸਾਰ ਕਿਉਂ ਬਣ ਜਾ ਰਹਾ, ਮੈਂ ਸਾਰਾ ਸੰਸਾਰ ਬਣ ਜਾ ਰਿਹਾ ਕਰਿਆ ਹੋਇਆ ਉਹਨੇ, ਚਲੋ ਬਈ ਲੱਦੀ ਜਾਓ, ਕਰੀ ਜਾਓ, ਇਹੀ ਕਰੀ ਜਾਓ, ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹੀ ਕਰੀ ਜਾਓ, ਰਹਾਓ ਕਾਮ ਕੀ ਲਾਈ ਆ ਨਾ, ਕਾਮ ਕ੍ਰੋਧ ਦੋਏ ਭਏ ਜਗਾਤੀ ਮਨ ਤਰੰਗ ਬਟਵਾਰਾ। ਆ ਜਿਹੜਾ ਕਾਮ ਔਰ ਕ੍ਰੋਧ ਹੈ, ਇਹ ਜਿਹੜਾ ਟਾਂਡੇ ਦੇ ਵਿੱਚ ਜਗਾਤ ਲੈਂਦੇ ਨੇ, ਕ੍ਰੋਧ ਵੀ ਜਗਾਤ ਲੈ ਲੈਂਦਾ, ਕ੍ਰੋਧ ਚਾਹ ਕੇ ਕਰਤਾ ਕਿਸੇ ਦਾ ਖੂਨ, ਗੁਣ ਤਾਂ ਹੌਲੀ ਹੋਏ ਜਾਣੀ ਹੈ, ਫਿਰ ਜੋ ਧਨ ਜੋੜਿਆ ਹੋਇਆ ਉਹਦਾ ਜਾਣਾ ਹੀ ਹੈ, ਫਿਰ ਕ੍ਰੋਧ ਦੇ ਨਾਲ, ਕ੍ਰੋਧ ਦੇ ਨਾਲ ਅੱਡ ਹੋ ਗਏ, ਕਹਿੰਦਾ ਪਹਿਲਾਂ ਤਾਂ 16 ਬੱਸਾਂ ਦੀਆਂ, ਹੁਣ ਤਾਂ ਮੇਰੀ ਇੱਕੋ ਹੈ, ਸੋਲਵਾਂ ਪਹਿਲਾਂ 16 ਨੂੰ ਕਹਿੰਦਾ ਵੀ ਸਾਡੀ ਬੱਸ ਆ ਗਈ, ਜਿਹਦੀ ਮਰਜ਼ੀ ਚੜ ਜਾਵੇ, ਹੁਣ ਤਾਂ ਇੱਕੋ ਹੀ ਰਹਿ ਗਈ, ਉਹਦੀ ਅੱਡ ਜੋ ਹੋ ਗਿਆ, ਉਹ ਵੀ ਗੁੱਸੇ ਨਾਲੇ ਹੋਇਆ, ਕ੍ਰੋਧ ਬਟਵਾਰਾ ਕਰ ਦਿੰਦਾ, ਇਹ ਬਟਵਾਰਾ ਹੈ, ਕਾਮ ਕ੍ਰੋਧ ਦੋਏ ਭਏ ਜਗਾਤੀ ਮਨ ਤਰੰਗ ਬਟਵਾਰਾ, ਮਨ ਦੀ ਤਰੰਗ ਹੀ ਹੈ ਨਾ ਇਹਦੇ ਨਾਲ, ਮਨ ਦੀ ਤਰੰਗ ਕਾਮ ਕ੍ਰੋਧ ਨਾਲ ਚੱਲਦੀ ਹੈ ਨਾ, ਮਨ ਵਿੱਚ ਕਾਮ ਕ੍ਰੋਧ ਨਾਲ ਤਰੰਗ ਚੱਲਦੀ ਹੈ, ਗੁੱਸਾ ਆ ਗਿਆ ਮਨ ਨੂੰ, ਕਹਿੰਦਾ ਮੈਂ ਅੱਡ ਹੋਣਾ, ਗੁੱਸੇ ਦਾ ਅਸਰ ਹੁੰਦਾ ਨਾ ਮਨ ਦੇ ਉੱਤੇ, ਕਾਮਨਾਵਾਂ ਦਾ ਅਸਰ ਹੁੰਦਾ ਜਾਂ ਗੁੱਸੇ ਦਾ ਅਸਰ ਹੁੰਦਾ, ਇਹ ਬਟਵਾਰਾ ਕਰ ਦਿੰਦਾ, ਪਾੜ ਦਿੰਦਾ ਨਾ, ਇਕੱਠ ਨਹੀਂ ਰਹਿਣ ਦਿੰਦਾ। ਪੰਚ ਤੱਤ ਮਿਲ ਦਾਨ ਨਵੇਰਾ ਟਾਂਡਾ ਉਤਰੇ ਉਪਾਰਾ। ਜੇ ਪੰਜ ਤੱਤ ਦੋਏ ਮਿਲ ਜਾਣ, ਜੇ ਮਨ ਅਰ ਚਿੱਤ ਇਕੱਠੇ ਹੋ ਜਾਣ, ਤੱਤ ਇੱਕ ਵਚਨ ਹੈ ਇੱਥੇ, ਪੰਚ ਤੱਤ ਮਿਲ ਦਾਨ ਨਵੇਰਾ, ਹਾਂ ਤੱਤ ਇੱਕ ਵਚਨ, ਜੇ ਚਿੱਤਰ ਮਨ ਇਕੱਠੇ ਹੋ ਜਾਣ ਕਿਤੇ ਤਾਂ ਕਹਿੰਦੇ ਨਿਬੜ ਜਾਂਦਾ ਇਹਦਾ, ਦਾਨ ਨਵੇਰਾ ਟਾਂਡਾ ਉਤਰੇ ਉਪਾਰਾ, ਜਿਹੜਾ ਪਿਛਲਾ ਦੇਣ ਲੈਣਾ ਨਾ ਇਹ ਨਿਬੜ ਜਾਂਦਾ, ਫਿਰ ਸਾਰਾ ਦਾਨ ਕਰ ਦਿੰਦੇ ਨੇ, ਦਾਨ ਕਰ ਦਿੰਦੇ ਨੇ, ਤਨ ਮਨ ਧਨ ਸਭ ਸੌਂਪ ਗੁਰਕੋ ਹੁਕਮ ਮੰਨਿਆ, ਫਿਰ ਨਿਬੜ ਗਿਆ, ਟਾਂਡਾ ਸਾਰਾ ਦਾਨ ਕਰ ਦਿੰਦੇ ਨੇ, ਟਾਂਡਾ ਉਤਰੇ ਉਪਾਰਾ, ਟਾਂਡਾ ਪਾਰ ਉਤਰ ਗਿਆ, ਫਿਰ ਜਿਹੜਾ ਇਹਨੂੰ ਨਿਬੇੜ ਦਿੰਦੇ ਨੇ ਨਾ ਦਾਨ, ਉਹ ਬਗਾਨੀ ਚੀਜ਼ ਆ ਆਪਣੀ,
दान असल च आप नहीं करते, दान सानू है कीता होया, दाता है ना परमेश्वर, असी मंगते हैं ना, जो साडे कोल सौदा सानू दान च मिलिया होया, असी नहीं दान कीता। असल दान साडे कोल दान दी चीज है, इनवेड़ता उन्होंने देता जी चीजा नू, जिसकी वस्त ते सागे रख है, जिन्ना चर असी कहने साडा है उन्ना चर दान हो सकता है, असी दान मन सकते हैं, दान है साडे कोल कीता है, दान मालक का ही हुंदा है, अपना नहीं हुंदा, दान नू अपना नहीं कह सकते। तो दान इत्थे रह भी जाने, जे दिता हो जाना खाना खा लो, बाकी इत्थे रह जाने, नबेड़े उन्हें नबेड़ता भी तेरा ही है, असीं तां जिन्ना चिर रहने खाने कहत कबीर सुनो रे संतो अब ऐसी बन आई, कहत कबीर सुनो रे संतो, कबीर कहते संतो सुनो मेरी गल, हुण ऐसी हालत होगी, ऐसी दशा बनी है मेरी, मेरी ऐसा अंदर मन और चित दी ऐसी बनी है दोनों दी, ऐसी ऐसी उन्हां दी गल रली है, काटी चढ़द बैल इक थाका चलो गोण छिटकाई, भाई काटी चढ़दा सीगा इक बैल थक गया, मन थक गया, उहने आ जिहड़ी गोण सी ना माया वाली छड़ती, इहदे की लैणा छड्ड परे, ਇਹ ਤੇ ਆਪਾਂ ਕੀ ਕਰਾਉਣਾ ਉੱਪਰ ਘਾਟੇ ਚੜ੍ਹਦੇ ਮੇਰੇ ਹੱਥ ਉਹ ਚਲੋ ਗੋਣ ਛਿਟਕਾਈ, ਥੱਕ ਗਿਆ ਵੀ ਕਿੱਥੇ ਤੱਕ ਤੁਸੀਂ ਮਾਇਆ ਦਾ ਇਕੱਠਾ ਕਰ ਲਓਗੇ, ਇਹਦੇ ਕੋਈ ਹੱਦ ਹੈ ਮਾਇਆ ਦੀ, ਮਾਇਆ ਦੀ ਕੋਈ ਹੱਦ ਹੈ, ਬੜਾ ਕਿੱਥੇ ਤੇ ਕੋਈ ਬੜਾ ਬਣ ਜੂਗਾ, ਇਹਦੀ ਕੋਈ ਹੱਦ ਹੈ, ਉਹਨੇ ਗੋਣੇ ਛੱਡਤੀ, ਨਾਲੇ ਇਹਦਾ ਆਪਣੇ ਕਹਿੰਦਾ ਕੰਮ ਦੀ ਵੀ ਨਹੀਂ ਚੀਜ਼, ਚੀਜ਼ ਤਾਂ ਸਰੀਰ ਦੇ ਕੰਮ ਦੀ ਹੈ, ਨਾ ਚਿੱਤ ਦੇ ਕੰਮ ਦੀ ਹੈ, ਨਾ ਮਨ ਦੇ ਕੰਮ ਦੀ ਹੈ, ਇਹ ਗੋਣ ਆਪਣੇ ਕੰਮ ਦੀ ਚੀਜ਼ ਰੱਖੋ, ਪਾਓ ਗੋਣ ਦੇ ਵਿੱਚ, ਆਪਣੇ ਖਾਣ ਵਾਲੀ ਪਾਓ, ਅੱਗੇ ਭੁੱਖਾ ਗਿਆ ਖਾਏ ਜਿਨ ਬੱਤੇ ਹਰ ਨਾਮ ਨਾ ਬੀਜਿਆ, ਨਾ ਉਹਦਾ ਬੋਝ ਹੈ, ਨਾ ਹੌਲੀ ਹੈ ਨਾ ਭਾਰੀ ਹੈ, ਉਹ ਚੀਜ਼ ਚੱਕੋ, ਹਰ ਕੀ ਕਥਾ ਦਾ ਗਿਆਨ ਚੱਕੋ, ਨਾ ਹੌਲੀ ਹੈ ਨਾ ਭਾਰੀ ਹੈ, ਜਿਹੜੀ ਇਹ ਤਾਂ ਭਾਰੀ ਹੈ, ਇਹਦਾ ਵਜਨ ਮਾਇਆ ਦਾ ਵਜਨ ਹੈ, ਹਰ ਵਕਤ ਮਾਇਆ ਦੀ ਚਿੰਤਾ ਹਰ ਵਕਤ, ਘਾਟੀ ਚੜ੍ਹਦ ਬੈਲ ਇੱਕ ਥਾਕਾ ਚਲੋ ਗੁਣ ਛਿਟਕਾਈ, ਇਸ ਕਰਕੇ ਐਸਾ ਥੱਕਿਆ ਮਨ, ਅੱਕ ਗਿਆ ਮਾਇਆ ਤੇ, ਆਹ ਜਿਹੜਾ ਸਰੀਰ ਹੈ ਵੀ ਛੱਡਤਾ ਉਹਨੇ, ਸਰੀਰ ਦੀ ਗੋਣ ਛੱਡਤੀ ਤੇ ਇਹਦੀਆਂ ਲੋੜਾਂ ਵੀ ਵਿੱਚੇ ਛੱਡਤੀਆਂ, ਸਰੀਰ ਦਾ ਬੋਝ ਛੱਡਤਾ, ਇਹਦੇ ਕਰਕੇ ਹੀ ਸੀਗਾ ਗੋਣ ਦਾ ਸਰੀਰ ਇਹ ਚੱਕਿਆ ਹੋਇਆ ਨੇ, ਇਹਦਾ ਹੀ ਰਾਸ਼ਨ ਦਾ ਔਖਾ ਹੈ ਇਹਨੂੰ, ਇਹ ਗੋਣ ਛੱਡਦੀ ਪਰੇ, ਚਲਿਓ ਗੋਣ ਛਿਟਕਾਈ, ਮਾਇਆ ਦਾ ਬੋਝ ਛੱਡਤਾ, ਵੀ ਚਲੋ ਆਪੇ ਮਿਲਦੀ ਰਹੂਗੀ ਰੋਟੀ, ਸੈਲ ਪੱਥਰ ਮੈਂ ਜਨ ਤੋਂ ਪਾਇਆ ਤਾਂ ਕਾ ਰਿਜਕ ਅੱਗੇ ਕਰਦਾ, ਇਹਦੀ ਚਿੰਤਾ ਹੀ ਛੱਡਤੀ ਸਰੀਰ ਦੀ। ਗੌੜੀ ਪੰਚਪਦਾ ਪੇਵਕੜੇ ਦਿਨ ਚਾਰ ਹੈ ਸਭ ਰੁੜੇ ਜਾਣਾ, ਕਹਿੰਦੇ ਆ ਜਿਹੜੀ ਆ ਸੰਸਾਰ ਹੈ ਪੇਵਕੜਾ ਹੈ, ਇੱਥੇ ਤਾਂ ਐਵੇਂ ਥੋੜ੍ਹੀ ਜਿਹੀ ਟਾਈਮ ਦੀ ਉਹ ਜ਼ਿੰਦਗੀ ਹੈ, ਚਾਰ ਦਿਨ ਦੀ, ਆਖਰ ਤਾਂ ਸਾਰਿਆਂ ਨੇ ਸੌ ਰੁੜੇ ਜਾਣਾ, ਇਹ ਥੋੜ੍ਹਾ ਹੀ ਟਾਈਮ ਗਿਣਿਆ ਜਾਂਦਾ, ਬਹੁਤਾ ਨਹੀਂ ਹੈਗਾ ਸੰਸਾਰ ਦੇ ਵਿੱਚ ਟਾਈਮ। ਅੰਧਾ ਲੋਕ ਨਾ ਜਾਣੇ ਮੂਰਖ ਇਹ ਆਣਾ, ਲੋਕ ਅੰਨੇ ਨੇ ਦੀਦਾ ਹੈ ਨਹੀਂ, ਜਾਣਦੇ ਨਹੀਂ, ਮੂਰਖ ਨੇ, ਥੋੜ੍ਹੀ ਅਕਲ ਵਾਲੇ ਨੇ ਇਹ ਆਣੇ ਨੇ, ਥੋੜ੍ਹੀ ਅਕਲ ਵਾਲੇ ਨੇ ਮੂਰਖ ਨੇ, ਸਮਝਦੇ ਨਹੀਂ ਲੋਕ, ਸਭ ਨੇ ਮਰ ਜਾਣਾ, ਸਭ ਨੂੰ ਪਤਾ ਫਿਰ ਵੀ ਨਹੀਂ ਸਮਝਦੇ। ਕਹੋ ਡੱਡੀਆ ਵੱਧ ਹੈ ਧਨ ਖੜੀ ਪਾਹੂ ਘਰ ਆਏ ਮੁਕਲਾ ਮਕਲਾਊ ਆਏ, ਇਹ ਕਹਿੰਦਾ ਮੈਂ ਤਾਂ ਉਹ ਮੇਰੀ ਹਾਲਤ ਇਹ ਹੈ ਕਿ ਮੈਂ ਤਾਂ ਜਿਵੇਂ ਇੱਕ ਬਰਾਤ ਆਉਣੀ ਹੁੰਦੀ ਹੈ, ਕੁੜੀ ਪਹਿਲੇ ਤਿਆਰ ਹੋ ਕੇ ਖੜ ਜਾਂਦੀ ਹੈ, ਖੜੀ ਉਹ ਪਹਿਲੇ ਤਿਆਰ ਹੋ ਜਾਂਦੀ ਹੈ ਨਾ, ਤਿਆਰ ਕਰ ਦਿੰਦੇ ਨੇ ਉਹਨੂੰ, ਉਹ ਥੋੜ੍ਹੀ ਕੰਮ ਕਰਦੀ ਹੈ, ਕੰਮ ਤਾਂ ਹੋਰ ਕਰਦੇ ਨੇ, ਸਾਂਭਣ ਸੰਭਾਈ ਦਾ, ਬਰਾਤ ਨੂੰ ਸਾਂਭਣ ਦਾ ਕੰਮ ਹੋਰ ਕਰਦੇ ਨੇ, ਉਹ ਛੱਡਿਆ ਹੁੰਦਾ ਉਹਦਾ ਸਾਰਾ ਕੰਮ, ਕਰਨ ਦਾ ਵੀ ਉਹ ਛੱਡਿਆ ਹੁੰਦਾ, ਉਹ ਤਾਂ ਆਪਣਾ ਗਾਹਾਂ ਦੀ ਤਿਆਰੀ ਹੁੰਦੀ ਹੈ ਉਹਦੀ, ਜਿਹੜੀ ਵੱਧ ਧਨ ਖੜੀ, ਮੇਰੀ ਉਹ ਪੁਜੀਸ਼ਨ ਹੈ, ਮੈਂ ਗਾਹਾਂ ਦੀ ਤਿਆਰੀ ਹੈ ਮੇਰੀ, ਇੱਥੇ ਵਾਲੀ ਛੱਡੀ ਹੋਈ ਹੈ, ਪਾਹੂ ਆਏ ਮਕਲਾਊ ਆਏ, ਪਾਹੂ ਘਰ ਆਏ ਮਕਲਾਊ ਆਏ, ਹਾਂ ਮਕਲਾਊ ਆਏ, ਮਕਲਾਵਾ ਲੈਣ ਆਏ ਨੇ ਜਿਹੜੇ ਪ੍ਰਾਹੁਣੇ, ਅਸਲ ਦੇ ਵਿੱਚ ਵਿਆਹ ਨੂੰ ਨਹੀਂ ਸੀ ਉਹ
ਵਿਦਾ ਕਰਦੇ ਕੁੜੀ ਨੂੰ, ਪਰਮਾਨੈਂਟ ਵਿਦਾ ਹੁੰਦੀ ਸੀ ਮੁਕਲਾਵੇ ਤੇ। ਉਸ ਵੇਲੇ ਦੀ ਗੱਲ ਹੈ, ਵਿਆਹ ਤਾਂ ਪੰਜ ਪੰਜ ਚਾਰ ਚਾਰ ਸਾਲ ਦੇ ਨੇੜੇ ਦਾ ਕਰ ਦਿੰਦੇ ਸੀ। ਜਦੋਂ ਵਿਦਾ ਕਰਦੇ ਸੀ ਨਾ ਸਹੁਰਿਆਂ ਵਾਸਤੇ, ਫਿਰ ਮੁਕਲਾਊ ਮੁਕਲਾਵਾ ਕਹਿੰਦੇ ਸੀ ਉਹਨੂੰ। ਅੱਜ ਕੱਲ੍ਹ ਹੈ ਨਹੀਂ ਉਹ, ਮੁਕਲਾਵੇ ਵਾਲਾ ਹੈ ਨਹੀਂ, ਹੁਣ ਨਹੀਂ ਹੈਗਾ। ਇਹ ਉਦੋਂ ਦੀ ਗੱਲ ਕਹੀ ਹੋਈ ਹੈ। ਯੂਪੀ ਚੱਲਦਾ, ਹਾਂ ਯੂਪੀ ਚ ਹੁਣ ਵੀ ਚੱਲਦਾ, ਪਾਹੂ ਆਏ ਮੁਕਲਾਊ ਆਏ ਰਹਾਉ, ਪਰਮਾਨੈਂਟ ਫਿਰ ਉਹ ਉੱਥੇ ਨਿਵਾਸ ਫਿਰ ਹੁੰਦਾ ਸੀ। ਰਹਾਉ ਉਹ ਜੇ ਦਿਸੇ ਖੂਹੜੀ ਕੌਣ ਲਾਜ ਬਹਾਰੀ, ਉਹ ਜਿਹੜੀ ਕਹਿੰਦੀ ਖੂਹ ਦਿੰਦੀ ਆ, ਖੂਹ ਦੇ ਵਿੱਚ ਭਰ ਰਹੀ ਹੈ ਪਾਣੀ, ਉਹ ਕੌਣ ਹੈ ਜਿਹਨੇ ਲੱਜ, ਉਹ ਇਹਨੇ ਤਾਂ ਲੱਜ ਬਹਾ ਹੀ ਨਹੀਂ ਹੋਈ, ਇਹਦਾ ਤਾਂ ਸੰਬੰਧ ਨਹੀਂ ਸਰੀਰ ਨਾਲ, ਇਹਦਾ ਸਰੀਰ ਨਾਲ ਨਹੀਂ ਸੰਬੰਧ। ਉਹ ਜੋ ਦਿਸੇ ਖੂਹੜੀ ਕੌਣ ਲਾਜ ਬਹਾਰੀ, ਕੌਣ ਉਹਨੇ ਲੱਜ ਖੂਹ ਦੇ ਵਿੱਚ ਲੱਜ ਸੁੱਟੀ ਹੋਈ ਹੈ, ਸਰੀਰ ਮਾਇਆ ਦਾ ਖੂਹ ਹੈ ਨਾ, ਇਹਦੇ ਨਾਲ ਸੁਰਤ ਜੋੜੀ ਹੋਈ ਹੈ, ਮਾਇਆ ਦੇ ਨਾਲ ਜਿਹਦੀ ਸੁਰਤ ਜੋੜੀ ਹੈ, ਮਾਇਆ ਦੇ ਖੂਹ ਦੇ ਵਿੱਚ ਲੱਜ ਬਰਾਈ ਹੋਈ ਉਹਦੀ। ਲਾਜ ਘੜੀ ਸੋਂ ਟੁੱਟ ਪੜੀ, ਉੱਠ ਚੱਲੀ ਪਨਿਹਾਰੀ, ਜੇ ਲੱਜ ਦਾ ਘੜੇ ਨਾਲ ਟੁੱਟ ਜਾਵੇ ਪਾਣੀ ਵਾਲੀ ਕੀ ਕਰੂਗੀ, ਖਾਲੀ ਲੱਜ ਲੈ ਕੇ ਚਲੀ ਜਾਊਗੀ ਸਰੀਰ ਨਾਲ, ਜਾਂ ਲੱਜੇ ਟੁੱਟ ਗਈ ਸਰੀਰ ਨਾਲ, ਲੱਜ ਟੁੱਟ ਗਈ ਲਾਜ ਘੜੀ ਸੋਂ ਟੁੱਟ ਪੜੀ, ਪੇਕਿਆਂ ਨਾਲ ਰਿਸ਼ਤਾ ਟੁੱਟ ਗਿਆ, ਸੰਸਾਰ ਨਾਲ ਰਿਸ਼ਤਾ ਟੁੱਟ ਗਿਆ, ਸੰਸਾਰ ਨਾਲ ਰਿਸ਼ਤਾ ਟੁੱਟ ਗਿਆ, ਸਰੀਰ ਨਾਲ ਵੀ ਰਿਸ਼ਤਾ ਟੁੱਟ ਗਿਆ। ਉੱਠ ਚੱਲੀ ਪਨਿਹਾਰੀ, ਉੱਠ ਚੱਲੀ ਪਨਿਹਾਰੀ, ਜਿਹੜੀ ਪਾਣੀ ਭਰਦੀ ਸੀ ਪਾਣੀ ਪੀਂਦੀ ਸੀ ਚਲੀ ਗਈ, ਜੇ ਲੱਜੇ ਨਹੀਂ ਹੁਣ ਲੱਜ ਤਾਂ ਟੁੱਟ ਗਈ ਘੜੀ ਨਾਲ, ਘੜਾ ਤਾਂ ਰਹਿ ਗਿਆ ਖੂਹ 'ਚ, ਸਰੀਰ ਤਾਂ ਇੱਥੇ ਹੀ ਰਹਿ ਗਿਆ ਮਾਇਆ 'ਚ, ਉਹਨੇ ਤਾਂ ਜਾਣਾ ਹੀ ਹੈ, ਉਹਨੇ ਕਰਨਾ। ਸਾਹਿਬ ਹੋਏ ਦਿਆਲ, ਕਿਰਪਾ ਕਰੇ ਆਪਣਾ ਕਾਰਜ ਸਵਾਰੇ, ਸਾਹਿਬ ਜੇ ਦਿਆਲ ਹੋਵੇ ਕਿਰਪਾ ਕਰੇ ਤਾਂ ਇਹ ਕਾਰਜ ਸਵਾਰੇ ਆਪਣਾ, ਸਾਹਿਬ ਦਿਆਲ ਹੋਵੇ ਪਰਮੇਸ਼ਰ ਦਿਆਲ ਹੋਵੇ ਉਹ ਕਿਰਪਾ ਕਰੇ ਤਾਂ ਇਹਦਾ ਜਿਹੜਾ ਵਿਗੜਿਆ ਕਾਰਜ ਹੈ ਤਾਂ ਸਿਮਰੇ, ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ, ਸੁਹਾਗਣ ਤਾਂ ਹੈ ਜੇ ਗੁਰ ਸ਼ਬਦ ਹੈ ਉਹਨੂੰ ਵਿਚਾਰੇ, ਕਬੀਰ ਨੇ ਵਿਚਾਰਿਆ ਉਹ ਗੁਰ ਸ਼ਬਦ ਸੀ ਜੋ ਵਿਚਾਰਿਆ ਜਾ ਕੇ, ਮਗਰ ਬਾਣੀ ਹੋਈ ਸੀ ਜੈ ਜੀ ਆ ਗੁਰਬਾਣੀ, ਐਸੀ ਹੋਈ ਗ੍ਰੰਥ ਸੀ ਉਹਨੇ ਉੱਥੇ ਪੜ੍ਹੇ ਵਿਚਾਰੇ, ਉਹਨਾਂ ਦੇ ਵਿਚਾਰੇ ਨਹੀਂ ਗਏ ਪਹਿਲਾਂ ਦੇ ਵਿਚਾਰਿਆਂ ਤੋਂ, ਉਹਨਾਂ ਕੋਲ ਹੁਣ ਸਾਡੇ ਕੋਲ ਗੁਰਬਾਣੀ ਹੈ ਨਹੀਂ ਵਿਚਾਰੀ ਗਈ, ਸਾਰਿਆਂ ਦੇ ਨਹੀਂ ਵਿਚਾਰੀ ਜਾਂਦੀ ਹੁੰਦੀ, ਇੱਦਾਂ ਹੁੰਦਾ ਹੀ ਹੈ। ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਵਿਚਾਰੀ, ਕਿਰਤ ਕੀ ਬਾਂਧੀ ਸਭ ਫਿਰੈ, ਸਾਰੇ ਕਿਰਤ ਕਰਮ ਦੇ ਬੰਨੇ ਹੋਏ ਨੇ, ਕਿਰਤ ਹੁੰਦੀ ਹੈ ਸੋਚਣਾ, ਆਪਣੀ ਸੋਚ ਦੇ ਆਪਣੀ ਤ੍ਰਿਸ਼ਨਾ ਦੇ ਨਾਲੇ ਬੰਨੇ ਹੋਏ ਅਸੀਂ ਸੰਸਾਰ 'ਚ, ਆਪਣੀ ਮਰਜ਼ੀ ਜਿਹੜੀ ਸਾਡੀ ਹੈ ਸਾਡੇ ਅੰਦਰੋਂ ਜਿਹੜੀ ਭੁੱਖ ਹੈ ਤ੍ਰਿਸ਼ਨਾ ਹੈ, ਇਹ ਤ੍ਰਿਸ਼ਨਾ ਹੀ ਸਾਡੀ ਕਿਰਤ ਹੈ, ਇਹਦੇ ਹੀ ਬੰਨੇ ਹੋਏ। ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ, ਇਹਨੂੰ ਕੀ ਆਖੀਏ ਕੀ ਕਰੇ ਵਿਚਾਰੀ, ਜਿੰਨਾ ਚਿਰ ਇਹਨੂੰ ਕੋਈ ਦੱਸਣ ਵਾਲਾ ਹੀ ਨਹੀਂ, ਸਮਝਾਉਣ ਵਾਲਾ ਹੀ ਨਹੀਂ ਹੈ, ਇਹਨੂੰ ਤਾਂ ਆਹੀ ਸਮਝਾਇਆ ਸੰਸਾਰ ਜੋ ਦੇਖੇ ਹੋਏ, ਜੈ ਜੀ ਕਿਰਤ ਲੋਕਾਂ ਦੀ ਦੇਖੀ ਹੋਈ ਜੀ ਇਹ ਲਾਗੀ। ਭਈ ਨਿਰਾਸੀ ਉੱਠ ਚੱਲੀ ਚਿੱਤ ਬੰਧਨ ਧੀਰਾ, ਬਸ ਜਦ ਆਖਰ ਹੋਇਆ ਨਿਰਾਸੀ ਹੋਈ, ਇੱਥੋਂ ਤਾਂ ਕੋਈ ਜਾਣ ਨਹੀਂ ਦਿੱਤਾ, ਜੋ ਕਮਾਇਆ ਇੱਥੇ ਦੀ ਕਮਾਈ ਇੱਥੇ ਰਹਿ ਗਈ, ਕਹਿੰਦੇ ਇੱਥੇ ਕੁਛ ਨਹੀਂ ਜਾ ਸਕਦਾ ਜੀ ਤੁਹਾਡੇ ਦੇਸ਼ ਨੂੰ, ਦਿਨ ਰਾਤ ਕਮਾਇਆ ਰਹਿ ਗਿਆ ਇੱਥੇ, ਨਿਰਾਸਾ ਹੀ ਹੈ, ਚਿੱਤ ਬੰਧਨ ਲੈਣ ਆਇਆ ਸੀ।